ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸਹਿ ਭੰਗ ਗੁਰਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸ਼ਰਾਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਸਾਹਿਬ ਜੀਓ ਬਸੰਤ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੋਉ ਕੁਲ ਲੱਜੈ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੈ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੈ ਚਰਨ ਕਮਲ ਮੇਰੇ ਹੀਰ ਬਸੈ ਚਰਨ ਕਮਲ ਮੇਰੇ ਹੀਰ ਬਸੈ ਰਹਾਉ ਜੈਸੇ ਆਪਣੇ ਧਨੈ ਪ੍ਰਾਣੀ ਮਰਨ ਮਾਂਡੈ ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੈ ਗੰਗਾ ਗਯਾ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੁਪ੍ਰਸੰਨ ਹੋਏ ਤਾਂ ਸੇਵਕ ਨਾਮਾ ਗੰਗਾ ਗਯਾ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੁਪ੍ਰਸੰਨ ਹੋਏ ਤਾਂ ਸੇਵਕ ਨਾਮਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਵਾਰਿਓ
ਵੱਡਿਆਂ ਭਾਗਾਂ ਵਾਲੇ ਹਾਂ ਕਿ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਕੁਝ ਘੜੀਆਂ ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਏ। ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਬੈਠੇ ਹੋ, ਆਪਾਂ ਸਭ ਨੇ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸਮਝਣਾ ਏ। ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ ਏ, ਇਹ ਪਾਵਨ ਸ਼ਬਦ ਸਤਿਕਾਰਯੋਗ ਭਗਤ ਨਾਮਦੇਵ ਜੀ ਦੇ ਵੱਲੋਂ ਬਸੰਤ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1195 ਦੇ ਉੱਤੇ ਸੁਭਾਏਮਾਨ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਬੜੇ ਹੀ ਪਿਆਰ ਤੇ ਸਤਿਕਾਰ ਨਾਲ ਗੁਰੂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਆਪਾਂ ਰਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਪੰਕਤੀਆਂ ਨੂੰ ਗਾਇਨ ਕਰਨਾ ਹੈ, ਤਾਂ ਜੋ ਸਾਡੀ ਸੁਰਤ ਇਕਾਗਰ ਹੋ ਸਕੇ। ਜਦੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਤਾਂ ਸਾਨੂੰ ਪਤਾ ਹੋਵੇ ਵੀ ਅਸੀਂ ਕਿਹੜੇ ਸ਼ਬਦ ਦੀ ਵਿਚਾਰ ਨੂੰ ਸਮਝਦੇ ਪਏ ਹਾਂ, ਸਾਨੂੰ ਸ਼ਬਦ ਦੀਆਂ ਪੰਕਤੀਆਂ ਯਾਦ ਹੋ ਜਾਣ। ਆਓ ਇਸ ਕਰਕੇ ਰਲ ਮਿਲ ਕੇ ਬਾਣੀ ਦੀਆਂ ਪੰਕਤੀਆਂ ਨੂੰ ਪੜ੍ਹਨਾ ਹੈ। ਅਤੇ ਇੱਕ ਬੇਨਤੀ ਮੈਂ ਕਰਦੇ ਹਾਂ, ਆਵਾਜ਼ ਸਭਨਾਂ ਦੀ ਆਵੇ। ਬਹੁਤੀ ਵਾਰ ਐਸਾ ਹੁੰਦਾ ਹੈ ਕਿ ਬੁਲਾਰਾ 'ਤੇ ਪੰਕਤੀਆਂ ਪੜ੍ਹ ਦਿੰਦਾ ਹੈ ਪਰ ਸੰਗਤਾਂ ਦੇ ਵੱਲੋਂ ਆਵਾਜ਼ ਘੱਟ ਆਉਂਦੀ ਹੈ। ਕਈ ਵਾਰ ਭੈਣਾਂ ਹੌਲੀ ਬੋਲਦੀਆਂ ਨੇ, ਕਈ ਵਾਰ ਵੀਰ ਹੌਲੀ ਬੋਲਦੇ ਨੇ। ਦੋਨਾਂ ਦੀ ਆਵਾਜ਼ ਜਿਹੜੀ ਹੈ ਉਹ ਗਰਜਵੀਂ ਆਉਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ। ਬਹੁਤੀ ਵਾਰ ਕੀ ਹੁੰਦਾ ਹੈ ਵੀ ਸਾਡੀ ਆਵਾਜ਼ ਇੰਨੀ ਘੱਟ ਹੁੰਦੀ ਹੈ, ਮੇਰੇ ਤੱਕ ਨਹੀਂ ਪਹੁੰਚ ਰਹੀ ਹੁੰਦੀ, ਅਤੇ ਬਾਹਰ ਜਿਹੜੇ ਦੀਵਾਨ ਦੇ ਵਿੱਚ ਆਏ ਨਹੀਂ ਉਹਨਾਂ ਤੱਕ ਸੁਣਿਆ ਕਿਵੇਂ ਪਹੁੰਚੇਗਾ। ਮਕਸਦ ਇਹ ਹੁੰਦਾ ਹੈ ਪੰਕਤੀਆਂ ਉੱਚੀ ਪੜ੍ਹਨ ਦਾ ਕਿ ਜਿਹੜੇ ਘਰਾਂ 'ਚ ਬੈਠੇ ਹੋਏ ਨੇ ਨਾ, ਤੁਹਾਡੀ ਆਵਾਜ਼ ਕਿਤੇ ਮਾਈਕ ਦੇ ਜ਼ਰੀਏ ਸਪੀਕਰਾਂ ਦੇ ਜ਼ਰੀਏ ਉਹਨਾਂ ਤੱਕ ਵੀ ਪੁੱਜ ਜਾਵੇ ਅਤੇ ਉਹ ਵੀ ਸੋਚਣ ਵੀ ਅਸੀਂ ਨਹੀਂ ਗਏ ਅਤੇ ਗਲਤੀ ਕਰ ਦਿੱਤੀ, ਸ਼ਾਇਦ ਗੁਰੂ ਸਾਹਿਬ ਨੇ ਅੱਜ ਸਾਨੂੰ ਪਤਾ ਨਹੀਂ ਕਿਹੜਾ ਸੁਨੇਹਾ ਦੇਣਾ ਸੀ ਜਿਸ ਤੋਂ ਅਸੀਂ ਵਾਂਝੇ ਰਹਿ ਗਏ ਹਾਂ। ਇਸ ਕਰਕੇ ਆਓ ਸਭਨਾਂ ਦੀ ਆਵਾਜ਼ ਆਵੇ, ਆਓ ਰਲ ਮਿਲ ਕੇ ਸਤਿਗੁਰੂ ਦੀਆਂ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਗਾਇਨ ਕਰੀਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, 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 ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਸੇਈ ਭਏ ਨਿਹਾਲ, ਸੇਈ ਭਏ ਨਿਹਾਲ, ਨਾਨਕ ਨਾਮ ਆਰਾਧਣਾ, ਨਾਨਕ ਨਾਮ ਆਰਾਧਣਾ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ,
तेरी भगत ना छोडूं, तेरी भगत ना छोडूं। तेरी भगत ना छोडूं, तेरी भगत ना छोडूं। भावें लोग हसे, भावें लोग हसे, चरण कमल मेरे हियरे बसे, 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 भगत नामदेव जी ने बड़ा प्यारा उपदेश अज दे इस पावन वाक दे विच साडे सामने रखिया है। मालक जी रहाओ वाले बंद अंदर फरमाउंदे ने, तेरी भगत ना छोडू भावें लोग हसें। रब जी नूं संबोधन करदे पए ने, कहिंदे हे मेरे मालका, मैं तेरी भगती नहीं छड्डांगा, तेरी भगत ना छोडूं, भावें लोग, भावें दुनिया दे लोग मेरे उत्ते हसी जान, मैनू मजाक करन, मेरा मखौल उड़ान, जिन्ना मर्जी आखी जान भी तू वड्डा भगत हो गया, तू वड्डा रब ना जुड़िया, जां अनेकां तरह दियां गल्लां कर करके मैनू मखौल करन। कहिंदे मालका, जो मर्जी दुनिया दे लोग मैनू आखी जान, पर मैं तेरी भगती नहीं छड्डांगा। क्यों नहीं छड्डांगा? कहिंदे चरण कमल मेरे हीरे बसे, क्योंकि मेरे हिरदे दे विच तुहाडे चरण कमल वसदे ने, मैं तुहाडे चरण कमलां दे नाल जुड़ गया वां, इस करके हुण मैं तेरी भगती नहीं छड्डांगा। इह ते सी अखरी अर्थ। गुरबाणी नूं जदों आपां समझणा हुंदा है ना, गुरबाणी नूं समझण दीआं कुछ स्टेजिज ने, पौड़ियां कह लो, भी बंदे ने छत उत्ते जाणा होवे ना, ते एक एक पौड़ी चढ़दे चढ़ के ही उसनूं जाणा पैंदा है, सिद्धा तां नहीं ना पुज जांदा। जदों आपां गुरबाणी दी विचार वाले पासे नूं तुरना है ना, ते सब तों पहलां हुंदा है गुरबाणी दा पाठ, जिवें हुणे आपां रल मिल के कीता है। इस पाठ तों बाद दूजे नंबर उत्ते गल आउंदी है, जिहड़ियां पंगतियां आपां पढ़ियां ने उहदे अखरी अर्थ की बणदे ने, जिवें आपां हुणे विचारे ने कि तेरी भगत ना छोडूं भावें लोग हसें, भी मैं तेरी भगती नहीं छड्डांगा भावें लोग मेरे उत्ते हसी जाण। हुण अखरी अर्थां तों बाद एक होर पौड़ी हुंदी है, उह हुंदी है शब्द दे भाव अर्थ समझणे, कि गुरु साहब किहड़ा गुज्जा भाव सानूं शब्द विच समझाउणा चाहुंदे ने, ते जदों भाव अर्थ समझ आ गया, उस तो बाद अखीरली ते चौथी पौड़ी हुंदी है गुरु साहब दी उस सिक्ख्या नूं अपने जीवन दे अंदर वसा लैणा, ते जीवन नूं उस मुताबक जीउणा, उस मुताबक जीवन नूं तोरना। एक बेनती करां, वैसे आ जिहड़ा आपां गुरमत समागम अज तो आरंभ कीता है, अगले होर दो दिन चलना है, इहदे विच इक खास गल है जो आम समागमां दे विच नहीं हुंदी। कोई दसेगा जी की है इहदे विच खास गल? किसे दे ध्यान दे विच ओह गल आई होवे। इस समागम दे विच ना लंगर नहीं हैगा, ते बहुते समागम जदों आपां वेखदे आ ना आम करके, सानूं बड़ियां थावां दे उत्ते जाण नूं मिलदा है, बहुते लोग जदों गुरद्वारे आउंदे ने या किसी धार्मिक अस्थान दे उत्ते आउंदे ने, ते ओह गुरु दी गल सुणन वास्ते नहीं आउंदे, बहुते लोग लंगर खाण वास्ते आउंदे ने। क्यों जी, सहमत हो? पर तुसीं वधाई दे पात्र हो, इह वी गल नाल कहिणी पैंदी ना, भी तुसीं वधाई दे पात्र हो। आपां भावें जिन्ने बैठे हां,
ਇਹ ਜਿੰਨੇ ਕੁ ਮੈਨੂੰ ਨਜ਼ਰ ਆ ਰਹੇ ਨਾ, ਇਹ ਬੜਾ ਵੱਡਾ ਇਕੱਠ ਜੇ, ਸੱਚੀ ਗੱਲ ਆਖਾਂ ਤੇ ਇਹ ਬੜਾ ਵੱਡਾ ਇਕੱਠ ਜੇ, ਲੰਗਰ ਦਾ ਲਾਲਚ ਦੇ ਕੇ ਭਾਵੇਂ ਅਸੀਂ 50,000 ਲੱਖ ਬੰਦਾ ਵੀ ਇਕੱਠਾ ਕਰ ਲਈਏ ਨਾ, ਉਹ ਵੀ ਮੈਂ ਕਹਿੰਦਾ ਥੋੜਾ ਹੈ। ਪਰ ਜੇ ਉਸ ਪਾਸੇ ਤੋਂ ਹਟ ਕੇ, ਅਸੀਂ ਲੰਗਰ ਖਾਣ ਵਾਲੀ ਵਿਚਾਰ ਤੋਂ ਪਾਸੇ ਹਟ ਕੇ ਅਸੀਂ ਗੁਰੂ ਕੇ ਸ਼ਬਦ ਦਾ ਲੰਗਰ ਖਾਣ ਵਾਸਤੇ ਆਏ ਹਾਂ ਨਾ, ਇਹ ਗੱਲ ਬੜੀ ਵੱਡੀ ਜੇ। ਵੈਸੇ ਗੁਰਬਾਣੀ ਦੇ ਵਿੱਚ ਨਾ ਦੋ ਪ੍ਰਕਾਰ ਦੇ ਲੰਗਰ ਦਾ ਜ਼ਿਕਰ ਮਿਲਦਾ ਜੇ। ਜਦੋਂ ਅਸੀਂ ਰਾਮਕਲੀ ਕੀ ਵਾਰ ਪੜ੍ਹਦੇ ਹਾਂ ਨਾ, ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਰਾਮਕਲੀ ਕੀ ਵਾਰ, ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਇਸ ਗੱਲ ਦਾ ਜ਼ਿਕਰ ਕੀਤਾ ਬਾਣੀ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਕਹਿੰਦੇ ਨੇ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਪਾਤਸ਼ਾਹ ਜੀ ਇੱਕ ਪਾਸੇ ਗੁਰੂ ਦੇ ਸ਼ਬਦ ਦਾ ਲੰਗਰ ਜਿਹੜਾ ਹੈ ਨਾ ਉਹ ਵਰਤਾ ਰਹੇ ਨੇ। ਲੰਗਰ ਚੱਲੈ ਗੁਰ ਸ਼ਬਦ, ਗੁਰੂ ਦੇ ਸ਼ਬਦ ਦਾ ਵੀ ਲੰਗਰ ਹੁੰਦਾ ਹੈ, ਪਰ ਇਹ ਲੰਗਰ ਖਾਣ ਵਾਸਤੇ ਕੋਈ ਵਿਰਲਾ ਆਉਂਦਾ ਹੈ। ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਇੱਕ ਤਾਂ ਸ਼ਬਦ ਵਾਲਾ ਲੰਗਰ ਹੋ ਗਿਆ, ਇੱਕ ਲੰਗਰ ਦੂਜਾ ਹੈ, ਉਹ ਲੰਗਰ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ। ਇੱਕ ਲੰਗਰ ਉਹ ਹੈ ਜਿਹੜਾ ਦਾਲ ਪ੍ਰਸ਼ਾਦੇ ਦਾ ਹੁੰਦਾ ਹੈ, ਜਿਹਦੇ ਵਿੱਚ ਖੀਰ ਵਰਤਾਈ ਜਾਂਦੀ ਹੈ, ਜਿਹਦੇ ਵਿੱਚ ਹੋਰ ਸਬਜ਼ੀਆਂ ਹੁੰਦੀਆਂ ਨੇ। ਹੁਣ ਆਮ ਕਰਕੇ ਹਿਸਾਬ ਪਤਾ ਕੀ ਬਣ ਗਿਆ ਸਾਡੇ ਵਿੱਚ, ਵੀ ਆਮ ਤੁਸੀਂ ਵੇਖੋ, ਹੁਣ ਸਪੀਕਰ ਦੇ ਵਿੱਚ ਵੀ ਆਵਾਜ਼ ਜਾ ਰਹੀ, ਮੈਂ ਤਾਂ ਬੋਲਦਾ ਪਿਆ ਵਾਂ ਇਹ ਗੱਲ ਤਾਂ ਕਿ ਜਿਹੜੇ ਨਹੀਂ ਆਏ ਉਹ ਵੀ ਸੁਣ ਲੈਣ। ਹੁਣ ਗੱਲ ਸਾਡੀ ਇਹ ਬਣ ਗਈ ਹੈ ਕਿ ਅਸੀਂ ਵੇਖਦੇ ਹਾਂ ਦਾਲ ਪ੍ਰਸ਼ਾਦੇ ਵਾਲਾ ਲੰਗਰ, ਅਸੀਂ ਵੇਖਦੇ ਹਾਂ ਸ਼ਾਹੀ ਪਨੀਰ ਵਾਲਾ ਲੰਗਰ, ਅਸੀਂ ਵੇਖਦੇ ਹਾਂ ਜਲੇਬੀਆਂ ਵਾਲਾ, ਖੀਰ ਵਾਲਾ, ਵੀ ਉਹ ਹੋਏਗਾ ਤੇ ਤਾਂ ਜਾਵਾਂਗੇ, ਜੇ ਉਹ ਨਹੀਂ ਮਿਲਦਾ ਤੇ ਆਪਾਂ ਨਹੀਂ ਜਾਣਾ। ਪਰ ਇੱਕ ਬੇਨਤੀ ਕਰਾਂ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਲੰਗਰ ਖਾਣਾ ਆ ਗਿਆ, ਜਿਨ੍ਹਾਂ ਨੇ ਬਾਣੀ ਦੀ ਵਿਚਾਰ ਨੂੰ ਸੁਣਿਆ ਤੇ ਬਾਣੀ ਦੀ ਵਿਚਾਰ ਨੂੰ ਵਸਾ ਲਿਆ ਆਪਣੇ ਜੀਵਨ ਦੇ ਵਿੱਚ, ਤ੍ਰਿਪਤੀ ਅਸਲ ਦੇ ਵਿੱਚ ਉਹਨਾਂ ਦੀ ਹੁੰਦੀ ਜੇ। ਰੱਜਦੇ ਉਹੀ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਵਿਚਾਰ ਨੂੰ ਸੁਣ ਕੇ ਜੀਵਨ ਅੰਦਰ ਵਸਾਇਆ, ਤੇ ਜਿਹੜੇ ਕੇਵਲ ਦਾਲ ਪ੍ਰਸ਼ਾਦਾ ਛਕਣ ਵਾਸਤੇ ਆਏ ਹੁੰਦੇ ਨੇ ਨਾ, ਉਹ ਆ ਤੇ ਜਾਂਦੇ ਨੇ, ਖਾ ਕੇ ਘਰ ਚਲ ਜਾਂਦੇ ਨੇ, ਸਵੇਰ ਨੂੰ ਉਹਨਾਂ ਨੂੰ ਫਿਰ ਭੁੱਖ ਲੱਗੀ ਹੁੰਦੀ ਹੈ। ਪਰ ਜਿਨ੍ਹਾਂ ਦੇ ਅੰਦਰ ਗੁਰਬਾਣੀ ਦੀ ਵਿਚਾਰ ਵਸ ਗਈ ਨਾ, ਉਹ ਫਿਰ ਗੁਰਦੁਆਰੇ ਤੇ ਆਉਣਗੇ, ਪਰ ਕੇਵਲ ਲੰਗਰ ਕਰਕੇ ਨਹੀਂ ਆਉਣਗੇ। ਦੇਖੋ ਆਪਾਂ ਮੰਨ ਲਓ ਧਾਰਮਿਕ ਸਮਾਗਮ ਵਿੱਚ ਆਏ ਹਾਂ, ਉਹ ਗੱਲ ਵੱਖਰੀ ਹੈ ਵੀ ਦਾਲ ਪ੍ਰਸ਼ਾਦਾ ਹੁੰਦਾ ਹੈ, ਕਿਉਂਕਿ ਘਰ ਵਿੱਚ ਕਈ ਵਾਰ ਨਹੀਂ ਬਣਾਇਆ ਜਾਂਦਾ ਤੇ ਫਿਰ ਇਸੇ ਕਰਕੇ ਦਾਲ ਪ੍ਰਸ਼ਾਦੇ ਦਾ ਅਰੇਂਜਮੈਂਟ ਕੀਤਾ ਹੁੰਦਾ ਹੈ ਵੀ ਸੰਗਤਾਂ ਜਿਹੜੀਆਂ ਨੇ ਨਾ ਹੁਣ ਘਰ ਜਾ ਕੇ ਤਿਆਰ ਨਹੀਂ ਕਰਨਗੀਆਂ ਤਾਂ ਇੱਥੋਂ ਹੀ ਛੱਕ ਕੇ ਚਲੀਆਂ ਜਾਣ। ਮਾੜੀ ਗੱਲ ਉਹਦੇ ਵਿੱਚ ਵੀ ਕੋਈ ਨਹੀਂ, ਪਰ ਇਹ ਬੜੀ ਵੱਡੀ ਗੱਲ ਹੈ ਵੀ ਇੱਥੇ ਲੰਗਰ ਨਹੀਂ ਹੈ ਪਰ ਫਿਰ ਵੀ ਇੰਨਾ ਇਕੱਠ ਹੋ ਗਿਆ ਹੈ। ਇਹ ਬੜੀ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ, ਤਾਂ ਇਹ ਗੱਲ ਮੈਂ ਸਟੇਜ ਦੇ ਉੱਤੇ ਆਖੀ ਹੈ। ਤੁਸੀਂ ਸਾਰੇ ਹੀ ਜਿੰਨੀਆਂ ਵੀ ਸੰਗਤਾਂ ਬੈਠੇ ਹੋ ਵਧਾਈ ਦੇ ਪਾਤਰ ਹੋ ਇਸ ਕਰਕੇ। ਹੁਣ ਜਿਹੜੀ ਗੱਲ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਆਖੀ ਨਾ, ਉਸ ਪਾਸੇ ਵੀ ਅਸੀਂ ਧਿਆਨ ਦੇਣਾ ਹੈ। ਭਗਤ ਨਾਮਦੇਵ ਜੀ ਆਖਦੇ ਨੇ, ਹੇ ਮੇਰਿਆ ਮਾਲਕਾ ਤੇਰੀ ਭਗਤ ਨਾ ਛੋਡੂ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ, ਭਾਵੇਂ ਲੋਕ ਹੱਸੇ। ਸ਼ਬਦ ਪੜ੍ਹਦਿਆ ਕਰੋ ਜੀ, ਨਾਲ ਇਸੇ ਕਰਕੇ ਬੁਲਵਾਇਆ ਸੀ ਤਾਂ ਕਿ ਸਾਨੂੰ ਚੇਤਾ ਹੋ ਜਾਵੇ। ਹੁਣ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਗੱਲ ਆ ਰਹੀ ਹੈ ਭਗਤ ਦੀ, ਤੇਰੀ ਭਗਤ ਨਾ ਛੋਡੂ। ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਮੈਂ ਪੰਨਾ ਨੰਬਰ ਦੱਸਿਆ ਸੀਗਾ, ਬਸੰਤ ਰਾਗ ਦਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਤੇ ਪੰਨਾ ਨੰਬਰ ਹੈ 1195। ਆਪ ਜਾ ਕੇ ਵੇਖਿਓ, ਉੱਥੇ ਘਰ ਜਾ ਕੇ ਵੇਖਿਓ ਕਿਸੇ ਪੋਥੀ ਦੇ ਵਿੱਚ, ਜਾਂ ਮਹਾਰਾਜ ਦੇ ਸਰੂਪ ਤੋਂ ਕਦੀ ਚੈੱਕ ਕਰਿਓ, ਤੇਰੀ ਭਗਤ ਨਾ ਛੋਡੂ। ਉੱਥੇ ਜਿਹੜਾ ਭਗਤ ਲਫ਼ਜ਼ ਹੈ ਨਾ, ਭਗਤ ਦੇ ਤੱਤੇ ਨੂੰ ਲੱਗੀ ਹੋਈ ਹੈ ਸਿਹਾਰੀ। ਵੈਸੇ ਭਗਤ ਲਫ਼ਜ਼ ਗੁਰਬਾਣੀ ਵਿੱਚ 3 ਤਰ੍ਹਾਂ ਦਾ ਮਿਲਦਾ ਹੈ। ਇੱਕ ਥਾਂ ਦੇ ਉੱਤੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਇੱਕ ਥਾਂ ਦੇ ਉੱਤੇ ਤੱਤੇ ਨੂੰ ਔਂਕੜ ਲੱਗਾ ਹੋਇਆ ਹੈ, ਤੇ ਇੱਕ ਥਾਂ ਦੇ ਉੱਤੇ ਤੱਤਾ ਮੁਕਤਾ ਹੈ, ਕੋਈ ਮਾਤਰਾ ਨਹੀਂ ਹੈਗੀ। ਤੇ ਤਿੰਨਾਂ ਦੇ ਅਰਥ ਜਿਹੜੇ ਨੇ ਨਾ ਉਹ ਵੱਖਰੇ ਵੱਖਰੇ ਨੇ, ਤਿੰਨਾਂ ਦੇ ਅਰਥ ਵੱਖਰੇ ਵੱਖਰੇ ਨੇ। ਜਿੱਥੇ ਤੇ ਸਿਹਾਰੀ ਲੱਗੀ ਹੋਈ ਹੈ ਉੱਥੇ ਮਤਲਬ ਹੈ ਭਗਤੀ, ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਉਹਦਾ ਮਤਲਬ ਕੀ ਹੈ ਜੀ, ਬੋਲੋ ਜੀ ਕੀ ਹੈ ਜੀ, ਭਗਤੀ, ਉੱਥੇ ਮਤਲਬ ਹੈ ਭਗਤੀ। ਤੇ ਜਿੱਥੇ ਕੋਈ ਮਾਤਰਾ ਨਹੀਂ ਹੈਗੀ, ਜਿੱਥੇ ਤੱਤਾ ਮੁਕਤਾ ਹੈ, ਉੱਥੇ ਗੱਲ ਹੋ ਰਹੀ ਹੈ ਬਹੁਤੇ ਭਗਤਾਂ ਦੀ, ਜਿਵੇਂ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਉੱਥੇ ਬਹੁਤੇ ਭਗਤਾਂ ਦਾ ਜ਼ਿਕਰ ਹੋ ਰਿਹਾ ਜਿੱਥੇ ਕੋਈ ਮਾਤਰਾ ਨਹੀਂ ਹੈਗੀ, ਤੇ ਜਿੱਥੇ ਤੱਤੇ ਦੇ ਪੈਰ 'ਚ ਔਂਕੜ ਲੱਗਾ ਹੋਇਆ ਉੱਥੇ ਇੱਕ ਭਗਤ ਦੀ ਗੱਲ ਹੋ ਰਹੀ ਹੈ।
ਇਹ ਗੁਰਬਾਣੀ ਦੇ ਬਰੀਕ ਨੁਕਤੇ ਨੇ। ਉੱਥੇ ਇੱਕ ਭਗਤ ਦੀ ਗੱਲ ਹੋ ਰਹੀ ਹੈ, ਪਰ ਜਿਹੜਾ ਸ਼ਬਦ ਆਪਾਂ ਵਿਚਾਰ ਰਹੇ ਹਾਂ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਮਤਲਬ ਹੈ ਕੀ ਹੈ ਜੀ? ਭਗਤੀ। ਤੇਰੀ ਭਗਤ ਨਾ ਛੋਡੂ, ਭਗਤ ਨਾਮਦੇਵ ਜੀ ਕਹਿ ਰਹੇ ਹੇ ਮੇਰਿਆ ਮਾਲਕਾ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ। ਹੁਣ ਭਗਤੀ ਹੈ ਕੀ? ਭਗਤੀ ਦੇ ਨਾਂ ਦੇ ਉੱਤੇ ਵੀ ਤੇ ਰੌਲਾ ਹੈ ਨਾ। ਹਰ ਬੰਦਾ ਆਪੋ ਆਪਣੀ ਭਗਤੀ ਦੱਸਦਾ ਫਿਰਦਾ। ਕਿਸੇ ਨੂੰ ਪੁੱਛੋ ਜੀ ਰੱਬ ਦੀ ਭਗਤੀ ਕਿਵੇਂ ਕਰੀਏ, ਰੱਬ ਦਾ ਨਾਮ ਕਿਵੇਂ ਜਪੀਏ, ਰੱਬ ਨੂੰ ਕਿਵੇਂ ਧਿਆਈਏ, ਤੇ ਤੁਹਾਨੂੰ ਵੰਨ ਸਵੰਨੇ ਲੋਕ ਮਿਲਣਗੇ ਤੇ ਵੰਨ ਸਵੰਨੀਆਂ ਮਰਿਆਦਾਵਾਂ। ਜਿਹਦਾ ਜੀ ਕੀਤਾ ਉਹਨੇ ਕਾਪੀ ਚੁੱਕੀ, ਚਾਰ ਲਾਈਨਾਂ ਲਿਖ ਦਿੱਤੀਆਂ, ਕਹਿੰਦੇ ਜੀ ਸਾਡੇ ਡੇਰੇ ਦੀ ਮਰਿਆਦਾ ਹੈ ਜੀ। ਜਿਹੜੇ ਜਥੇਬੰਦੀ ਦਾ ਜੀ ਕੀਤਾ ਉਹਨੇ ਕਾਪੀ ਚੁੱਕੀ, ਆਪਣੀ ਮਰਿਆਦਾ ਬਣਾ ਤੀ, ਛਾਪ ਦਿੱਤੀ, ਲਓ ਜੀ ਵੰਡ ਦਿੱਤੀ ਗਈ ਜੀ ਇਹ ਫਲਾਣੇ ਮਹਾਂਪੁਰਖਾਂ ਦੀ ਮਰਿਆਦਾ। ਕਦੀ ਗੁਰੂ ਨੂੰ ਵੀ ਪੁੱਛ ਲਓ, ਮਰਿਆਦਾ ਤੇ ਗੁਰੂ ਦੀ ਸੀ, ਕਿਸੇ ਬੰਦੇ ਦੀ ਕੋਈ ਮਰਿਆਦਾ ਨਹੀਂ ਹੋਇਆ ਕਰਦੀ ਕਦੀ ਵੀ। ਤੇ ਜਿਸ ਗੁਰੂ ਦੀ ਬਾਣੀ ਪੜ੍ਹਦੇ ਆ ਨਾ, ਅੱਜ ਸਿੱਖ ਦਾ ਹਾਲ ਐਸਾ ਬਣ ਗਿਆ ਕਿ ਗੁਰੂ ਦੀ ਬਾਣੀ ਤੋਂ ਮਰਿਆਦਾ ਪੁੱਛਣ ਵਾਸਤੇ ਤਿਆਰ ਨਹੀਂ ਹੈ, ਦੁਨੀਆਂ ਦੇ ਲੋਕਾਂ ਦੇ ਕੋਲੋਂ ਮਰਿਆਦਾ ਪੁੱਛੀ ਜਾਂਦੀ ਹੈ ਅੱਜ ਦੇ ਟਾਈਮ ਵਿੱਚ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਸਾਡੇ ਕੋਲ ਸਾਡਾ ਗੁਰੂ ਹੈਗਾ। ਗੁਰੂ ਨੂੰ ਪੁੱਛੋ ਗੁਰੂ ਜੀ ਭਗਤੀ ਕਿਵੇਂ ਹੋਣੀ ਹੈ, ਤੁਸੀਂ ਦੱਸੋ। ਗੁਰੂ ਜੀ ਦੱਸਦੇ ਨੇ ਤੇ ਨਿੱਤ ਦੱਸਦੇ ਨੇ। ਜਿਹੜੀ ਬਾਣੀ ਸਿੱਖ ਰੋਜ਼ਾਨਾ ਪੜ੍ਹਦਾ ਹੈ ਨਾ, ਰੋਜ਼ਾਨਾ ਜਿਹਨੂੰ ਆਪਾਂ ਜਪ ਜੀ ਸਾਹਿਬ ਕਹਿੰਦੇ ਹਾਂ, ਉਸੇ ਬਾਣੀ ਦੇ ਵਿੱਚ ਭਗਤੀ ਦੀ ਪਰਿਭਾਸ਼ਾ ਇੱਕੋ ਪੰਕਤੀ ਦੇ ਵਿੱਚ ਸਤਿਗੁਰੂ ਨੇ ਦੱਸ ਦਿੱਤੀ ਹੈ, ਕੋਈ ਭੁਲੇਖਾ ਰਹਿਣ ਨਹੀਂ ਦਿੱਤਾ। ਪਰ ਤੁਸੀਂ ਜੇ ਦੁਨੀਆਂ ਦੇ ਲੋਕਾਂ ਨੂੰ ਪੁੱਛੋ ਨਾ ਕਿਵੇਂ ਕਰਨੀ ਹੈ ਭਗਤੀ, ਕਿਵੇਂ ਜਪਣਾ ਹੈ ਰੱਬ ਦਾ ਨਾਮ, ਕੋਈ ਕਹਿੰਦਾ ਜੀ ਗੁਰਦੁਆਰੇ ਦੀਆਂ ਸਾਰੀਆਂ ਬੱਤੀਆਂ ਬੰਦ ਕਰ ਦਿਓ, ਹਨੇਰਾ ਕਰ ਦਿਓ, ਜਿੱਥੇ ਕਮਾਰਜ ਦਾ ਸਰੂਪ ਹੈ ਨਾ ਉੱਥੇ ਕੀ ਕੇਵਲ ਰੋਸ਼ਨੀ ਰਹਿਣ ਦਿਓ। ਇਸ ਤਰ੍ਹਾਂ ਰੱਬ ਦੀ ਭਗਤੀ ਹੁੰਦੀ ਹੈ, ਇਹ ਉਹਨਾਂ ਦਾ ਕਹਿਣਾ ਹੈ। ਕੋਈ ਕਹਿੰਦੇ ਨੇ ਜੀ ਸਮਾਧੀ ਲਾ ਲਓ ਤਾਂ ਰੱਬ ਦੀ ਭਗਤੀ ਹੁੰਦੀ ਹੈ, ਕੋਈ ਕਹਿੰਦਾ ਇਹ ਹੱਥ ਵਿੱਚ ਮਾਲਾ ਫੜ ਲਓ ਤਾਂ ਰੱਬ ਦੀ ਭਗਤੀ ਹੁੰਦੀ ਹੈ, ਕੋਈ ਕਹਿੰਦਾ ਇਹ ਮੰਤਰ ਜਾਪ ਕਰ ਲਓ ਤਾਂ ਰੱਬ ਦੀ ਭਗਤੀ ਹੁੰਦੀ ਹੈ। ਪਰ ਮੈਂ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਮਾਲਕਾ ਦੁਨੀਆਂ ਦੇ ਲੋਕ ਵੱਖ ਵੱਖ ਤਰੀਕੇ ਦੱਸਦੇ ਫਿਰਦੇ ਨੇ, ਕਿ ਤੁਸੀਂ ਇਹਨਾਂ ਤਰੀਕਿਆਂ ਨਾਲ ਸਹਿਮਤ ਹੋ? ਮਾਲਕ ਜੀ ਤੁਸੀਂ ਸਹਿਮਤ ਹੋ ਇਹਨਾਂ ਤਰੀਕਿਆਂ ਨਾਲ? ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ ਮੈਂ ਇੱਕ ਵੀ ਤਰੀਕੇ ਨਾਲ ਸਹਿਮਤ ਨਹੀਂ ਜਿਹੜੇ ਤਰੀਕੇ ਦੁਨੀਆਂ ਦੇ ਲੋਕ ਦੱਸਦੇ ਫਿਰਦੇ ਨੇ, ਮੈਂ ਇੱਕ ਵੀ ਗੱਲ ਨਾਲ ਸਹਿਮਤ ਨਹੀਂ। ਦੁਨੀਆਂ ਦੇ ਲੋਕਾਂ ਦੀ ਮਰਿਆਦਾ ਹੋ ਸਕਦੀ ਹੈ, ਪਰ ਜਿਹੜੀ ਅਸਲ ਵਿੱਚ ਰੱਬ ਦੀ ਮਰਿਆਦਾ ਹੈ, ਅਸਲ ਵਿੱਚ ਗੁਰੂ ਦੀ ਮਰਿਆਦਾ ਹੈ ਨਾ, ਉਹ ਸੁਣ ਲਓ ਤੇ ਪੰਕਤੀ ਵੀ ਤੁਹਾਨੂੰ ਚੇਤੇ ਹੋਣੀ। ਜੇ ਮੈਂ ਤੇ ਬਸ ਚੇਤੇ ਕਰਾਉਣੀ ਹੈ, ਯਾਦ ਤੁਹਾਨੂੰ ਸਾਰਿਆਂ ਨੂੰ ਹੈ, ਜਪਜੀ ਸਾਹਿਬ ਦੀ ਪੰਕਤੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਵਿਣ ਗੁਣ ਕੀਤੇ ਕੀ ਹੈ ਜੀ ਭਗਤ ਨਾ ਹੋਏ। ਆ ਗੱਲ ਕਲੀਅਰ ਹੋ ਗਈ ਨਾ, ਇੱਥੇ ਵੀ ਭਗਤ ਲਫਜ ਆਇਆ ਜੀ, ਤੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਜੀ ਇੱਥੇ ਵੀ। ਵਿਣ ਗੁਣ ਕੀਤੇ ਭਗਤ ਨਾ ਹੋਏ, ਮਤਲਬ ਕੀ ਨਿਕਲਦਾ ਇਹਦਾ? ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਗੁਣ ਕੀ ਨੇ? ਰੱਬੀ ਗੁਣ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਸੱਚ ਬੋਲਣਾ, ਝੂਠ ਨਾ ਬੋਲਣਾ, ਆਪਣੇ ਜੀਵਨ ਵਿੱਚ ਸੰਤੋਖ ਲੈ ਕੇ ਆਉਣਾ, ਤ੍ਰਿਸ਼ਨਾ ਦਾ ਤਿਆਗ ਕਰਨਾ, ਇਹ ਰੱਬੀ ਗੁਣ ਨੇ। ਕਹਿੰਦੇ ਭਲਿਆ ਆਪਣੇ ਜੀਵਨ ਦੇ ਵਿੱਚ ਰੱਬੀ ਗੁਣ ਲੈ ਕੇ ਆ, ਤੂੰ ਜਿਹੜਾ ਵੀ ਕੰਮ ਕਰੇ ਉਹਦੇ ਵਿੱਚ ਇਮਾਨਦਾਰੀ ਹੋਵੇ, ਜਿਹੜਾ ਵੀ ਤੂੰ ਕੰਮ ਕਰੇ ਪਹਿਲਾਂ ਵੇਖ ਲਈ ਵੀ ਉਹ ਕੰਮ ਠੀਕ ਹੈ, ਪਹਿਲਾਂ ਧਿਆਨ ਨਾਲ ਵੇਖ ਲਈ। ਹੋਰ ਐਸਾ ਤੇ ਨਾ ਹੋਵੇ ਕੋਈ ਬੰਦਾ ਆਖੇ ਜੀ ਮੈਂ ਤੇ ਸ਼ਰਾਬ ਦਾ ਠੇਕਾ ਖੋਲਿਆ ਏ, ਪਰ ਇਮਾਨਦਾਰੀ ਪੂਰੀ ਜੇ, ਬੋਤਲਾਂ ਚੰਗੀਆਂ ਵੇਚਦਾ ਪਰ ਇੱਕ ਇੱਕ ਪੈਸਾ ਵੀ ਵਾਧੂ ਨਹੀਂ ਕਮਾਉਂਦਾ, ਜਿੰਨੇ ਦੀ ਬੋਤਲ ਆਉਂਦੀ ਹੈ ਉਹ ਤੋਂ ਆਪਣਾ ਪ੍ਰੋਫਿਟ ਕੱਢ ਕੇ ਵੇਚਦਾ, ਐਸੀ ਕਿਰਤ ਕੀਤੀ ਹੋਈ ਗੁਰੂ ਨੂੰ ਪ੍ਰਵਾਨ ਨਹੀਂ ਹੈ। ਸ਼ਰਾਬਾਂ ਵੇਚ ਵੇਚ ਕੇ ਆਪਣੇ ਘਰ ਭਰ ਲਏ ਜਾਣ ਤੇ ਲੋਕਾਂ ਦੇ ਜੀਵਨ ਬਰਬਾਦ ਕਰ ਦਿੱਤੇ ਜਾਣ, ਐਸੀ ਕਿਰਤ ਗੁਰੂ ਨੂੰ ਪ੍ਰਵਾਨ ਨਹੀਂ ਹੈ। ਗੁਰੂ ਨੂੰ ਕਿਰਤ ਕਿਹੜੀ ਪ੍ਰਵਾਨ ਹੈ? ਜਿਹੜੀ ਗੁਰੂ ਦੀ ਬਾਣੀ ਦੇ ਮੁਤਾਬਕ ਕੀਤੀ ਜਾਵੇਗੀ। ਇੱਕ ਬੇਨਤੀ ਕਰਾਂ, ਵੈਸੇ ਜਦੋਂ ਕਿਰਤ ਦੀ ਗੱਲ ਚੱਲਦੀ ਹੈ ਨਾ, ਕਿਰਤ ਤੇ ਤੁਸੀਂ ਵੇਖੋ ਚੋਰ ਵੀ ਕਰੀ ਜਾਂਦਾ ਜੇ, ਕਿਰਤ ਤੇ ਡਾਕੂ ਵੀ ਕਰੀ ਜਾਂਦਾ, ਚੋਰ ਵੀ ਤਾਂ ਕਿਰਤ ਕਰ ਹੀ ਰਿਹਾ ਨਾ। ਚੋਰ ਦੀ ਕਿਰਤ ਕੀ ਹੈ? ਚੋਰ ਦੀ ਕਿਰਤ ਹੈ ਚੋਰੀ ਕਰਨੀ, ਸਗੋਂ ਆਮ ਬੰਦਿਆਂ ਨਾਲੋਂ ਔਖੀ ਕਿਰਤ ਹੈ ਉਹਦੀ। ਸਾਰੀ ਸਾਰੀ ਰਾਤ ਜਾਗਦਾ ਏ, ਪਲੈਨਿੰਗ ਬਣਾਉਂਦਾ ਏ, ਲੋਕਾਂ ਦੇ ਘਰ ਜਾਂਦਾ ਏ, ਫਿਰ ਉਹਨੂੰ ਡਰ ਹੁੰਦਾ ਕਿ ਘਰ ਦੇ ਮੈਂਬਰ ਕਿਤੇ ਉੱਠ ਨਾ ਜਾਣ, ਜਦੋਂ ਮੈਂ ਇਹਨਾਂ ਦੀ ਅਲਮਾਰੀ ਖੋਲ੍ਹਣੀ ਹੈ, ਜਦੋਂ ਮੈਂ ਇਹਨਾਂ ਦੀ ਤਿਜੋਰੀ ਖੋਲ੍ਹਣੀ ਹੈ, ਕਿਤੇ ਉੱਠ ਨਾ ਜਾਣ। ਉਹ ਹੈਗੀ ਤੇ ਉਹਦੀ ਵੀ ਕਿਰਤੀ ਹੈ, ਪਰ ਐਸੀ ਕਿਰਤ ਗੁਰੂ ਨੂੰ ਪ੍ਰਵਾਨ ਨਹੀਂ ਹੈ।
ਕੋਈ ਡਾਕੇ ਮਾਰੇ ਐਸੀ ਕਿਰਤ ਗੁਰੂ ਨੂੰ ਪ੍ਰਵਾਨ ਨਹੀਂ ਹੈ, ਕੋਈ ਠੱਗੀਆਂ ਮਾਰੇ ਐਸੀ ਕਿਰਤ ਗੁਰੂ ਨੂੰ ਪ੍ਰਵਾਨ ਨਹੀਂ। ਇਸੇ ਕਰਕੇ ਇੱਕ ਬੇਨਤੀ ਕਰਨੀ ਚਾਹਾਂਗਾ, ਆਪਾਂ ਨਾ ਗੁਰੂ ਨਾਨਕ ਸਾਹਿਬ ਦੇ 3 ਸਿਧਾਂਤਾਂ ਦਾ ਜ਼ਿਕਰ ਕਰਦੇ ਹਾਂ ਆਮ ਕਰਕੇ। ਉਹ ਕਿਹੜੇ ਕਿਹੜੇ ਨੇ ਜੀ? ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਆ 3 ਗੱਲਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਨਾ, ਪਰ ਗੌਰ ਕਰਿਓ ਕਦੀ, ਆਪਾਂ ਜਦੋਂ ਸਟਾਰਟਿੰਗ ਵਿੱਚ ਪਹਿਲੇ ਨੰਬਰ ਉੱਤੇ ਕਹਿੰਦੇ ਨਾ ਕਿਰਤ ਕਰੋ, ਇੱਥੇ ਥੋੜਾ ਜਿਹਾ ਚੇਂਜ ਕਰਨਾ ਬਣਦਾ ਸਾਨੂੰ। ਇੱਥੇ ਸਾਨੂੰ ਕਿਰਤ ਕਰੋ ਨਹੀਂ, ਇੱਥੇ ਸਾਨੂੰ ਕਹਿਣਾ ਚਾਹੀਦਾ ਹੈ ਧਰਮ ਦੀ ਕਿਰਤ ਕਰੋ, ਧਰਮ ਦੀ ਕਿਰਤ ਕਰੋ। ਕਿਉਂਕਿ ਕਿਰਤ ਤਾਂ ਚੋਰ ਵੀ ਕਰ ਰਿਹਾ, ਕਿਰਤ ਦੀ ਚੋਰ ਦੀ ਕਿਰਤ ਕੀ ਹੈ? ਚੋਰੀ ਕਰਨੀ। ਠੱਗ ਦੀ ਕਿਰਤ ਕੀ ਹੈ? ਠੱਗੀ ਮਾਰਨੀ, ਉਹ ਵੀ ਕਰਦਾ ਪਿਆ ਹੈ। ਅਸਲ ਵਿੱਚ ਜਦੋਂ ਆਪਾਂ ਬਾਣੀ ਦੇ ਮੁਤਾਬਕ ਵੇਖਦੇ ਹਾਂ ਨਾ, ਤੇ ਉੱਥੇ ਕਹਿਣਾ ਚਾਹੀਦਾ ਹੈ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਕਿਉਂਕਿ ਜਿਹੜੀ ਧਰਮ ਦੀ ਕਿਰਤ ਹੋਵੇਗੀ ਨਾ, ਉਹ ਗੁਰੂ ਸਾਹਿਬ ਨੇ ਬਾਣੀ ਅੰਦਰ ਸਿਖਾਈ, ਜਿੱਥੇ ਪਾਤਸ਼ਾਹ ਨੇ ਆਖਿਆ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਅਸਲੀ ਧਰਮੀ ਹੋਣਾ ਕੀ ਹੈ? ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰਨੇ, ਇਸ ਨੂੰ ਕਹਿੰਦੇ ਨੇ ਅਸਲੀ ਧਰਮੀ ਹੋਣਾ, ਇਸ ਨੂੰ ਕਹਿੰਦੇ ਨੇ ਜੀਵਨ ਵਿੱਚ ਧਰਮ ਲੈ ਕੇ ਆਉਣਾ, ਤੇ ਇਸੇ ਨੂੰ ਗੁਰੂ ਸਾਹਿਬ ਨੇ ਭਗਤੀ ਆਖਿਆ ਜੇ। ਆਪਣੇ ਜੀਵਨ ਵਿੱਚ ਚੰਗੇ ਗੁਣਾਂ ਨੂੰ ਲੈ ਕੇ ਆਉਣਾ, ਇਹ ਭਗਤੀ ਹੈ। ਹੋਰ ਜੋ ਜੋ ਸਮਾਜ ਦੇ ਵਿੱਚ ਕੀਤਾ ਜਾਂਦਾ ਹੈ ਨਾ, ਗੁਰੂ ਸਾਹਿਬ ਨੇ ਉਸਨੂੰ ਭਗਤੀ ਨਹੀਂ ਮੰਨਿਆ। ਇੱਕ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉਹਨਾਂ ਨੇ ਨਾ ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਨੇ ਉਹਦੇ ਵਿੱਚ। ਉਹ 'ਚੋਂ ਇੱਕ ਉਦਾਹਰਨ ਮੈਂ ਆਪ ਜੀ ਨਾਲ ਸਾਂਝੀ ਕਰਾਂ। ਭਗਤ ਜੀ ਆਖਦੇ ਨੇ, ਹੁਣ ਪੁਰਾਣੇ ਸਮੇਂ ਦੇ ਵਿੱਚ, ਅੱਜ ਵੇਖੋ ਪਤੰਗਾਂ ਉਡਾਈਆਂ ਜਾਂਦੀਆਂ ਨੇ, ਬੱਚੇ ਪਤੰਗਾਂ ਉਡਾਉਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਪਤੰਗਾਂ ਸੀ ਨਾ, ਉਹ ਬਣੀਆਂ ਬਣਾਤੀਆਂ ਮਿਲਦੀਆਂ ਨਹੀਂ ਸੀ ਹੁੰਦੀਆਂ। ਬੱਚੇ ਕੀ ਕਰਦੇ ਸੀ, ਬਾਜ਼ਾਰ ਜਾਂਦੇ ਸੀ, ਕਾਗਜ਼ ਲੈ ਕੇ ਆਉਂਦੇ ਸੀ, ਤੇ ਉਸ ਕਾਗਜ਼ ਦੀ ਉਹ ਪਤੰਗ ਆਪ ਘਰ ਲਿਆ ਕੇ ਨਾ ਤਿਆਰ ਕਰਿਆ ਕਰਦੇ ਸੀ। ਤਾਂ ਭਗਤ ਨਾਮਦੇਵ ਜੀ ਨੇ ਇੱਕ ਉਹੀ ਉਦਾਹਰਣ ਲੈ ਲਈ ਤੇ ਇਹ ਗੱਲ ਦੱਸੀ ਹੈ ਕਿ ਰੱਬ ਨੂੰ ਧਿਆਇਆ ਕਿਵੇਂ ਜਾਵੇਗਾ, ਰੱਬ ਦਾ ਨਾਮ ਕਿਵੇਂ ਜਪਿਆ ਜਾਵੇ। ਭਗਤ ਜੀ ਆਖਦੇ ਨੇ, ਆ ਨੀਲੇ ਕਾਗਜ਼ ਕਾਟੀ ਲੇ ਗੁੱਡੀ। ਕਹਿੰਦੇ ਇੱਕ ਬੱਚਾ ਨਾ ਬਾਜ਼ਾਰ ਦੇ ਵਿੱਚ ਗਿਆ ਤੇ ਕੀ ਲੈ ਕੇ ਆਇਆ ਉੱਥੋਂ ਜੀ? ਕਾਗਜ਼ ਲੈ ਕੇ ਆਇਆ, ਆ ਨੀਲੇ ਕਾਗਜ਼ ਲੈ ਕੇ ਆਇਆ। ਕਾਗਜ਼ ਘਰ ਲੈ ਕੇ ਆਇਆ, ਤੀਲੇ ਘਰ ਲੈ ਕੇ ਆਇਆ, ਤੇ ਕੀਤਾ ਕੀ? ਕਾਟੀਲੇ ਗੁੱਡੀ, ਗੁੱਡੀ ਦੀ ਸ਼ੇਪ ਵਿੱਚ, ਪਤੰਗ ਦੀ ਸ਼ੇਪ 'ਚ ਉਹ ਕਾਗਜ਼ ਨੂੰ ਕੱਟਿਆ, ਇੱਕ ਪਤੰਗ ਤਿਆਰ ਕਰ ਲਈ ਹੈ। ਆਨੀ ਲੇ ਕਾਗਜ਼ ਕਾਟੀ ਲੇ ਗੁੱਡੀ। ਤੇ ਉਹ ਕੀ ਕੀਤਾ ਉਹਨੂੰ ਜੀ? ਪਤੰਗ ਤਿਆਰ ਹੋ ਗਈ, ਕੰਨੀਆਂ ਪਾਈਆਂ ਤੇ ਉਡਾ ਦਿੱਤੀ ਅਸਮਾਨ ਦੇ ਵਿੱਚ। ਆਕਾਸ਼ ਮੱਦੇ ਭਰਮੀ ਅਲੇ, ਆਕਾਸ਼ ਦੇ ਵਿੱਚ ਉਡਾ ਦਿੱਤੀ ਉਹ ਪਤੰਗ। ਹੁਣ ਪਤੰਗ ਜਿਹੜੀ ਹੈ ਨਾ ਆਕਾਸ਼ ਦੇ ਵਿੱਚ ਹੈ, ਤੇ ਡੋਰ ਕਿਹਦੇ ਹੱਥ ਵਿੱਚ ਹੈ ਜੀ? ਉਸ ਬੱਚੇ ਦੇ ਹੱਥ ਵਿੱਚ। ਪਤੰਗ ਉਹਦੀ ਅਸਮਾਨ ਵਿੱਚ ਉੱਡ ਰਹੀ ਹੈ, ਡੋਰ ਉਹਦੇ ਹੱਥ ਦੇ ਵਿੱਚ ਹੈ। ਅਨੀਲੇ ਕਾਗਜ਼ ਕਾਟੀ ਲੇ ਗੁੱਡੀ, ਆਕਾਸ਼ ਮੱਦੇ ਭਰਮੀ ਅਲੇ। ਹੁਣ ਭਗਤ ਜੀ ਨੇ ਆਖਿਆ, ਕਹਿੰਦੇ ਪਤੰਗ ਉਹਦੀ ਅਸਮਾਨ ਦੇ ਵਿੱਚ ਹੈ, ਡੋਰ ਉਹਦੇ ਹੱਥ ਵਿੱਚ, ਤਾਂ ਕਰਦਾ ਪਤਾ ਕੀ ਪਿਆ? ਪੰਚ ਜਨਾ ਸਿਉ ਬਾਤ ਬਤਊਆ। ਪੰਚ ਜਣਾ ਲਾਗੇ ਨਾ ਉਹਦੇ ਦੋਸਤ ਮਿੱਤਰ ਖਲੋਤੇ ਨੇ। ਕਈ ਵਾਰ ਹੁੰਦਾ ਨਾ ਵੀ ਛੱਤ ਉੱਤੇ 4-5 ਮਿੱਤਰ ਚੜ੍ਹੇ ਨੇ, ਨਾਲ ਚੜ੍ਹਿਆ ਦੋਸਤ ਤੇ ਉਹ ਪਤੰਗ ਉਡਾ ਰਹੇ ਸਾਰੇ ਬੱਚੇ ਰਲ ਕੇ ਉੱਤੇ। ਪੰਚ ਜਨਾ ਸਿਉ ਬਾਤ ਬਤਊਆ, ਆਪਣੇ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦਾ। ਪਰ ਭਗਤ ਜੀ ਨੇ ਆਖਿਆ, ਕਹਿੰਦੇ ਉਹਦਾ ਚਿੱਤ, ਉਹਦਾ ਦਿਮਾਗ, ਉਹਦੀ ਸੁਰਤ ਪਤਾ ਕਿੱਥੇ ਹੈ? ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋਡੋਰੀ ਰਾਖੀ ਅਲੇ। ਉਹਦੀ ਜਿਹੜੀ ਸੁਰਤ ਹੈ ਨਾ, ਉਹ ਕਿੱਥੇ ਹੈ? ਉਹਦਾ ਚਿੱਤ ਕਿੱਥੇ ਹੈ? ਉਸ ਡੋਰੀ ਦੇ ਵਿੱਚ, ਤਾਂ ਕਿ ਮੇਰੀ ਪਤੰਗ ਜਿਹੜੀ ਹੈ ਉਹ ਥੱਲੇ ਨਾ ਡਿੱਗ ਪਵੇ। ਦੋਸਤਾਂ ਨਾਲ ਗੱਲਾਂ ਕਰਦਾ ਪਿਆ, ਦੋਸਤ ਕਹਿੰਦੇ ਤੇਰੀ ਡੋਰ ਮੁੱਕਣ ਵਾਲੀ ਹੈ। ਕਹਿੰਦਾ ਥੱਲੇ ਪਈ ਹੈ ਇੱਕ ਹੋਰ ਡੋਰ, ਉਹ ਲੈ ਆਓ, ਇਹਦੇ ਨਾਲ ਗੰਢ ਮਾਰ ਦਿਓ ਤੇ ਵਧਾਣੀ ਮੈਂ ਪਤੰਗ ਅਜੇ ਉੱਤੇ। ਥੱਲੇ ਉਹ ਮਾਂ ਵੀ ਆਵਾਜ਼ ਮਾਰ ਦਿੰਦੀ ਹੈ ਵੀ ਪੁੱਤ ਤੈਨੂੰ ਬਹੁਤ ਸਮਾਂ ਹੋ ਗਿਆ ਪਤੰਗ ਉਡਾਉਂਦੇ, ਹੁਣ ਥੱਲੇ ਆ ਜਾ, ਥੱਲੇ ਆ ਜਾ, ਆ ਕੇ ਹੁਣ ਕੁਝ ਖਾ ਪੀ ਲੈ, ਬੜੀ ਦੇਰ ਹੋ ਗਈ ਤੈਨੂੰ ਪਤੰਗ ਉਡਾਉਂਦੇ ਆ ਉੱਤੇ। ਤੇ ਮਾਂ ਦੇ ਨਾਲ ਵੀ ਗੱਲਾਂ ਕਰੀ ਜਾਂਦਾ ਹੈ, ਮਾਂ ਨੂੰ ਵੀ ਕਹਿੰਦਾ ਮਾਂ ਆ ਜਾਂਦਾ ਅੱਧਾ ਘੰਟਾ ਅਜੇ ਹੋਰ ਉਡਾਉਣੀ ਹੈ ਮੈਂ ਪਤੰਗ, ਮੈਂ ਆ ਜਾਂਦਾ। ਮਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ, ਦੋਸਤਾਂ ਮਿੱਤਰਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ, ਪਰ ਉਹਦਾ ਚਿੱਤ ਕਿੱਥੇ ਹੈ ਜੀ? ਪਤੰਗ ਦੀ, ਬੋਲੋ ਜੀ ਕਿੱਥੇ ਹੈ ਜੀ? ਪਤੰਗ ਦੀ ਡੋਰ ਦੇ ਵਿੱਚ ਹੈ ਉਹਦਾ ਚਿੱਤ। ਹੁਣ ਇਹ ਉਦਾਹਰਨ ਕਿਉਂ ਦਿੱਤੀ ਭਗਤ ਨਾਮਦੇਵ ਜੀ ਨੇ?
ਤੇ ਭਗਤੀ ਕਰਨ ਵਾਸਤੇ ਆਖਿਆ ਇਹ ਉਦਾਹਰਣ ਦੇ ਕੇ, ਬਸ ਗੱਲ ਇੰਨੀ ਕੁ ਸਮਝਾਈ। ਕਹਿੰਦੇ ਹੇ ਭਲਿਆ, ਉਹ ਬੱਚਾ ਕੌਣ ਹੈ? ਉਹ ਬੱਚੇ ਹਾਂ ਅਸੀਂ ਸਾਰੇ, ਉਹ ਬੱਚੇ ਹਾਂ ਅਸੀਂ ਸਾਰੇ। ਤੇ ਅਸੀਂ ਵੀ ਨਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸੇ ਤਰ੍ਹਾਂ ਮਿਲਦੇ ਗਿਲਦੇ ਰਹਿਣਾ ਹੈ, ਜਿਵੇਂ ਉਹ ਬੱਚਾ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਮਾਰ ਰਿਹਾ। ਕਹਿੰਦੇ ਭਲਿਆ ਤੂੰ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਇਸੇ ਤਰ੍ਹਾਂ ਮਿਲ, ਇਸੇ ਤਰ੍ਹਾਂ ਹਾਸਾ ਮਜ਼ਾਕ ਕਰ ਉਹਨਾਂ ਦੇ ਨਾਲ। ਤਾਂ ਹੀ ਉਹ ਤੇ ਆਖਿਆ ਨਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਤੂੰ ਹੱਸ ਖੇਡ ਖਾ ਪੀ, ਤੈਨੂੰ ਮੈਂ ਰੋਕਦਾ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਤੂੰ ਵੀ ਇਸੇ ਤਰ੍ਹਾਂ ਸਮਾਜ ਦੇ ਵਿੱਚ ਵਿਚਰ, ਇਸੇ ਸਮਾਜ ਦੇ ਵਿੱਚ ਰਹਿ, ਆਪਣਾ ਕੰਮ ਕਾਜ ਕਰ। ਜੇ ਕੋਈ ਬਿਜ਼ਨਸ ਕਰਦਾ ਹੈ ਬਿਜ਼ਨਸ ਕਰੇ, ਜੇ ਕੋਈ ਨੌਕਰੀ ਕਰਦਾ ਹੈ ਨੌਕਰੀ ਕਰੇ, ਜੇ ਜੋ ਵੀ ਕੋਈ ਕੰਮ ਕਰਦਾ ਹੈ ਭਾਵੇਂ ਕੋਈ ਦੁਕਾਨਦਾਰੀ ਕਰਦਾ ਹੈ ਦੁਕਾਨਦਾਰੀ ਕਰੇ। ਕਹਿੰਦੇ ਭਲਿਆ ਤੂੰ ਜਿਹੜਾ ਮਰਜ਼ੀ ਕੰਮ ਕਰ ਆਪਣੇ ਜੀਵਨ ਦੇ ਵਿੱਚ, ਬਸ ਇੱਕ ਗੱਲ ਚੇਤੇ ਰੱਖੀ ਕਿ ਜਿਸ ਤਰ੍ਹਾਂ ਉਸ ਬੱਚੇ ਦਾ ਧਿਆਨ ਪਤੰਗ ਦੀ ਡੋਰ ਦੇ ਵਿੱਚ ਸੀ ਨਾ, ਕਹਿੰਦੇ ਤੇਰਾ ਧਿਆਨ ਅਕਾਲ ਪੁਰਖ ਦੇ ਵਿੱਚ ਹੋਣਾ ਚਾਹੀਦਾ। ਤੇਰਾ ਧਿਆਨ ਕਿੱਥੇ ਹੋਣਾ ਚਾਹੀਦਾ? ਅਕਾਲ ਪੁਰਖ ਦੇ ਵਿੱਚ। ਕੰਮ ਜੋ ਮਰਜ਼ੀ ਕਰ, ਪਰ ਜਦੋਂ ਸੁਰਤ ਦੇ ਵਿੱਚ ਅਕਾਲ ਪੁਰਖ ਵਾਲੀ ਵਿਚਾਰ ਹੋਵੇਗੀ ਨਾ, ਪਹਿਲੀ ਗੱਲ ਬੰਦਾ ਕਦੀ ਵੀ ਗਲਤ ਕੰਮ ਨਹੀਂ ਕਰੇਗਾ, ਹਮੇਸ਼ਾ ਚੰਗਾ ਕੰਮ ਹੀ ਕਰੇਗਾ। ਫਿਰ ਇਹ ਨਹੀਂ ਵੀ ਨਸ਼ੇ ਵੇਚ ਵੇਚ ਕੇ ਆਪਣਾ ਘਰ ਭਰੇਗਾ, ਫਿਰ ਇਹ ਨਹੀਂ ਵੀ ਲੋਕਾਂ ਦੇ ਨਾਲ ਠੱਗੀਆਂ ਮਾਰੇਗਾ। ਅੱਜ ਬਹੁਤੇ ਤੁਸੀਂ ਸਰਕਾਰੀ ਦਫ਼ਤਰਾਂ ਦਾ ਹਾਲ ਆਪਣੇ ਸਮਾਜ ਦੇ ਵਿੱਚ ਵੇਖ ਸਕਦੇ ਹੋ ਵੀ ਜਿੱਥੇ ਆਮ ਕਰਕੇ ਕੋਈ ਜਾਵੇ ਨਾ ਆਪਣਾ ਕੰਮ ਕਰਾਉਣ ਵਾਸਤੇ, ਤੇ ਉਹਨੂੰ ਕਹਿੰਦੇ ਨੇ ਵੀ 5000 ਰਿਸ਼ਵਤ ਲੱਗੂਗੀ ਤਾਂ ਤੇਰਾ ਕੰਮ ਕਰਾਂਗੇ, ਨਹੀਂ ਤਾਂ ਤੁਰ ਜਾ ਇੱਥੋਂ ਆਪਣੀ ਫਾਈਲ ਲੈ ਕੇ। ਬਹੁਤੀ ਵਾਰੀ ਐਸਾ ਹਿਸਾਬ ਕਿਤਾਬ ਜਿਹੜਾ ਹੈ ਉਹ ਸਮਾਜ ਵਿੱਚ ਵੇਖਣ ਵਾਸਤੇ ਮਿਲ ਜਾਂਦਾ ਹੈ। ਕਿਉਂ? ਕਿਉਂਕਿ ਅਸੀਂ ਬਾਹਰੋਂ ਦੀ ਧਰਮੀ ਹੋਣ ਦਾ ਦਾਵਾ ਬਥੇਰਾ ਕਰ ਲਿਆ, ਪਰ ਮਨ ਕਰਕੇ ਗੁਰੂ ਦੀ ਵਿਚਾਰ ਜੀਵਨ ਦੇ ਵਿੱਚ ਨਹੀਂ ਆਈ। ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜੀ ਗੱਲ ਆਖੀ ਸੀ ਨਾ, ਕਹਿੰਦੇ ਹਰ ਹਰ ਕਰੈ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ। ਕਹਿੰਦੇ ਬਾਹਰੋਂ ਦੀ ਹਰੀ ਹਰੀ ਵੀ ਕਰੀ ਜਾਂਦਾ, ਬਾਹਰੋਂ ਦੀ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦਾ, ਬਾਹਰੋਂ ਦੀ ਰੱਬ ਦਾ ਨਾਮ ਵੀ ਲਈ ਜਾਂਦਾ, ਪਰ ਕਪਟ ਵੀ ਨਾਲ ਹੀ ਕਰੀ ਜਾਂਦਾ। ਤੇ ਕਈ ਵਾਰ ਤੁਸੀਂ ਵੇਖਿਓ ਕਈ ਐਸੇ ਲੋਕ ਹੁੰਦੇ ਉਹ ਕਿਤੇ ਸਵੇਰੇ 3 ਵਜੇ ਉੱਠ ਜਾਣ ਨਾ, 3 ਵਜੇ ਸਵੇਰੇ ਉੱਠ ਗਏ, ਇਸ਼ਨਾਨ ਕਰ ਲਿਆ, 3:30 ਵੱਜ ਗਏ ਜੀ, ਕੱਪੜੇ ਕੁੱਪੜੇ ਪਾ ਕੇ ਹੁਣ ਤਿਆਰ ਨੇ, ਹੁਣ ਬਸ ਗੁਟਕਾ ਹੱਥ ਵਿੱਚ ਫੜਨਾ ਹੈ। ਪਰ ਗੁਟਕਾ ਹੱਥ ਵਿੱਚ ਫੜਨ ਤੋਂ ਪਹਿਲਾਂ ਨਾ ਉਹ ਬੰਦਾ ਪਤਾ ਕਿੱਥੇ ਜਾਂਦਾ? ਆਪਣੀ ਬਾਹਰ ਜਿਹੜੀ ਗੈਲਰੀ ਹੁੰਦੀ ਨਾ ਉੱਥੇ ਜਾਂਦਾ ਤੇ ਗਵਾਂਢੀਆਂ ਦੇ ਘਰ ਵੱਲ ਝਾਤ ਮਾਰ ਕੇ ਵੇਖਦਾ ਤੇ ਪਤਾ ਮੂੰਹ ਚੋਂ ਕੀ ਕਹਿੰਦਾ? ਲੈ ਉੱਠੇ ਹੀ ਨਹੀਂ ਅਜੇ ਤੱਕ, ਲੈ ਉੱਠੇ ਨਹੀਂ ਅਜੇ ਤੱਕ, ਇੱਧਰ ਵੇਖੋ 3 ਵਜੇ ਦਾ ਉੱਠ ਗਿਆ ਮੈਂ, ਨਹਾ ਵੀ ਲਿਆ, ਕੱਪੜੇ ਵੀ ਦੁਬਾਰਾ ਪਾ ਲਏ, ਹੁਣ ਤੇ ਮੈਂ ਪਾਠ ਕਰਨ ਲੱਗਾ। ਇਹ ਤੇ ਉੱਠਦੇ ਹੀ ਨਹੀਂ ਜੀ, ਇਹਨਾਂ ਦਾ ਕੰਮ ਹੀ ਇਹ ਸੁੱਤੇ ਹੀ ਰਹਿੰਦੇ ਨੇ, ਇਹ ਨਰਕਾਂ 'ਚ ਜਾਣਗੇ ਨਰਕਾਂ 'ਚ ਜਾਣਗੇ। ਬਹੁਤੀ ਵਾਰੀ ਬੰਦਾ ਇੱਦਾਂ ਹੀ ਕਰਦਾ। ਤੇ ਆਪ ਜੇ ਭਲਿਆ ਤੂੰ ਪਾਠ ਕਰ ਵੀ ਲਿਆ, ਜੇ ਪਾਠ ਕਰ ਵੀ ਲਿਆ 2 ਘੰਟੇ ਤੂੰ ਪਾਠ ਕੀਤਾ, ਤੇ ਜਦੋਂ ਉਹੀ ਬੰਦਾ ਬਹੁਤੀ ਵਾਰ ਐਸਾ ਵੇਖਿਆ ਕਿ ਜਦੋਂ 9 ਵਜੇ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਬੈਠਾ ਨਾ, ਉੱਥੇ ਕੱਖ ਨਹੀਂ ਛੱਡਿਆ ਇਸ ਬੰਦੇ ਨੇ, ਵੀ ਜਿਹੜਾ ਵੀ ਆਵੇ ਨਾ ਲਿਆ ਰਿਸ਼ਵਤ, ਭਾਵੇਂ ਉਹ 10 ਰੁਪਏ ਮਿਲਣੇ ਹੋਣ, ਭਾਵੇਂ 20 ਮਿਲਣੇ ਹੋਣ, ਭਾਵੇਂ 50 ਤੇ ਭਾਵੇਂ 100, ਫਿਰ ਆਉਣ ਦਿਓ ਬਸ। ਵੈਸੇ ਮੈਂ ਸਵੇਰੇ 3 ਵਜੇ ਉੱਠਦਾ ਹੁੰਦਾ, ਸਵੇਰੇ ਉੱਠਣਾ ਮਾੜੀ ਗੱਲ ਨਹੀਂ, ਜੇ ਕੋਈ ਉੱਠਦਾ ਤਾਂ ਬੜੀ ਚੰਗੀ ਗੱਲ ਹੈ। ਪਰ ਭਲਿਆ ਜੋ ਬਾਣੀ ਵਿੱਚੋਂ ਤੂੰ ਪੜ੍ਹਿਆ ਹੈ ਨਾ ਉਸ ਨੂੰ ਆਪਣੇ ਜੀਵਨ ਦੇ ਵਿੱਚ ਵੀ ਕਮਾ ਲੈ। ਸਤਿਗੁਰੂ ਨੇ ਆਖਿਆ ਨਾ ਅਸੰਖ ਗੱਲ ਵੱਢ ਹੱਤਿਆ ਕਮਾਹੇ, ਉਹ ਅਸੰਖ ਗੱਲ ਵੱਢ ਹੱਤਿਆ ਕਮਾਉਣਾ ਕੀ ਸੀਗਾ? ਉੱਥੇ ਕਿਸੇ ਜਾਨਵਰ ਨੂੰ ਮਾਰਨ ਦੀ ਗੱਲ ਥੋੜ੍ਹੀ ਨਾ ਹੋ ਰਹੀ ਹੈ, ਉਹ ਗੱਲ ਵੱਢ ਕੇ ਹੱਤਿਆ ਕਮਾਉਣ ਦੀ ਜਿਹੜੀ ਗੱਲ ਹੋ ਰਹੀ ਹੈ ਨਾ, ਉਹ 2 ਨੰਬਰ ਦੀ ਕਮਾਈ ਦੀ ਗੱਲ ਹੋ ਰਹੀ ਹੈ, ਜਿਹੜਾ ਬੰਦਾ ਰਿਸ਼ਵਤਾਂ ਲੈਂਦਾ ਹੈ। ਤਾਂ ਹੀ ਉਹ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਗੁਰੂ ਸਾਹਿਬ ਨੇ ਬਖਸ਼ਿਆ ਕਿਸੇ ਨੂੰ ਨਹੀਂ। ਤੁਸੀਂ ਗੌਰ ਕਰਿਓ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਕਾਦੀ ਕੂੜ ਬੋਲ ਮਲ ਖਾਏ। ਕਹਿੰਦੇ ਕਾਜ਼ੀ ਜਿਹੜਾ ਹੈ ਨਾ ਉਹ ਕੂੜ ਬੋਲ ਬੋਲ ਕੇ ਝੂਠ ਬੋਲ ਬੋਲ ਕੇ ਮੈਲ ਖਾ ਰਿਹਾ ਹੈ, ਮੈਲ ਖਾਂਦਾ ਪਿਆ। ਹੁਣ ਕਾਜ਼ੀ ਉਸ ਸਮੇਂ ਦਾ ਨਾ ਤੁਸੀਂ ਲਾਉਣਾ ਹੋਵੇ ਨਾ ਅੰਦਾਜ਼ਾ, ਜੇਕਰ ਕਦੀ ਗੌਰ ਕਰਿਓ ਸਮਾਂ ਵੇਖੋ ਕਿਹੜਾ ਹੈ। ਜਿਸ ਸਮੇਂ ਗੁਰੂ ਸਾਹਿਬ ਇਹ ਸ਼ਬਦ ਉਚਾਰਨ ਕਰ ਰਹੇ ਨੇ ਨਾ ਉਸ ਸਮੇਂ ਕਾਜ਼ੀ ਦੀ ਪਦਵੀ ਪਤਾ ਕਿਹੜੀ ਹੈ? ਜਿਵੇਂ ਅੱਜ ਸੁਪਰੀਮ ਕੋਰਟ ਦਾ ਜੱਜ ਹੁੰਦਾ ਹੈ ਨਾ, ਸੁਪਰੀਮ ਕੋਰਟ ਦਾ ਜੱਜ, ਉਸ ਸਮੇਂ ਕਾਜ਼ੀ ਦੀ ਪਦਵੀ ਉਹ ਹੈ। ਮੰਨ ਲਓ ਵੀ ਜੇ ਅੱਜ ਇਹ ਸ਼ਬਦ ਉਚਾਰਨ ਕੀਤਾ ਜਾਵੇ ਨਾ ਤੇ ਸੁਪਰੀਮ ਕੋਰਟ ਦੇ ਜੱਜ ਵਾਸਤੇ ਆਪਾਂ ਕਹਿ ਲਈਏ, ਜੇ ਸੁਪਰੀਮ ਕੋਰਟ ਦਾ ਜੱਜ ਰਿਸ਼ਵਤ ਲੈਂਦਾ ਹੈ, ਇਕੱਲੇ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਨਹੀਂ, ਜੇ ਕੋਈ ਧਾਰਮਿਕ ਜੱਜ ਵੀ ਰਿਸ਼ਵਤ ਲੈਂਦਾ ਹੈ ਨਾ, ਤੇ ਗੁਰੂ ਸਾਹਿਬ ਉਸ ਨੂੰ ਵੀ ਕਹਿ ਦਿੰਦੇ ਨੇ ਕਾਦੀ ਕੂੜ ਬੋਲ
ਮਲ ਖਾਏ ਤੇ ਇੱਥੇ ਕੱਲੀ ਕਾਜ਼ੀ ਦਾ ਜ਼ਿਕਰ ਨਹੀਂ ਹੋ ਰਿਹਾ, ਇੱਥੇ ਜਥੇਦਾਰ ਵੀ ਆ ਜਾਣਗੇ ਵਿੱਚ, ਇੱਥੇ ਸਾਰੇ ਆਉਣਗੇ। ਫਿਰ ਗੁਰੂ ਸਾਹਿਬ ਕਿਸੇ ਨੂੰ ਬਖਸ਼ਦੇ ਨਹੀਂ, ਇੱਥੇ ਜਿਹੜਾ ਵੀ ਆਪਣੇ ਆਪ ਨੂੰ ਨਿਆਂ ਦੀ ਪਦਵੀ ਉੱਤੇ ਬੈਠਾ ਹੋਇਆ ਆਖਦਾ ਹੈ ਨਾ ਵੀ ਮੈਂ ਨਿਆਂ ਕਰਦਾ ਵਾਂ, ਮੈਂ ਫੈਸਲੇ ਸੁਣਾਉਣਾ ਵਾਂ, ਤਾਂ ਗੁਰੂ ਸਾਹਿਬ ਕਹਿ ਦਿੰਦੇ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਕਹਿੰਦੇ ਤੂੰ ਤੇ ਝੂਠ ਬੋਲ ਬੋਲ ਕੇ ਮੈਲ ਖਾ ਰਿਹਾ, ਭਾਵ ਤੂੰ ਰਿਸ਼ਵਤਾਂ ਲੈ ਕੇ ਜਦੋਂ ਫੈਸਲੇ ਕਰਦਾ ਹੈ ਨਾ, ਗੁਰੂ ਸਾਹਿਬ ਕਹਿੰਦੇ ਮੈਨੂੰ ਲੱਗਦਾ ਜਿਵੇਂ ਤੂੰ ਮੈਲ ਹੀ ਖਾ ਰਿਹਾ ਹੈ, ਮੈਲ ਹੀ ਖਾ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਜਿਹੜਾ ਬ੍ਰਾਹਮਣ ਆਪਣੇ ਆਪ ਨੂੰ ਵੱਡਾ ਉੱਚਾ ਗਿਣਦਾ ਸੀ ਤੇ ਆਪਣੇ ਆਪ ਨੂੰ ਕਹਿੰਦਾ ਸੀਗਾ ਮੈਂ ਬੜੇ ਤੀਰਥਾਂ ਉੱਤੇ ਇਸ਼ਨਾਨ ਕੀਤਾ, ਗੁਰੂ ਸਾਹਿਬ ਨੇ ਆਖਿਆ ਕਹਿੰਦੇ ਇਹਨੇ ਵੀ ਬੜੇ ਜੀਆਂ ਦਾ ਘਾਣ ਕੀਤਾ ਹੈ, ਇਹ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਇਹਨੇ ਵੀ ਸਮਾਜ ਨੂੰ ਬੜਾ ਲੁੱਟਿਆ ਹੈ। ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਕਹਿੰਦੇ ਇਹਨਾਂ ਤਿੰਨਾਂ ਨੇ ਸਮਾਜ ਨੂੰ ਉਜਾੜ ਕੇ ਰੱਖਿਆ ਹੋਇਆ, ਕਿਸੇ ਨੂੰ ਭਗਤੀ ਕਰਨੀ ਨਹੀਂ ਆਈ। ਗੁਰੂ ਸਾਹਿਬ ਨੇ ਜਿਹੜੀ ਭਗਤੀ ਕਰਨੀ ਦੱਸੀ ਨਾ, ਕਹਿੰਦੇ ਉਠਤ ਬੈਠਤ ਸੋਵਤ ਜਾਗਤ, ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਮਾਲਕ ਨੂੰ ਸਦਾ ਹੀ ਧਿਆਇਆ ਜਾ ਸਕਦਾ ਹੈ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਤੇ ਗੌਰ ਕਰਿਓ ਕਦੀ, ਕਈ ਵਾਰ ਨਾ ਸਾਡੇ ਸਮਾਜ 'ਚ ਐਸੇ ਲੋਕ ਹੁੰਦੇ ਨੇ, ਮੇਰੇ ਵਰਗੇ ਉਹਨਾਂ ਨੇ ਕੱਪੜੇ ਪਾਏ ਹੁੰਦੇ, ਉਹਨਾਂ ਸਟੇਜ 'ਤੇ ਬਹਿ ਕੇ ਨਾ ਇੱਕ ਗੱਲ ਕਹਿੰਦੇ ਨੇ, ਕਹਿੰਦੇ ਜੀ ਦੇਖੋ ਇੱਕ ਦਿਨ ਵਿੱਚ 24 ਘੰਟੇ ਹੁੰਦੇ ਨੇ, ਸਾਨੂੰ ਨਾ 24 ਘੰਟਿਆਂ ਦਾ ਦਸਵੰਧ ਕੱਢਣਾ ਚਾਹੀਦਾ, ਰੱਬ ਨੂੰ ਚੇਤੇ ਕਰਨ ਵਾਸਤੇ 24 ਘੰਟਿਆਂ ਦਾ ਦਸਵੰਧ ਕੱਢਣਾ ਚਾਹੀਦਾ। ਅਤੇ ਉਹਨਾਂ ਦੇ ਕਹਿਣ ਦਾ ਭਾਵ ਹੁੰਦਾ ਵੀ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਨਾ ਰੱਬ ਦਾ ਨਾਮ ਲੈਣਾ ਚਾਹੀਦਾ। ਤੁਸੀਂ ਸਹਿਮਤ ਹੋ ਇਸ ਗੱਲ ਨਾਲ ਵੀ 24 ਘੰਟਿਆਂ ਵਿੱਚੋਂ ਰੱਬ ਨੂੰ 2.5 ਘੰਟੇ ਚੇਤੇ ਕੀਤਾ ਜਾਵੇ? ਮੰਨ ਲਓ ਤੁਹਾਡਾ ਬੱਚਾ ਹੈ ਤੇ ਤੁਹਾਡਾ ਬੱਚਾ ਤੁਹਾਨੂੰ ਆਖੇ ਵੀ ਮੈਂ ਨਾ ਤੁਹਾਨੂੰ 24 ਘੰਟਿਆਂ 'ਚੋਂ 2.5 ਘੰਟੇ ਚੇਤੇ ਕਰਦਾ ਵਾਂ, ਬਸ ਮੈਂ 3 ਘੰਟੇ ਨਹੀਂ ਚੇਤੇ ਕਰਦਾ, ਬਸ 2.5 ਘੰਟਿਆਂ 'ਤੇ ਰੁਕ ਜਾਂਦਾ ਵਾਂ ਮੈਂ। ਤੁਸੀਂ ਕਹੋਗੇ ਨਿਕੰਮਿਆਂ, ਤੈਨੂੰ ਪੜ੍ਹਾਇਆ ਲਿਖਾਇਆ ਤੇਰੀ ਪਾਲਣਾ ਪੋਸ਼ਣਾ ਕੀਤੀ, ਬਸ 2.5 ਘੰਟੇ ਚੇਤੇ ਕਰਦਾ ਹੈ? ਚਾਹੀਦਾ ਤਾਂ ਇਹ ਸੀ ਵੀ ਤੂੰ ਤਾਂ ਸਾਰਾ ਦਿਨ ਸਾਨੂੰ ਚੇਤੇ ਰੱਖਦਾ। ਕਹੋਗੇ ਨਾ ਤੁਸੀਂ ਵੀ ਤੈਨੂੰ ਤੇ ਅਸੀਂ ਹਜੇ ਤੱਕ ਤੈਨੂੰ ਪੜ੍ਹਾ ਰਹੇ ਹਾਂ, ਲਿਖਾ ਰਹੇ ਹਾਂ, ਤੈਨੂੰ ਨਵੇਂ ਕੱਪੜੇ ਲੈ ਕੇ ਦਿੰਦੇ ਹਾਂ, ਤੇਰੀ ਪਾਲਣਾ ਪੋਸ਼ਣਾ ਕਰਦੇ ਪਏ ਹਾਂ, ਇਹ ਤੇਰਾ ਪਿਓ ਸਵੇਰ ਦਾ ਕੰਮ ਤੇ ਜਾਂਦਾ ਹੈ, ਸ਼ਾਮੀ ਵਾਪਸ ਆਉਂਦਾ ਹੈ, ਕਾਹਦੇ ਵਾਸਤੇ ਕਮਾਈ ਕਰਨ ਡਿਆ? ਤੇਰੇ ਵਾਸਤੇ ਕਰਨ ਡਿਆ। ਤੇ ਤੂੰ ਕਹਿੰਦਾ ਮੈਂ 2.5 ਘੰਟੇ ਚੇਤੇ ਰੱਖਦਾ ਵਾਂ, 2.5 ਘੰਟਿਆਂ ਤੋਂ ਬਾਅਦ ਮੈਂ ਤੁਹਾਨੂੰ ਭੁਲਾ ਦਿੰਦਾ ਵਾਂ, ਗੱਲ ਜੱਜਦੀ ਨਹੀਂ ਨਾ, ਗੱਲ ਜੱਜਦੀ ਨਹੀਂ। ਪਰ ਧਰਮ ਦੀ ਦੁਨੀਆਂ 'ਚ ਐਸਾ ਆਖਿਆ ਜਾਂਦਾ ਹੈ, ਕਹਿੰਦੇ ਜੀ ਰੱਬ ਨੂੰ ਨਾ 24 ਦੇ ਵਿੱਚੋਂ 2.5 ਘੰਟੇ ਚੇਤੇ ਕਰਿਆ ਕਰੋ। ਪਰ ਮੈਂ ਗੁਰੂ ਸਾਹਿਬ ਨੂੰ ਪੁੱਛਾਂ, ਮਾਲਕਾ ਤੁਹਾਨੂੰ 2.5 ਘੰਟੇ ਚੇਤੇ ਕਰੀਏ, ਰੱਬ ਜੀ ਨੂੰ 2.5 ਘੰਟੇ ਚੇਤੇ ਕਰਿਆ ਕਰੀਏ ਗੁਰੂ ਪਾਤਸ਼ਾਹ? ਤੇ ਗੁਰੂ ਪਾਤਸ਼ਾਹ ਕਹਿੰਦੇ ਕਿਸ ਨਿਕੰਮੇ ਨੇ ਇਹ ਗੱਲ ਆਖੀ ਹੈ, ਕਿਸ ਨਿਕੰਮੇ ਨੇ ਇਹ ਗੱਲ ਆਖ ਦਿੱਤੀ ਵੀ ਰੱਬ ਨੂੰ 2.5 ਘੰਟੇ ਚੇਤੇ ਕਰਨਾ? ਗੁਰੂ ਪਾਤਸ਼ਾਹ ਨੇ ਆਖਿਆ ਭਲਿਆ ਤੇਰੇ ਕੋਲ 24 ਘੰਟੇ ਹੁੰਦੇ ਨੇ ਤੇ 24 ਦੇ 24 ਘੰਟੇ ਹੀ ਰੱਬ ਨੂੰ ਚੇਤੇ ਕਰਿਆ ਕਰ, ਉਹਨੂੰ ਹਮੇਸ਼ਾ ਚੇਤੇ ਰੱਖ। ਤੇ ਗਣਾ ਦਿੱਤਾ ਨਾ ਉਠਤ, ਹੁਣ ਗੌਰ ਕਰਿਓ, ਬੰਦਾ ਜਾਂ ਤੇ ਉੱਠ ਜਾਂਦਾ ਹੈ, ਖੜਾ ਹੋ ਜਾਂਦਾ, ਉਠਤ ਬੈਠਤ ਜਾਂ ਬਹਿ ਜਾਂਦਾ, ਉਠਤ ਬੈਠਤ ਸੋਵਤ ਜਾਂ ਸੌਂ ਜਾਂਦਾ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਜਾਂ ਫਿਰ ਤੁਰਦਾ। ਕਹਿੰਦੇ ਮਾਲਕ ਨੂੰ ਹਮੇਸ਼ਾ ਚੇਤੇ ਕਰ, ਉੱਠਦਿਆਂ ਬਹਿੰਦਿਆਂ ਸੌਂਦਿਆਂ ਤੁਰਦੇ ਫਿਰਦਿਆਂ। ਹੁਣ ਸਾਰੀਆਂ ਗੱਲਾਂ ਤੇ ਗੁਰੂ ਸਾਹਿਬ ਨੇ ਗਣਾਤੀਆਂ, ਆਪਾਂ ਇਹੀ ਕੁਝ ਕਰਦੇ ਹਾਂ, ਇਸ ਤੋਂ ਇਲਾਵਾ ਹੋਰ ਤੇ ਨਹੀਂ ਕੁਝ ਕਰਦੇ, ਆਪਾਂ ਇਹੀ ਸਾਰਾ ਕੁਝ ਕਰਦੇ ਹਾਂ, ਜਾਂ ਤੇ ਉੱਠ ਕੇ ਖਲੋ ਜਾਂਦੇ ਹਾਂ, ਜਾਂ ਬਹਿ ਜਾਂਦੇ ਹਾਂ, ਜਾਂ ਸੌਂ ਜਾਂਦੇ ਹਾਂ, ਤੇ ਜਾਂ ਤੁਰਦੇ ਫਿਰਦੇ ਰਹਿੰਦੇ ਹਾਂ, ਹੋਰ ਤਾਂ ਆਪਾਂ ਕੁਝ ਵੀ ਨਹੀਂ ਕਰਦੇ। ਹੁਣ ਇਹਦੇ ਵਿੱਚ ਸਾਰਾ ਕੁਝ ਆ ਗਿਆ ਇਹਦੇ ਵਿੱਚ ਹੀ। ਗੁਰੂ ਪਾਤਸ਼ਾਹ ਕਹਿੰਦੇ ਕਿੰਨੇ ਆਖਿਆ 2.5 ਘੰਟੇ ਚੇਤੇ ਕਰਨਾ ਹੈ, ਤੂੰ ਹਮੇਸ਼ਾ ਰੱਬ ਨੂੰ ਚੇਤੇ ਰੱਖ। ਇੱਥੇ ਤੇ ਮਾਲਕ ਨੇ ਆਖਿਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਕਹਿੰਦੇ ਮੇਰਿਆ ਮਾਲਕਾ ਤੂੰ ਮੈਨੂੰ ਇੱਕ ਘੜੀ ਵਾਸਤੇ ਵੀ ਭੁੱਲਦਾ ਹੈ ਨਾ, ਤੇ ਮੈਨੂੰ ਲੱਗਦਾ ਇਹ ਬੜਾ ਔਖਾ ਸਮਾਂ ਆ ਗਿਆ ਮੇਰੇ ਉੱਤੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਮੈਂ ਤੈਨੂੰ ਆਖਦਾ ਵਾਂ ਮੈਂ ਜੀ ਰਿਹਾ ਹੁੰਦਾ, ਮਾਲਕ ਜੀ ਜਦੋਂ ਤੁਸੀਂ ਮੈਨੂੰ ਭੁੱਲ ਜਾਂਦੇ ਹੋ ਨਾ ਮੈਂ ਮਰ ਜਾਂਦਾ ਵਾਂ, ਆਤਮਕ ਤੌਰ ਦੇ ਉੱਤੇ ਮੈਂ ਆਤਮਕ ਤੌਰ ਦੇ ਉੱਤੇ ਮਰ ਜਾਂਦਾ, ਫਿਰ ਮੈਂ ਜਿਉਂਦਾ ਨਹੀਂ। ਇੱਕ ਬਾਣੀ ਦਾ ਵਿਚਾਰ ਬੜਾ ਪਿਆਰਾ ਪਾਤਸ਼ਾਹ ਨੇ ਆਖਿਆ, ਕਹਿੰਦੇ ਇੱਕ ਪਲ ਖਿੰਨ ਵਿਸਰੈ ਤੂੰ ਮੇਰੇ ਸਵਾਮੀ ਜਾਣੋ ਬਰਸ 85। ਕਹਿੰਦੇ ਹੇ ਮੇਰਿਆ ਮਾਲਕਾ ਜੇ ਤੂੰ ਮੈਨੂੰ ਇੱਕ ਪਲ ਵਾਸਤੇ ਵੀ ਭੁੱਲਦਾ ਹੈ ਨਾ ਮੈਨੂੰ ਪਤਾ ਕੀ ਲੱਗਦਾ, ਜਿਵੇਂ 50 ਸਾਲ ਬੀਤ ਗਏ ਹੁਣ, ਜਿਵੇਂ 50 ਸਾਲ ਬੀਤ ਗਏ ਹੁਣ। ਇਹ ਹੈ ਬਾਣੀ ਦੀ ਵਿਚਾਰ।
ਇੱਥੇ ਤੇ ਰੱਬ ਨੂੰ ਹਮੇਸ਼ਾ ਚੇਤੇ ਰੱਖਣ ਦੀ ਗੱਲ ਕੀਤੀ ਗਈ ਹੈ। ਹੁਣ ਇੱਕ ਬੇਨਤੀ ਕਰਾਂ, ਹੁਣ ਜਦੋਂ ਆਹ ਵਿਚਾਰਾਂ ਕਈ ਵਾਰ ਸਾਹਮਣੇ ਆਉਂਦੀਆਂ ਨੇ ਨਾ, ਫਿਰ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੇ ਸੁਣੀਆਂ ਨਹੀਂ ਹੁੰਦੀਆਂ, ਉਹ ਕੀ ਕਰਦੇ ਨੇ, ਉਹ ਹੱਸਦੇ ਨੇ ਫਿਰ। ਪਰ ਅਸਲ ਭਗਤੀ ਦੀ ਗੱਲ ਇਹੀ ਹੈ ਨਾ, ਇਸੇ ਨੂੰ ਤਾਂ ਕਹਿੰਦੇ ਨਾ ਮਾਲਕ ਦੀ ਭਗਤੀ। ਜਿਵੇਂ ਹੁਣ ਸ਼ਬਦ ਦੇ ਵਿੱਚ ਆਇਆ ਨਾ, ਤੇਰੀ ਭਗਤ ਨਾ ਛੋਡੂੰ ਭਾਵੇਂ ਲੋਕ ਹੱਸੇ। ਹੁਣ ਕਈ ਵਾਰੀ ਲੋਕ ਹੱਸ ਪੈਂਦੇ ਇਹਨਾਂ ਗੱਲਾਂ ਤੋਂ, ਉਹ ਕਿਉਂ ਹੱਸਦੇ ਨੇ, ਕਾਰਨ ਕੀ ਹੁੰਦਾ? ਕਿਉਂਕਿ ਸਾਰੀ ਜ਼ਿੰਦਗੀ ਇਸ ਤੋਂ ਉਲਟ ਚੱਲੇ ਹੁੰਦੇ ਨੇ। ਜਿਹੜਾ ਬੰਦਾ ਸਾਰੀ ਜ਼ਿੰਦਗੀ ਉਲਟ ਚੱਲਿਆ ਹੁੰਦਾ, ਜਿਹਨੇ ਰੱਬ ਨੂੰ 2.5 ਘੰਟੇ ਚੇਤੇ ਕੀਤਾ ਹੁੰਦਾ, ਉਹ 2.5 ਘੰਟੇ ਵੀ ਕਾਹਦਾ ਚੇਤੇ ਕਰਨਾ ਹੁੰਦਾ? ਉਹ ਵੀ ਤੁਸੀਂ ਬਹੁਤੀ ਵਾਰੀ ਵੇਖਿਓ ਵੀ ਬੰਦੇ ਦੇ ਹੱਥ ਵਿੱਚ ਗੁਟਕਾ ਹੁੰਦਾ ਅਤੇ ਬਹੁਤੀ ਵਾਰੀ ਪਾਠ ਨਹੀਂ ਕਰਦਾ, ਉਹ ਮਿਣ ਮਿਣ ਕਰਕੇ ਹੀ ਨਾ ਪਾਠ ਸਾਰਾ ਨਿਕਲ ਜਾਂਦਾ। ਤੁਸੀਂ ਵੇਖਿਓ ਕਦੀ ਅਖੰਡ ਪਾਠ ਜਦੋਂ ਹੋ ਰਹੇ ਹੁੰਦੇ ਕੀ ਹੋ ਰਿਹਾ ਹੁੰਦਾ। ਬਹੁਤੀ ਵਾਰੀ ਤਾਂ ਇੰਨਾ ਹੀ ਸੁਣਾਈ ਦਿੰਦਾ ਵੀ ਆਸਾ ਮਹੱਲਾ 5ਵਾਂ ਸੁਣਾਈ ਦੇ ਜਾਏਗਾ ਜਾਂ ਰਹਾਓ ਸੁਣਾਈ ਦੇ ਜਾਏਗਾ, ਬਾਕੀ ਸ਼ਬਦ ਕਿਹੜਾ ਪੜਿਆ ਗਿਆ ਪਤਾ ਨਹੀਂ ਲੱਗਦਾ ਬਹੁਤੀ ਵਾਰੀ ਵੀ ਕੀ ਪੜਿਆ ਗਿਆ। ਇਹ ਕਿਉਂਕਿ ਸਪੀਡ ਹੁੰਦੀ ਹੈ ਨਾ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਨਾ ਆਪਾਂ ਜਦੋਂ ਵੇਖੋ ਬਾਣੀ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਨੇ ਹਰੇਕ ਸ਼ਬਦ ਦੇ ਵਿੱਚ ਨਾ ਰਹਾਓ ਦੀ ਵਰਤੋਂ ਕੀਤੀ ਹੈ। ਕਦੀ ਗੌਰ ਕਰਿਓ, ਹਰੇਕ ਸ਼ਬਦ ਦੇ ਵਿੱਚ ਰਹਾਓ ਦੀ ਵਰਤੋਂ ਕੀਤੀ। ਰਹਾਓ ਦਾ ਮਤਲਬ ਕੀ ਹੁੰਦਾ? ਰਹਾਓ ਦਾ ਮਤਲਬ ਹੁੰਦਾ ਰੁਕੋ, ਠਹਿਰੋ ਤੇ ਵਿਚਾਰ ਕਰੋ। ਆਹ ਮਤਲਬ ਹੈ ਰਹਾਓ ਦਾ, ਰੁਕੋ, ਠਹਿਰੋ ਤੇ ਵਿਚਾਰ ਕਰੋ। ਹੁਣ ਮੈਂ ਸੋਚਦਾ ਹੁੰਦਾ ਵੀ ਗੁਰੂ ਪਾਤਸ਼ਾਹ ਬਾਣੀ 'ਚ ਆਇਆ ਰਹਾਓ, ਤੁਸੀਂ ਕਹਿ ਰਹੇ ਹੋ ਰੁਕੋ, ਠਹਿਰੋ ਤੇ ਵਿਚਾਰ ਕਰੋ। ਪਰ ਜਿਨ੍ਹਾਂ ਨੇ ਡੇਰਿਆਂ ਦੇ ਵਿੱਚ ਅਖੰਡ ਪਾਠ ਰਖਾਏ, ਜਿਹਨੇ ਡੇਰਿਆਂ ਦੇ ਵਿੱਚ ਸੰਪਟ ਪਾਠ ਰਖਾਏ ਨੇ, ਰਹਾਓ ਤਾਂ ਉੱਥੇ ਵੀ ਆਉਂਦਾ ਬਾਰ ਬਾਰ। ਹੁਣ ਜਦੋਂ ਪਾਠ ਚੱਲਦਾ ਪਿਆ, ਸਾਹਮਣੇ ਸੁਣਨ ਵਾਲਾ ਵੈਸੇ ਕੋਈ ਨਹੀਂ ਬੈਠਾ, ਪਾਠੀ ਸਿੰਘ ਨੇ ਮੂੰਹ 'ਤੇ ਕੱਪੜਾ ਬੰਨਿਆ ਹੋਇਆ, ਇੱਕ ਡੇਰੇ ਦੀ ਗੱਲ ਦੱਸ ਰਿਹਾ ਵੀ ਮੂੰਹ 'ਤੇ ਕੱਪੜਾ ਬੰਨਿਆ ਹੋਇਆ, ਉਹ ਪਤਾ ਨਹੀਂ ਉਹ ਪਾਠ ਕਰਦਾ ਵੀ ਹੈ ਕਿ ਨਹੀਂ ਕਰਦਾ, ਉਹਦੇ ਬਾਰੇ 'ਚ ਕੋਈ ਇਹ ਤਾਂ ਛਾਣਬੀਨ ਕਰਾਉਣੀ ਪਏਗੀ ਵੀ ਪਾਠ ਹੋ ਰਿਹਾ ਕਿ ਨਹੀਂ ਹੋ ਰਿਹਾ, ਇੱਦਾਂ ਨਹੀਂ ਕੁਝ ਵੀ ਪਤਾ ਲੱਗਣਾ। ਵੀ ਮੂੰਹ 'ਤੇ ਉਹਨੇ ਕੱਪੜਾ ਬੰਨਿਆ ਹੁੰਦਾ ਅਤੇ ਪਾਠ ਚੱਲਦਾ ਪਿਆ ਜੀ, ਉਹ ਜਦੋਂ ਰਹਾਓ ਅੱਗੇ ਫਿਰ ਨਹੀਂ ਸਮਝ ਆਉਂਦਾ ਕੀ ਬੋਲਦੇ, ਫਿਰ ਆਸਾ ਮਹੱਲਾ 5ਵਾਂ, ਫਿਰ ਪਤਾ ਨਹੀਂ ਲੱਗਦਾ ਕੀ ਬੋਲਦੇ ਵੀ ਇਹਦਾ ਸਿਸਟਮ ਜਿਹਾ ਚੱਲਦਾ ਪਿਆ। ਅਤੇ ਬਹੁਤੀ ਵਾਰੀ ਕੀ ਹੁੰਦਾ, ਉਹ ਸਮਝ ਕੁਝ ਨਹੀਂ ਆਉਂਦਾ। ਅਤੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਰਹਾਓ ਅਤੇ ਗੁਰੂ ਸਾਹਿਬ ਨੇ ਲਿਖਿਆ ਬਾਣੀ ਵਿੱਚ, ਅਤੇ ਜਦੋਂ ਹੁਣ ਪਾਠ ਚੱਲਦਾ ਪਿਆ ਰਹਾਓ ਅਤੇ ਬਾਰ ਬਾਰ ਆ ਰਿਹਾ ਨਾ, ਅਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਰੁਕੋ, ਠਹਿਰੋ, ਵਿਚਾਰ ਕਰ ਲਓ। ਉਹ ਭਲਿਓ, ਰੁਕ ਜਾਓ, ਠਹਿਰ ਜਾਓ, ਵਿਚਾਰ ਕਰ ਲਓ। ਇੱਕ ਸ਼ਬਦ ਲੰਘ ਗਿਆ, ਦੂਜਾ ਸ਼ਬਦ ਆਇਆ, ਗੁਰੂ ਸਾਹਿਬ ਨੇ ਫਿਰ ਆਖਿਆ ਰੁਕੋ, ਠਹਿਰੋ, ਵਿਚਾਰ ਕਰੋ। ਉਹ ਵੀ ਸ਼ਬਦ ਲੰਘ ਗਿਆ, ਤੀਜਾ ਸ਼ਬਦ ਆਇਆ ਰੁਕੋ, ਠਹਿਰੋ, ਵਿਚਾਰ ਕਰੋ। ਪਾਠੀ ਸਿੰਘ ਨੇ ਪਤਾ ਕੀ ਆਖਿਆ, ਪਾਤਸ਼ਾਹ ਜੇ ਰੁਕ ਕੇ ਤੁਹਾਡੇ ਸ਼ਬਦਾਂ ਦੇ ਉੱਤੇ ਵਿਚਾਰ ਕਰਨ ਲੱਗ ਪਏ ਨਾ, 48 ਘੰਟਿਆਂ 'ਚ ਪਾਠ ਮੁੱਕਣਾ ਨਹੀਂ, ਇਹਨੂੰ ਬੜੇ ਦਿਨ ਲੱਗ ਜਾਣੇ ਨੇ, ਇਹਨੂੰ ਬੜੇ ਦਿਨ ਲੱਗ ਜਾਣੇ ਨੇ, ਅਸੀਂ ਰੁਕ ਨਹੀਂ ਸਕਦੇ, ਅਸੀਂ ਤਾਂ ਚੌਥਾ ਗੇਅਰ ਪਾਇਆ ਹੋਇਆ ਤਾਂ ਦੜਾਈ ਜਾਵਾਂਗੇ। ਅਤੇ ਫਿਰ ਜੇ ਘਰ ਦਾ ਕੋਈ ਮੈਂਬਰ ਅਜੇ ਨਾ ਆਇਆ ਹੋਇਆ, ਕਈ ਵਾਰੀ ਇੱਦਾਂ ਹੁੰਦਾ ਨਾ ਵੀ ਰਿਸ਼ਤੇਦਾਰ ਜਦੋਂ ਪਾਠ ਦਾ ਭੋਗ ਪੈਣਾ ਤਾਂ ਰਿਸ਼ਤੇਦਾਰ ਪੁੱਜੇ ਨਹੀਂ ਹੁੰਦੇ, ਭਾਈ ਸਾਹਿਬ ਨੂੰ ਕਹਿਣਗੇ ਭਾਈ ਸਾਹਿਬ ਜੀ ਥੋੜ੍ਹਾ ਹੌਲੀ ਹੌਲੀ, ਅਤੇ ਜੇ ਸਾਰੇ ਆ ਗਏ ਹੁਣ ਭਾਈ ਸਾਹਿਬ ਜੀ ਨੱਪ ਦਿਓ ਕਿੱਲੀ, ਫਿਰ ਜਾਣ ਦਿਓ ਗੱਡੀ ਹੁਣ 80 ਦੀ ਸਪੀਡ ਦੇ ਉੱਤੇ, ਫਿਰ ਬਸ ਇੱਦਾਂ ਇਹ ਹੋ ਰਿਹਾ ਸਾਡੇ ਸਮਾਜ ਵਿੱਚ। ਅਸੀਂ ਕਹਿੰਦੇ ਅਸੀਂ ਗੁਰੂ ਦੀ ਬੇਦਬੀ ਨਹੀਂ ਕਰਦੇ, ਇਹ ਬੇਦਬੀ ਹੈ, ਹੋਰ ਕੀ ਹੈ। ਅਸੀਂ ਆਪਣੇ ਮੁਤਾਬਕ ਪਾਠ ਨੂੰ ਤੇਜ਼ ਕਰਾ ਰਹੇ ਹਾਂ, ਆਪਣੇ ਮੁਤਾਬਕ ਸਲੋ ਕਰਾ ਰਹੇ ਹਾਂ। ਉਹ ਭਲੇ ਉਹ ਗੁਰੂ ਤੇ ਬਾਰ ਬਾਰ ਕਹਿੰਦਾ ਹੈ, ਗੁਰੂ ਹਰ ਇੱਕ ਸ਼ਬਦ ਤੇ ਕਹਿੰਦਾ ਹੈ ਭਰਾਵਾ ਰੁਕ ਜਾ, ਇਹਨੂੰ ਵਿਚਾਰ ਲੈ, ਇਹ ਬੜੀਆਂ ਅਮੋਲਕ ਵਿਚਾਰਾਂ ਹੀ, ਇਹਨਾਂ ਐਵੇਂ ਨਾ ਗਵਾ ਇਹਨੂੰ, ਇਹ ਬੜੀਆਂ ਅਮੋਲਕ ਵਿਚਾਰਾਂ ਹੀ। ਇਹ ਤਾਂ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵਾਧੂ ਜਾਈ। ਇਹ ਤਾਂ ਪਿਉ ਦਾਦੇ ਦਾ ਖਜ਼ਾਨਾ ਸੀਗਾ, ਅਸੀਂ ਆਖਿਆ ਪਿਉ ਦਾਦੇ ਦਾ ਖਜ਼ਾਨਾ ਹੋਵੇਗਾ ਗੁਰੂ ਪਾਤਸ਼ਾਹ, ਤੁਸੀਂ ਆਪਣੇ ਕੋਲ ਸਾਂਭ ਕੇ ਰੱਖੋ, ਸਾਡੇ ਵਾਸਤੇ ਤੇ ਬਸ ਇੰਨਾ ਕੁ ਹੈ, ਪੁੱਤ ਦਾ ਵਿਆਹ ਕਰਨਾ ਹੋਵੇ ਮਹਾਰਾਜ ਦਾ ਸਰੂਪ ਘਰ ਲੈ ਆਈਦਾ ਏ, ਉੱਥੇ ਕੰਮ ਸਮਾਪਤ ਹੋ ਜਾਏ ਤੁਹਾਡਾ ਸਰੂਪ ਗੁਰਦੁਆਰੇ ਛੱਡ ਆਈਦਾ ਏ, ਕੋਈ ਮਰ ਜਾਵੇ ਤਾਂ ਸਰੂਪ ਲੈ ਆਈਦਾ ਏ, ਉਹ ਕੰਮ ਮੁੱਕ ਜਾਵੇ ਤਾਂ ਗੁਰਦੁਆਰੇ ਛੱਡ ਆਈਦਾ, ਸਾਡੇ ਵਾਸਤੇ ਇੰਨਾ ਹੀ ਹੈ, ਬਸ ਸਾਡੇ ਵਾਸਤੇ ਇੰਨਾ ਹੀ ਹੈ। ਪਿਉ ਦਾਦੇ ਦਾ ਖਜ਼ਾਨਾ ਹੋਵੇਗਾ ਤੁਹਾਡੇ ਵਾਸਤੇ, ਸਾਨੂੰ ਲੈਣਾ ਦੇਣਾ ਕੋਈ ਨਹੀਂ। ਇਹ ਸਾਡੇ ਸਮਾਜ ਦਾ ਹਾਲ ਚੱਲ ਰਿਹਾ, ਸੋਚਣਾ ਪਵੇਗਾ ਕਿਹੜੀ ਭਗਤੀ ਵਾਲੇ ਪਾਸੇ ਨੂੰ ਆਪਾਂ ਤੁਰੇ ਹੋਏ ਹਾਂ। ਅਸਲ ਭਗਤੀ ਕੀ ਸੀ? ਗੁਰੂ ਦੀ ਗੱਲ ਮੰਨਣੀ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ। ਹੇ ਗੁਰੂ ਕੇ ਮਿੱਤਰਿਆ, ਗੁਰੂ ਕੇ ਮਿੱਤਰਾ, ਗੁਰੂ ਦੀ ਗੱਲ ਵੀ ਮੰਨ ਲੈ। ਗੁਰਸਿੱਖ ਮੀਤ
मैं कई बार सोचता हूं ना भी गुरु पातशाह तुसी सानू मीत कह के संबोधन किया, तुसी ना जेड़े मर्जी मत का धार्मिक ग्रंथ चुके हो कभी विचारे हो, तुहानू किसी भी मत के धार्मिक ग्रंथ विच ना एक गुरु अपने चेले नू मित्र कहिंदा होया दिखाई नहीं देगा। जेड़े मर्जी धर्म का धार्मिक ग्रंथ चुक के वेख लियो किते भी जेड़ा रहबर है ना वह अपने चेले नू अपने सिख नू मीत कह के नहीं बुलाउंदा, मित्र कह के दोस्त कह के नहीं बुलाउंदा। जिथे गुरु गुरु ही है चेला चेला ही है बस उथे दे यही हिसाब है, उथे यही हिसाब है। पर जो धन गुरु ग्रंथ साहब की बाणी पढ़ो ना तो पातशाह इन्ने प्यार आवाज मारते हैं तो मैं सोचता हूं मालिका तुसी साडे वर्गियां नू मित्र कह के संबोधन किया, असी विकारां दे नाल भरे होए, असी पापां दे नाल भरे होए, हम अवगुण भरे, एक गुण नाही अमृत छाड़ बिखे बिख खाही, माया मोह भरम पै भूले सुत दारा स्यों प्रीत लगाई। ये साडा हाल है, ये साडा हाल है मालिका, असी ते औगणा दे नाल भरे पए आ पर तुसी सानू मित्र कह के संबोधन कर जांदे हो, पर तुसी मित्र कह के ते संबोधन कर दिता मालिका, पर तुसी इन्ना कुछ सानू आख्या पर असी तां वी तुहाडा कहना कोई नहीं मन्निया, असी तुहाडा कहना कोई नहीं मन्निया, असी तुहाडियां विचारां तो बागी। एक शब्द आपां पढ़दे ना धन गुरु नानक साहब दा, जैसी मैं आवै खसम की बाणी तैसड़ा करी ज्ञान वे ला लो। ये लफ्ज वाल गौर करियो जरा, आम तुसी वेखो बच्चा शाम वेले बाहर खेड़दा होवे ना, बच्चा जो शाम वेले बाहर खेड़दा होवे ते मां जो बच्चे नू आवाज मारती है ना, अजकल का तो मैं पता नहीं पुरानी मावं तो इदा जरूर कर दियां होंदियां सी अपने बच्चे नू बड़े प्यार नाल उन्होंने आवाज मारनी, वे पुत शाम हो गई हुण घर नू आ जा बस बहुत खेड़ लिया। मां जदों कहिंदी सी ना वे पुत, उह वे पुत कहण दे विच बड़ा प्यार छुपिया हुंदा सी, जदों मां आखदी सी वे पुत घर आ जा बहुत टाइम हो गया हुण, उह वे पुत जदों मां कहिंदी सी ना उहदे विच प्यार बड़ा छुपिया हुंदा सीगा। मैं जदों गुरु नानक साहब दा इह शब्द पढ़दा ना इत्थे गुरु नानक साहब कहिंदे ने जैसी मैं आवै खसम की बाणी तैसड़ा करी ज्ञान वे ला लो, ज्ञान वे ला लो। भी गुरु नानक साहब जो अपने सिख नू आवाज मारते ने ना मां वाला प्यार नजर आता है, उत्थे मां वाला प्यार नजर आता है। पर असी उस गुरु की विचार तो हट के किसी होर पासे नू जा रहे हैं, चाहिदा यह है कि गुरु की विचार साढ़े जीवन के अंदर वस जाए। भगत जी ने गल आखी कहिंदे तेरी भगत ना छोड़ू भावें लोग हसै, हे मेरिया मालका भावें मेरे उत्ते लोग हसी जान पर मैं तेरी भगती नहीं छड़ांगा। अज वेखो लोग ना मखौल उड़ाउंदे, वैसे कदी गौर करियो ये मखौल मजाक ये लफज पता कदों आउंदे ने सामने, सानू दुश्मना ने टैंकां नाल तोपां नाल हथियारां नाल मारिया पर सिख मरे नहीं। वड्डा घल्लू घारा वापरिया, छोटा घल्लू घारा वापरिया, 84 च बहुत कुछ होया, अज तक भी घल्लू घारा ही चलता पिया, हुण भी कोई नशियां दे नाल मारना चाह रहा, कोई पंजाबी गायकां नाल मारना चाह रहा, कोई पखंडी साधां नाल मारना चाह रहा, यह भी कतलेआम ही चल रहा। पर जिहड़े लोग हथियारां नाल मार के थक जांदे ने ना उहनां दे कोल इक होर चीज़ हुंदी है मारन वास्ते, उह हुंदी है सामने वाले दे अंदर हीन भावना पैदा करनी, किसे दा मजाक बनाउणा, भी जिसनू असी हथियार दे नाल नहीं ना मार सके उहदा मजाक बना के असी उहनू मारांगे। छोटी जी उदाहरण दिया मजाक किवें बनाया जांदा, तुसीं गुरबाणी दा शब्द पढ़िओ जिथे बाबा कबीर जी ने अपना जिक्र किया, कहिंदे जिहड़े वड्डे वड्डे पंडित लोग सी ना पुजारी लोग उह मैनू कहिंदे हुंदे सी तूं नीवीं जात दा है, कबीर मेरी जात को सबको हसने हार, कहिंदे मेरी जात दा नां लैके ना वड्डे वड्डे पंडित मेरे उते हसदे ने, क्योंकि भगत कबीर जी जदों सच दी विचार दिंदे ने ना ते उहनां दी विचार दे अगे वड्डे वड्डे पंडित डोल जांदे ने, क्योंकि बाबा कबीर जी की कही हुई गल का जवाब नहीं है उन्होंने कोल, तो फिर वह वड्डे वड्डे जिहड़े पंडित ने ना इक्को ही गल अगे हुंदी कहिंदे ने, कहिंदे तू भावें कबीर जो मर्जी कह ला हैगा तो तू जात का जुलाया ही है ना,
है तो तू नीवी जात दा ही ना। कहिंदे मेरे अंदर हीण भावना भरन की कोशिश करते सीगे, पर कहिंदे मैं भी उन्हां नूं अग्गों डट के यह गल आखदा हुंदा सी, कबीर मेरी जात कहो सब को हसने हार, बलिहारी इस जात कहो जे जप्यो सिरजन हार। कहिंदे तुसीं भावें मैनूं नीवी जाति दा कहना है कही जाओ, पर मैं उच्ची नीवी जात नूं मनदा ही नहीं, मैं तो मनदा ही नहीं। मैं तो कहिंदे फिर भला गिणदा वां मैं इस जात च पैदा हो गया, इस जात च पैदा होकर मैं रब नूं चेते कर लिया, ते तुसीं अपने आप नूं उच्ची जात दे अखवाउण वाले बस इसे हंकार विच ही रह गए कि असीं उच्ची जात दे हां, असीं उच्ची जात दे हां। मैं तो फिर रब नूं चेते कर लिया। हुण इसे तरह कुछ साडे नाल भी हुंदा, आम ही गल प्रचलित है ना भी सिखां नूं भी कई बार कहता जांदा सिखां दे 12 वज गए, सिखां दे 12 वज गए। यह गल क्यों आखी जांदी? हुण जिन्नू ते इहदे पिछे छुपिया इतिहास पता है वह तो माण करता है, वह तो छाती के उत्ते हाथ मार के कहता हाँ वाकई सिखां दे 12 वजदे ने जिन्हों इतिहास पता। पर जिहड़े किसी नौजवान वीर नूं इतिहास ना पता होवे, मान लो अज कॉलेजां दे विच स्कूलां दे विच बड़े बच्चे ऐसे ने जदों जांदे ने ना, तो उन्होंने जो कोई इदां आखे भी सिखां दे 12 वज गए वह बेचारे परेशान हो जाते हैं जो उन्होंने नित आख्या जाता। क्यों? क्योंकि ये पिछे जिहड़ा इतिहास है ना उन्होंने नहीं पता, तो जे इहदे पिछला इतिहास पता लग जाए तो वह भी माण दे नाल कहणगे हाँ वाकई सिखां दे 12 वजदे ने, छाती ठोक के कहणगे। हुण इतिहास ते बड़ा निराला है ना, पर उही गल है ना भी लोग हसदे ने, लोग मजाक बनाउंदे ने, कादे वास्ते? इहनां दे अंदर हीण भावना भरी जाए, जिन्हां नूं असीं हथियार दे नाल खत्म नहीं ना कर सके, जिन्हां नूं टैंकां तोपां दे नाल खत्म नहीं कीता गया, इहनां दे अंदर हीण भावना पाओ। इहनां नूं कहो तुहाडे 12 वज गए, की करनगे? ये कहणगे असीं केस ही कतल करा दिंदे आ, एवें सानूं बार बार आखदे ने। जे कोई पग बन के जांदा उह कहिंदा मैं अज तों बाद पग नहीं बननी, मैनूं तां मखौल कीता जांदा है। ये तरीके हुंदे ने, ये पॉलिसियां हुंदियां ने वख वख ढंग दियां, ते उह लोग जिहड़े ने अज वी इस तरह चलदा पिया हिसाब किताब। पर जे इतिहास के बारे में पता होवे भी नादर शाह जदों बाहरों दी आउंदा हुंदा सी भारत की धरती के उत्ते, ते इत्थे आके वह इत्थों के लोगों नूं मारदा सी, कुटदा सी, घसीटदा सी, ते अपने नाल बंदी बना के लेके जांदा सी, इत्थों दीआं सुंदर सुंदर इस्त्रियां नूं, इत्थों के नौजवान लड़कियां नूं अपने नाल बंदी बना के अपने मुल्क लैके जांदा सीगा उन्हां नूं वेचण वास्ते। पर उह सिख ही सन जिन्हां दे अंदर इह भावना सी, रब्बी बाणी नाल जुड़े सी ना, ते रब्बी बाणी ने उन्हां दे अंदर इह भावना पैदा कीती सी उन्हां सिखां दे अंदर कि जिस बाजार दे विच जानवरां नूं वेचिया जांदा है, जिस बाजार दे विच जानवरां दे बोली लगदी है उन्हां नूं वेचिया जांदा है, उत्थे इंसान नहीं विकणा चाहीदा। उन्हां सिखां दे अंदर भावना सी, उन्होंने बाणी दे इन्हां वाकां नूं पढ़िया होया सी, सब मैं जोत, जोत है सोए तिस दे चानण, सब मैं चानण होए गुर साखी जोत प्रगट होए। उन्होंने बाणी दे इन्हां वाकां नूं पढ़िया सी, अव्वल अल्लाह नूर उपाया कुदरत के सब बंदे, एक नूर ते सब जग उपजिया कौन भले को मंदे। उन्होंने बाणी दे इन्हां वाकां नूं पढ़िया सी, ते उन्हां दे मन दे अंदर यह भावना सी कि जिन्हां बाजारां दे विच जानवर विकदे ने ना, उन्हां बाजारां दे विच मनुख नहीं विकना चाहीदा, मनुख नहीं उत्थे विकना चाहीदा। ਉਹ ਸਿੰਘ ਜਦੋਂ ਨਾਦਰ ਸ਼ਾਹ ਉਹਨਾਂ ਨੂੰ ਬੰਦੀ ਬਣਾ ਕੇ ਲੈ ਕੇ ਜਾਂਦਾ ਸੀ ਨਾ, ਇੱਥੋਂ ਦੀਆਂ ਸੁੰਦਰ ਲੜਕੀਆਂ ਨੂੰ, ਨੌਜਵਾਨ ਲੜਕੀਆਂ ਨੂੰ ਆਪਣੇ ਨਾਲ ਵੇਚਣ ਵਾਸਤੇ, ਆਪਣੇ ਮੁਲਕ ਜਾ ਕੇ ਵੇਚਣ ਵਾਸਤੇ ਜਿਹਨਾਂ ਨੂੰ ਬੰਦੀ ਬਣਾ ਕੇ ਲੈ ਕੇ ਜਾਂਦਾ ਸੀ, ਸਿੱਖ ਰੋਕਦੇ ਹੁੰਦੇ ਸੀ ਉਹਨਾਂ ਨੂੰ। ਤਾਂ ਉਹ ਹਾਲ ਕੀ ਸੀ ਸਿੱਖਾਂ ਦਾ ਉਸ ਸਮੇਂ? ਵੀ ਸਿੱਖਾਂ ਦੇ ਕੋਲ ਨਾ ਚੰਗੇ ਘੋੜੇ, ਅਤੇ ਨਾ ਹੀ ਚੰਗੇ ਕੋਈ ਸ਼ਸਤਰ ਹਥਿਆਰ ਵੀ ਕੋਈ ਬਹੁਤੇ ਵਧੀਆ ਨਹੀਂ। ਪਰ ਸਿੱਖ ਇੱਕ ਪਲੈਨਿੰਗ ਕਰਦੇ ਹੁੰਦੇ ਸੀ ਵੀ ਅਸੀਂ ਅਟੈਕ ਉਦੋਂ ਕਰਾਂਗੇ ਜਦੋਂ ਨਾਦਰ ਸ਼ਾਹ ਦੀ ਫੌਜਾਂ ਜਿਹੜੀਆਂ ਨੇ ਨਾ ਉਹ ਸੁੱਤੀਆਂ ਹੋਣਗੀਆਂ। ਕਦੋਂ? ਰਾਤ ਦੇ 12 ਵਜੇ, ਅੱਧੀ ਰਾਤ ਅਸੀਂ ਉਦੋਂ ਹਮਲਾ ਕਰਾਂਗੇ। ਅਤੇ ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੈ ਵੀ ਨਾਦਰ ਸ਼ਾਹ ਜਦੋਂ ਫੌਜ ਲੈ ਕੇ ਤੁਰਦਾ ਸੀ ਨਾ, ਅਤੇ ਉਹਦੀ ਫੌਜ ਦੇ ਨਾਲ ਇੱਕ ਊਂਠ ਹੁੰਦਾ ਸੀ, ਊਂਠ, ਊਂਠ ਦੇ ਉੱਤੇ ਇੱਕ ਘੜਿਆਲ ਹੁੰਦਾ ਸੀ ਜਿਹਨੂੰ ਜਰਸ ਕਿਹਾ ਜਾਂਦਾ ਸੀ, ਫਾਰਸੀ ਦਾ ਸ਼ਬਦ ਹੈ ਜਰਸ। ਉਹ ਜਰਸ ਉਦੋਂ ਵਜਾਇਆ ਜਾਂਦਾ ਸੀ, ਉਹ ਘੜਿਆਲ ਉਦੋਂ ਵਜਾਇਆ ਜਾਂਦਾ ਸੀ ਜਦੋਂ ਲੱਗਦਾ ਸੀ ਨਾ ਵੀ ਕੋਈ ਆ ਰਿਹਾ ਸਾਡੇ ਉੱਤੇ ਹਮਲਾ ਕਰਨ ਵਾਸਤੇ, ਅਤੇ ਜਿਹੜਾ ਊਂਠ ਦੇ ਉੱਤੇ ਇੱਕ ਸਿਪਾਹੀ ਉਹਨਾਂ ਨੇ ਬੜਾ ਬਿਠਾਇਆ ਹੁੰਦਾ ਸੀ ਉਹਨੂੰ ਘੜਿਆਲ ਨੂੰ ਵਜਾਉਣ ਵਾਸਤੇ, ਅਤੇ ਉਹ ਉਦੋਂ ਵਜਾਉਂਦਾ ਹੁੰਦਾ ਸੀ ਜਦੋਂ ਉਹਨੂੰ ਸ਼ੱਕ ਪੈ ਜਾਵੇ ਵੀ ਸਾਡੇ ਉੱਤੇ ਕੋਈ ਹਮਲਾ ਕਰਨ ਵਾਸਤੇ ਆ ਰਿਹਾ। ਜਿੱਦਣ ਸਿੱਖਾਂ ਨੇ ਪਹਿਲੇ ਦਿਨ ਹਮਲਾ ਕੀਤਾ, ਇਹ ਆਰਾਮ ਫਰਮਾ ਰਹੇ ਨੇ, ਇਹ ਫੌਜਾਂ ਜਿਹੜੀਆਂ ਸੁੱਤੀਆਂ ਪਈਆਂ, ਅੱਧੀ ਅੱਧੀ ਰਾਤ ਦਾ ਸਮਾਂ, ਸਿੱਖ ਆਏ ਟੁੱਟ ਕੇ ਇੱਕੋ ਵਾਰ ਪੈ ਗਏ,
ਉਹਨੂੰ ਘੜਿਆਲ ਵਜਾਉਣ ਦਾ ਵੀ ਸਮਾਂ ਨਹੀਂ ਦਿੱਤਾ ਸਿੱਖਾਂ ਨੇ, ਜਿਹੜਾ ਬੰਦਾ ਰੱਖਿਆ ਹੋਇਆ ਸੀ ਨਾ ਘੜਿਆਲ ਵਜਾਉਣ ਵਾਸਤੇ, ਉਹਨੂੰ ਇੰਨਾ ਸਮਾਂ ਵੀ ਨਹੀਂ ਦਿੱਤਾ ਵੀ ਸਿੱਖਾਂ ਨੇ ਆਪਣਾ ਕੰਮ ਕੀਤਾ, ਫਟਾਫਟ ਕੰਮ ਕਰਕੇ ਉੱਥੋਂ ਦੀ ਨਿਕਲ ਗਏ। 2-3 ਦਿਨ ਇਸੇ ਤਰ੍ਹਾਂ ਚੱਲਦਾ ਰਿਹਾ, ਸਿੱਖ ਅੱਧੀ ਰਾਤ ਨੂੰ ਆਉਂਦੇ ਆਪਣਾ ਕੰਮ ਕਰਦੇ, ਜਿੰਨੇ ਵੀ ਉਹਨਾਂ ਕੋਲੋਂ ਲੋਕ ਛੁਡਵਾਏ ਜਾਂਦੇ, ਜਿੰਨੀਆਂ ਕੁ ਧੀਆਂ ਛੁਡਵਾਈਆਂ ਜਾਂਦੀਆਂ ਉਹਨਾਂ ਨੂੰ ਛੁਡਵਾ ਕੇ ਲੈ ਜਾਂਦੇ, ਬਸ ਹਨੇਰੀ ਵਾਂਗੂ ਆਉਂਦੇ ਤੇ ਹਨੇਰੀ ਵਾਂਗੂ ਚੱਲ ਜਾਂਦੇ। 2-3 ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਵੀ ਅੱਧੀ ਰਾਤ ਨੂੰ ਅਟੈਕ ਹੁੰਦੇ ਰਹੇ, ਅੱਧੀ ਰਾਤ ਨੂੰ ਉਹਨਾਂ ਦੇ ਕੋਲ, ਤੇ ਨਾਦਰ ਸ਼ਾਹ ਨੂੰ ਇੱਕਦਮ ਹੌਲਾ ਕਰ ਦਿੱਤਾ। 3 ਦਿਨ ਇਸ ਤਰ੍ਹਾਂ ਹੋਇਆ ਤੇ ਉਸ ਦਿਨ ਤੋਂ ਇਹ ਗੱਲ ਪੱਕ ਗਈ ਸੀ ਵੀ ਅੱਧੀ ਰਾਤ ਹੋ ਗਈ ਹੈ, 12 ਵੱਜ ਗਏ ਨੇ ਤੇ ਸਿੱਖਾਂ ਦਾ ਟਾਈਮ ਹੋ ਗਿਆ। ਇਹ ਉਦੋਂ ਇਹ ਗੱਲ ਪ੍ਰਚਲਿਤ ਹੋਈ ਸੀ। ਜੇ ਇਤਿਹਾਸ ਨੌਜਵਾਨ ਨੂੰ ਪਤਾ ਹੋਵੇ ਤੇ ਉਹ ਮਾਣ ਕਰੇਗਾ ਆਪਣੇ ਉੱਤੇ ਵੀ ਸਾਡੇ ਬਜ਼ੁਰਗਾਂ ਨੇ ਅੱਧੀ ਰਾਤ ਵੀ ਆਪਣੀਆਂ ਧੀਆਂ ਵਾਸਤੇ ਨਹੀਂ, ਬਗਾਨਿਆਂ ਦੀਆਂ ਧੀਆਂ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਸੀ, ਆਪਣੀ ਜਾਨ ਦੇ ਉੱਤੇ ਖੇਡਦੇ ਹੁੰਦੇ ਸੀ ਕਿਸੇ ਦੂਜੇ ਦੀ ਧੀ ਵਾਸਤੇ। ਜਦੋਂ ਹਿੰਦੂ ਬਜ਼ੁਰਗ ਮਾਵਾਂ ਸਿੱਖਾਂ ਦੇ ਕੋਲ ਆਉਂਦੀਆਂ ਸੀ ਨਾ ਤੇ ਆ ਕੇ ਕਹਿੰਦੀਆਂ ਹੁੰਦੀਆਂ ਸੀ, ਸ਼ਈ ਬਾਬਾ ਸ਼ਈ, ਰੰਨ ਬਸਰੇ ਨੂੰ ਗਈ, ਮੋੜੀ ਬਾਬਾ ਕੱਛ ਵਾਲੇ ਆ, ਵੇ ਮੋੜੀ ਬਾਬਾ ਡਾਂਗ ਵਾਲੇ ਆ, ਹੇ ਕਛਹਿਰੇ ਵਾਲੇ ਬਾਬਾ, ਹੇ ਡਾਂਗ ਵਾਲੇ ਬਾਬਾ, ਜਾ ਕੇ ਸਾਡੀ ਧੀ ਨੂੰ ਬਚਾ ਕੇ ਲੈ ਕੇ ਆ। ਦੇਖੋ ਦੋ ਹੀ ਗੱਲਾਂ ਆਈਆਂ, ਮੋੜੀ ਬਾਬਾ ਕੱਛ ਵਾਲੇ ਆ ਤੇ ਮੋੜੀ ਬਾਬਾ ਡਾਂਗ ਵਾਲੇ ਆ, ਦੋ ਹੀ ਗੱਲਾਂ ਆਈਆਂ, ਜਾਂ ਕਛਹਿਰੇ ਦਾ ਜ਼ਿਕਰ ਆਇਆ ਜਾਂ ਡਾਂਗ ਦਾ ਜ਼ਿਕਰ ਆਇਆ। ਇਹ ਜ਼ਿਕਰ ਨਹੀਂ ਆਇਆ ਮੋੜੀ ਬਾਬਾ ਮਾਲਾ ਵਾਲੇ ਆ, ਇਹ ਜ਼ਿਕਰ ਤਾਂ ਨਹੀਂ ਨਾ ਆਇਆ ਕਿਤੇ ਕਿ ਮੋੜੀ ਬਾਬਾ ਧੋਤੀ ਵਾਲੇ ਆ, ਕਿਉਂਕਿ ਧੋਤੀਆਂ ਧਾਤੀਆਂ ਖੁੱਲ ਜਾਂਦੀਆਂ ਹੁੰਦੀਆਂ, ਫਿਰ ਉਹ ਜ਼ਿਕਰ ਨਹੀਂ ਆਊਗਾ। ਇਹ ਜ਼ਿਕਰ ਨਹੀਂ ਆਇਆ ਮੋੜੀ ਬਾਬਾ ਸਮਾਧੀ ਵਾਲੇ ਆ, ਇਹ ਜ਼ਿਕਰ ਨਹੀਂ ਆਊਗਾ। ਦੋ ਹੀ ਜ਼ਿਕਰ ਆਏ। ਕਛਹਿਰੇ ਦਾ ਜ਼ਿਕਰ ਪਤਾ ਕਿਉਂ ਆਇਆ? ਕਾਰਨ ਸੀ ਉਹਦੇ ਪਿੱਛੇ, ਕਛਹਿਰਾ ਜਿਹੜਾ ਹੈ ਨਾ ਉਹ ਸਿੱਖ ਦੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਜਦੋਂ ਉਹ ਮਾਵਾਂ ਕਹਿੰਦੀਆਂ ਸੀ ਨਾ ਮੋੜੀ ਬਾਬਾ ਕੱਛ ਵਾਲੇ ਆ ਵੀ ਜਾ ਕੇ ਸਾਡੀ ਧੀ ਨੂੰ, ਹੇ ਕਛਹਿਰੇ ਵਾਲੇ ਬਾਬਾ ਜਾ ਕੇ ਬਚਾ ਕੇ ਲੈ ਕੇ ਆ, ਤੇ ਉਹਨਾਂ ਮਾਵਾਂ ਨੂੰ ਸਿੱਖਾਂ ਦੇ ਉੱਤੇ ਇੰਨਾ ਭਰੋਸਾ ਸੀ ਵੀ ਜੇ ਸਾਡੀ ਧੀ ਨੂੰ ਬਚਾਉਣ ਵਾਸਤੇ ਜਾਵੇਗਾ ਨਾ ਤੇ ਜਦੋਂ ਬਚਾ ਕੇ ਲਿਆਵੇਗਾ ਸਾਡੀ ਧੀ ਦੀ ਇੱਜ਼ਤ ਉੱਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋਵੇਗਾ, ਇਹ ਉਹਨਾਂ ਦੇ ਅੰਦਰ ਭਾਵਨਾ ਸੀ। ਤੇ ਦੂਜੇ ਨੰਬਰ ਉੱਤੇ ਡਾਂਗ ਦਾ ਜ਼ਿਕਰ ਇਸ ਕਰਕੇ ਆਇਆ ਕਿਉਂਕਿ ਵੱਡੇ ਵੱਡੇ ਨਾਢੂ ਖਾਂ ਜਿਹੜੇ ਹੁੰਦੇ ਨੇ ਨਾ ਆਪਣੇ ਆਪ ਨੂੰ ਬੜੇ ਵੱਡੇ ਵੱਡੇ ਸਮਝਣ ਵਾਲੇ, ਜਦੋਂ ਉਹਨਾਂ ਦੇ ਗਿੱਟਿਆਂ 'ਚ ਵੀ ਡਾਂਗ ਵੱਜਦੀ ਹੈ ਨਾ ਤੇ ਉਹ ਵੀ ਹੱਥ ਜੋੜ ਕੇ ਕਹਿੰਦੇ ਨੇ ਲੈ ਜਾਓ ਹੁਣ, ਲੈ ਜਾਓ ਹੁਣ, ਲੈ ਜਾਓ ਹੁਣ। ਇਸ ਕਰਕੇ ਜ਼ਿਕਰ ਆਇਆ ਮੋੜੀ ਬਾਬਾ ਕੱਛ ਵਾਲੇ ਆਵੇ, ਮੋੜੀ ਬਾਬਾ ਡਾਂਗ ਵਾਲੇ ਆ। ਪਰ ਮੈਂ ਹੈਰਾਨ ਰਹਿ ਜਾਂਦਾ ਵਾਂ ਵੀ ਇਹ ਜ਼ਿਕਰ ਇਤਿਹਾਸ ਦੇ ਵਿੱਚ ਆਉਣ, ਸਿੱਖ ਰਾਤ ਦੇ 12 ਵਜੇ ਜਾ ਕੇ ਬਗਾਨਿਆਂ ਦੀਆਂ ਧੀਆਂ ਨੂੰ ਬਚਾਉਂਦੇ ਰਹਿਣ ਤੇ ਜਿਨ੍ਹਾਂ ਦੀਆਂ ਧੀਆਂ ਦੁਪਹਿਰ ਦੇ 2:30 ਵਜੇ ਚੁੱਕੀਆਂ ਜਾਂਦੀਆਂ ਸੀ ਨਾ ਉਹ ਹੀ ਸਾਨੂੰ ਮਖੌਲ ਕਰਨ, ਤੇ ਕੀ ਆਖੀਏ ਉਹਨਾਂ ਨੂੰ ਹੁਣ ਜਿਨ੍ਹਾਂ ਦੀਆਂ ਧੀਆਂ ਦੁਪਹਿਰ ਦੇ 2:30 ਵਜੇ ਚੁੱਕੀਆਂ ਜਾਂਦੀਆਂ ਨੇ, ਸਿੱਖ ਰਾਤ ਦੇ 12 ਵਜੇ ਜਾ ਕੇ ਉਹਨਾਂ ਨੂੰ ਬਚਾਉਂਦੇ ਨੇ। ਪਰ ਫਿਰ ਵੀ ਤੁਸੀਂ ਵੇਖੋ ਗਾਣੇ ਪਤਾ ਕਿਵੇਂ ਦੇ ਬਣ ਗਏ, ਗਾਣੇ ਕਿਵੇਂ ਦੇ ਬਣ ਗਏ, ਤੇ ਸੁੱਖ ਨਾਲ ਸਾਡੇ ਲੋਕਾਂ ਨੇ ਉਹਨਾਂ ਗਾਣਿਆਂ ਉੱਤੇ ਭੰਗੜਾ ਵੀ ਬਥੇਰਾ ਪਾ ਲਿਆ, ਜਿਹਦੇ ਵਿੱਚ ਆਖਿਆ ਗਿਆ ਆ ਗਏ ਪੱਗਾਂ ਪੋਚਵੀਆਂ ਵਾਲੇ, ਰਹੀਂ ਬਚ ਕੇ ਤੂੰ ਰੰਗਲੇ ਦੁਪੱਟੇ ਵਾਲੀ ਹੈ, ਵੀ ਪੋਚਵੀਆਂ ਪੱਗਾਂ ਵਾਲੇ ਆ ਗਏ ਤੇ ਆਖਿਆ ਜਾ ਰਿਹਾ ਭੈਣ ਨੂੰ ਵੀ ਹੁਣ ਬਚ ਕੇ ਰਿਹੋ, ਪੱਗਾਂ ਵਾਲੇ ਆ ਗਏ ਨੇ। ਕਿਉਂ, ਕੀ ਕਰਨ ਆਏ ਨੇ ਪੱਗਾਂ ਵਾਲੇ? ਕੋਈ ਗਲਤ ਕੰਮ ਕਰਨ ਆਏ ਨੇ? ਹੁਣ ਕਦੀ ਤਾਂ ਇਤਿਹਾਸ ਇਹ ਸੀਗਾ ਕਿ ਸ਼ਹੀ ਬਾਬਾ ਸ਼ਹੀ ਰੰਨ ਬਸਰੇ ਨੂੰ ਗਈ, ਕਦੀ ਸਾਡਾ ਇਤਿਹਾਸ ਇਹ ਸੀ, ਪਰ ਅੱਜ ਸਾਡੀ ਦਸਤਾਰ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਵੀ ਪੱਗਾਂ ਵਾਲੇ ਆ ਗਏ, ਇਹਨਾਂ ਦੇ ਕੋਲੋਂ ਬਚ ਕੇ ਰਿਹੋ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ, ਇਹ ਬਾਰ ਬਾਰ ਪੱਗ ਦੀ ਗੱਲ ਕਰਦੇ ਨੇ, ਇਹ ਕਹਿੰਦੇ ਨੇ ਪੱਗ ਸਾਡੀ ਸ਼ਾਨ ਹੈ, ਇਹ ਕਹਿੰਦੇ ਨੇ ਪੱਗ ਸਾਡੇ ਗੁਰੂ ਨੇ ਦਿੱਤੀ ਹੈ ਸਾਨੂੰ, ਇਹ ਬਾਰ ਬਾਰ ਕਹਿੰਦੇ ਨੇ ਵੀ ਸਾਡੇ ਵਾਸਤੇ ਪੱਗ ਬਹੁਤ ਕੁਝ ਹੈ। ਉਹਨਾਂ ਨੂੰ ਇਸੇ ਗੱਲ ਤੋਂ ਚਿੜ ਹੈ ਵੀ ਇਹ ਪੱਗ ਬੰਨ ਕੇ ਆਪਣੇ ਆਪ ਨੂੰ ਸਰਦਾਰ ਕਿਉਂ ਖਵਾਉਂਦੇ ਨੇ। ਉਹਨਾਂ ਨੇ ਆਖਿਆ ਇਹਨਾਂ ਦੇ ਉੱਤੇ ਗਾਣੇ ਗਾਓ, ਇਹਨਾਂ ਦੀ ਪੱਗ ਨੂੰ ਬਦਨਾਮ ਕਰੋ, ਤੇ ਕੀਤਾ ਉਹਨਾਂ ਨੇ। ਤੇ ਜਿਹਨੇ ਗਾਣਾ ਗਾਇਆ ਉਹਦੇ ਆਪਣੇ ਕੇਸ ਤੇ ਹੈ ਨਹੀਂ, ਉਹ ਇਕੱਲੀ ਪੱਗ ਹੀ ਬੰਨਦਾ ਹੈ। ਫੋਟੋਆਂ ਆ ਗਈਆਂ ਇੰਟਰਨੈਟ ਦੇ ਉੱਤੇ ਵੀ ਉਹ ਗਾਣੇ ਗਾ ਰਹੇ ਨੇ, ਤੇ ਸਾਡੇ ਲੋਕ ਉਹਨਾਂ ਗਾਣਿਆਂ ਦੇ ਉੱਤੇ ਸੁੱਖਣਾ ਨੱਚਦੇ ਪਏ। ਅਸੀਂ ਕਦੀ ਵਿਚਾਰਿਆ ਨਹੀਂ ਇਹਨਾਂ ਗੱਲਾਂ ਨੂੰ। ਤੇ ਇੱਕ ਬੇਨਤੀ ਕਰਾਂ, ਤੁਸੀਂ ਆਪਣੇ ਪੁੱਤ ਧੀ ਦਾ ਆਨੰਦ ਕਾਰਜ ਕਰੋ। ਕਰਮਕਾਂਡ ਤੇ ਵੈਸੇ ਬਥੇਰੇ ਨੇ, ਪਰ ਦੋ ਗੱਲਾਂ ਬੇਨਤੀ ਹੈ, ਇੱਕ ਨਸ਼ਿਆਂ ਤੋਂ ਰਹਿਤ ਆਨੰਦ ਕਾਰਜ ਹੋਵੇ, ਤੇ ਦੂਜੇ ਨੰਬਰ ਤੋਂ ਇਹ ਕੰਜਰਖਾਨੇ ਤੋਂ ਰਹਿਤ ਹੋਵੇ। ਆਹ ਕੰਜਰਖਾਨਾ ਹੀ ਹੈ ਸਾਰਾ, ਇਹ ਗਾਣੇ DJ ਓਰਕੈਸਟਰਾ, ਇਹ ਕੀ ਹੈ? ਅਸ਼ਲੀਲਤਾ ਦੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ, ਅਸ਼ਲੀਲਤਾ ਦੀਆਂ ਹੱਦਾਂ ਪਾਰ ਹੁੰਦੀਆਂ ਨੇ, ਪਰ ਕੋਈ ਸਮਝਣ ਵਾਸਤੇ ਤਿਆਰ ਨਹੀਂ। ਜਦੋਂ ਸਾਡੀ ਧੀ ਦੇ ਵੱਲ ਹੀ ਹੱਥ ਕਰਕੇ ਕੋਈ ਕਹੀ ਜਾਂਦਾ ਕਿ 1,28 ਕੁੜੀ ਦਾ, 47 ਵੇਟ ਕੁੜੀ ਦਾ,
ਐਸੇ ਬੰਦਿਆਂ ਦੇ ਮੂੰਹ 'ਤੇ ਥੱਪੜ ਮਾਰਨੇ ਚਾਹੀਦੇ ਨੇ ਜਿਹੜੇ ਇੱਦਾਂ ਦੇ ਗਾਣੇ ਗਾਉਂਦੇ ਨੇ। ਇਹੋ ਜਿਹੇ ਬੰਦਿਆਂ ਦੀ ਜ਼ਬਾਨਾਂ ਬਾਹਰ ਖਿੱਚ ਲੈਣੀਆਂ ਚਾਹੀਦੀਆਂ ਜਿਹੜੇ ਇੱਦਾਂ ਦੇ ਗਾਣੇ ਗਾਉਂਦੇ। ਉਹ ਭਲਿਆ ਤੈਨੂੰ ਸ਼ਰਮ ਨਾ ਆਈ ਐਸਾ ਗਾਣਾ ਗਾਉਂਦਿਆਂ ਹੋਇਆ? ਜਦੋਂ ਤੂੰ ਆਖਿਆ ਉਹ ਵੇਖੋ ਸੜਕਾਂ 'ਤੇ ਅੱਗ ਤੁਰੀ ਜਾਂਦੀ ਹੈ, ਉਹ ਸੜਕ 'ਤੇ ਤੁਰੀ ਜਾਂਦੀ ਤੇਰੀ ਭੈਣ ਵੀ ਹੋ ਸਕਦੀ ਹੈ, ਤੈਨੂੰ ਸ਼ਰਮ ਨਾ ਆਈ ਐਸਾ ਗਾਣਾ ਗਾਉਂਦਿਆਂ ਹੋਇਆ? ਤੈਨੂੰ ਉਸ ਸਮੇਂ ਮਾਤਾ ਗੁਜਰ ਕੌਰ ਭੁੱਲ ਗਈ, ਤੈਨੂੰ ਉਸ ਸਮੇਂ ਬੀਬੀ ਭਾਨੀ ਭੁੱਲ ਗਈ, ਪਰ ਗਾਏ ਜਾ ਰਹੇ ਨੇ। ਕਿਉਂ ਗਾ ਰਹੇ ਨੇ? ਕਾਰਨ ਉਹਦੇ ਪਿੱਛੇ ਇੱਕੋ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸੁਣਨ ਵਾਲੇ ਹੈਗੇ ਨੇ ਜਿਹੜੇ ਸਾਨੂੰ ਸੁਣਦੇ ਨੇ। ਜਿੱਦਣ ਸੁਣਨਾ ਬੰਦ ਕਰਾਂਗੇ ਨਾ, ਉਦਣ ਇਹਨਾਂ ਦੇ ਮੂੰਹ ਵੀ ਬੰਦ ਹੋ ਜਾਣਗੇ। ਉਹਨਾਂ ਨੂੰ ਪਤਾ ਹੈ ਵੀ ਇਹ ਸੁਣ ਲੈਂਦੇ ਨੇ, ਇਸੇ ਕਰਕੇ ਉਹ ਗਾਈ ਜਾਂਦੇ ਨੇ। ਤਾੜੀ ਜਿਹੜੀ ਨਾ ਦੋਵੇਂ ਹੱਥਾਂ ਨਾਲ ਵੱਜਦੀ ਹੁੰਦੀ, ਵੈਸੇ ਗਲਤੀ ਕਿਤੇ ਨਾ ਕਿਤੇ ਸਾਡੀ ਵੀ ਹੈ। ਉਹਨਾਂ ਨੂੰ ਵੀ ਪਤਾ ਹੈ ਨਾ ਵੀ ਜੇ ਕੋਈ ਰਾਗੀ ਜਥਾ ਆਵੇ ਤਾਂ ਉਹਨੂੰ ਇਹ ਰਵਾ ਕੇ ਭੇਜਦੇ ਨੇ ਚੰਗੀ ਤਰ੍ਹਾਂ। ਹੁਣ ਮੈਂ ਗੱਲ ਕਰਨ ਲੱਗਾ ਤਾਂ ਇਹ ਨਾ ਸਮਝੋ ਮੈਂ ਹੁਣ ਤੁਹਾਡੇ ਕੋਲ ਪੈਸੇ ਮੰਗਣ ਲੱਗਾ ਵਾਂ। ਮੈਂ ਇਸ ਕਰਕੇ ਨਹੀਂ ਇਹ ਗੱਲ ਕਹਿਣ ਲੱਗਾ, ਕਿਉਂਕਿ ਬਹੁਤੀ ਵਾਰੀ ਗੱਲ ਦੂਜੇ ਪਾਸੇ ਤੁਰ ਪੈਂਦੀ ਹੈ। ਕਈ ਰਾਗੀ ਜਥੇ ਮਿਲਦੇ ਨੇ ਸਾਨੂੰ, ਉਹ ਕਹਿੰਦੇ ਭਾਈ ਸਾਹਿਬ ਜੀ ਫਲਾਣੀ ਜਗ੍ਹਾ ਦੇ ਉੱਤੇ ਗਏ, ਅਸੀਂ ਨਾ ਸਾਰਾ ਸਮਾਨ ਵੀ ਬਾਈਕ ਦੇ ਉੱਤੇ ਅਸੀਂ ਵਾਜੇ ਵੀ ਮਸਾਂ ਹੀ ਲੈ ਕੇ ਗਏ, ਵੀ ਇੱਕ ਬਾਈਕ ਉਹਦੇ ਉੱਤੇ ਵਾਜੇ ਅਸੀਂ ਪਤਾ ਨਹੀਂ ਕਿਸ ਢੰਗ ਨਾਲ ਟਕਾਏ ਅਤੇ ਅਸੀਂ ਵਾਜੇ, ਇੱਕ ਨੇ ਹੱਥ ਵਿੱਚ ਤਬਲਾ ਫੜਿਆ ਚੱਲ ਗਏ, ਪੈਟਰੋਲ ਵੀ ਲੱਗਾ ਸਾਡਾ ਬਾਈਕ ਦਾ, ਅਤੇ ਸਾਨੂੰ ਪਰਿਵਾਰ ਵਾਲਿਆਂ ਨੇ ਦੇ ਕੇ ਪਤਾ ਕੀ ਤੋਰਿਆ, ਇੱਕ ਘੰਟਾ ਕੀਰਤਨ ਕਰਾ ਲਿਆ, ਬਾਅਦ 'ਚ ਲਿਫਾਫੇ 'ਚ 501 ਰੁਪਈਆ ਪਾ ਕੇ ਤੋਰ ਦਿੱਤਾ। ਅਤੇ ਉਹਨਾਂ ਨੇ ਆਖਿਆ ਜੀ ਸਾਡਾ ਪੈਟਰੋਲ ਵੀ ਲੱਗਾ ਹੈ, ਤਿੰਨ ਜਾਣੇ ਆ ਅਸੀਂ, ਇੰਨੀ ਦੂਰੋਂ ਆਏ ਹਾਂ, 501। ਕਹਿੰਦੇ ਤੁਹਾਨੂੰ ਵਾਹਵਾਂ ਦਸਾਂ ਦਸਾਂ ਦੇ ਹੋ ਗਏ ਸੀ ਅੱਗੇ, ਹੁਣ ਦਸਾਂ ਦਸਾਂ ਦੇ ਅੱਗੇ ਪਏ, ਹੁਣ ਤਾਂ ਉਹ ਜ਼ਿਆਦਾ ਹੀ ਲੱਗਦੇ ਨੇ ਨਾ, ਭਾਵੇਂ ਹੋਵੇ 100 ਰੁਪਈਏ, ਪਰ ਉਹ ਜਦੋਂ ਖਿਲ ਰਹੇ ਹੁੰਦੇ ਨੇ ਅਤੇ ਉਹ ਵਾਹਵਾ ਹੀ ਲੱਗਦੇ ਨੇ ਫਿਰ, ਵੀ ਇਹ ਹਾਲ ਹੈ। ਅਤੇ ਰਾਗੀ ਜਥੇ ਨੂੰ 501, 1100, ਉਹ ਤਿੰਨ ਜਾਣੇ ਹੁੰਦੇ, ਇੰਨੇ 'ਚ ਤੋਰ ਦੇਣਾ, ਅਤੇ ਬਾਅਦ ਵਿੱਚ ਜੇ ਕਿਸੇ ਨੇ ਸਿੰਗਰ ਸੱਦਣਾ ਹੋਵੇ ਨਾ, ਫਿਰ ਉਸੇ ਵਾਸਤੇ 1 ਲੱਖ ਰੁਪਈਆ, 1.5 ਲੱਖ ਰੁਪਈਆ ਪਤਾ ਨਹੀਂ ਕਿੱਥੋਂ ਨਿਕਲ ਆਉਂਦਾ ਉਦੋਂ। ਵੈਸੇ ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਨਾ, ਉਦੋਂ ਵੀ ਆਖਿਆ ਜਾਂਦਾ ਤੁਸੀਂ ਕਕਾਰ ਫ੍ਰੀ ਨਹੀਂ ਦਿੰਦੇ, ਨਹੀਂ ਕਕਾਰ ਫ੍ਰੀ ਨਹੀਂ ਦਿੰਦੇ, ਤੁਹਾਨੂੰ ਫ੍ਰੀ ਦੇਣੇ ਚਾਹੀਦੇ। ਆ ਕਈ ਵਾਰ ਕਿਤਾਬਾਂ ਦੇ ਸਟਾਲ ਲਾਏ ਹੋਣ ਨਾ, ਅਤੇ ਉੱਥੇ ਕਈ ਭੈਣਾਂ ਆਉਣਗੀਆਂ, ਭਾਈ ਸਾਹਿਬ ਜੀ ਕਿਤਾਬ ਤੁਹਾਨੂੰ ਫ੍ਰੀ ਦੇਣੀ ਚਾਹੀਦੀ। ਵੈਸੇ ਇੱਦਾਂ ਹੀ ਸਿੱਖੀ ਦਾ ਪ੍ਰਚਾਰ ਹੋਣਾ ਵੀ ਤੁਸੀਂ 10 ਰੁਪਈਏ ਖਰਚ ਲਓਗੇ ਤਾਂ ਕਿਹੜੀ ਮਾੜੀ ਗੱਲ ਇਹਦੇ ਵਿੱਚ, ਵੀ ਉੱਥੇ ਤਾਂ ਦੇਣੀ ਚਾਹੀਦੀ। ਪਰ ਦਿਵਾਲੀ ਵਾਲੇ ਦਿਨ ਜਦੋਂ ਬੰਬ ਪਟਾਕੇ ਚਲਾਏ ਜਾਂਦੇ ਨੇ, 5000 ਦੇ ਐਵੇਂ ਚਲਾ ਦਿੰਦੇ ਬੰਬ ਪਟਾਕੇ, ਉਦੋਂ ਪਤਾ ਨਹੀਂ ਪੈਸੇ ਕਿੱਥੋਂ ਆ ਜਾਂਦੇ। ਇਹ ਸਾਡਾ ਹਾਲ ਹੈ। ਸਾਨੂੰ ਅਸਲੀ ਭਗਤੀ ਵਾਲੇ ਪਾਸੇ ਨੂੰ ਤੁਰਨਾ ਨਹੀਂ ਆ ਰਿਹਾ, ਤਾਂ ਮਾਲਕ ਜੀ ਨੇ ਆਖਿਆ, ਕਹਿੰਦੇ ਤੇਰੀ ਭਗਤ ਨਾ ਛੋਡੂ ਭਾਵੇਂ ਲੋਕ ਹੱਸੈ, ਹੇ ਮੇਰਿਆ ਮਾਲਕਾ ਭਾਵੇਂ ਮੇਰੇ ਉੱਤੇ ਲੋਕ ਹੱਸਣ, ਪਰ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ। ਕਿਉਂ? ਕਿਉਂਕਿ ਚਰਨ ਕਮਲ ਮੇਰੇ ਹੀਅਰ ਹੈ ਬਸੈ, ਤੇਰੇ ਚਰਨ ਕਮਲ ਨਾ ਮੇਰੇ ਹਿਰਦੇ ਦੇ ਅੰਦਰ ਵੱਸ ਗਏ ਨੇ। ਆਹ ਨੁਕਤਾ ਗੌਰ ਕਰਿਓ, ਤੇਰੇ ਚਰਨ ਕਮਲ, ਚਰਨ ਕਮਲ ਕੀ ਨੇ ਜੀ? ਮਹਾਰਾਜ ਦਾ ਪ੍ਰਕਾਸ਼ ਕੀਤਾ ਨਾ ਜਿਸ ਪੀੜੇ ਦੇ ਉੱਤੇ, ਜਿਸ ਪੀੜੇ ਦੇ ਉੱਤੇ। ਬਹੁਤੀ ਵਾਰੀ ਤੁਸੀਂ ਵੇਖਿਆ ਹੋਣਾ, ਖਾਸ ਕਰ ਪਿੰਡਾਂ ਥਾਵਾਂ ਵਿੱਚ ਤਾਂ ਇਹ ਬਹੁਤ ਹੁੰਦਾ, ਸ਼ਹਿਰਾਂ 'ਚ ਵੀ ਹੁੰਦਾ ਕਈ ਥਾਵਾਂ ਉੱਤੇ, ਵੀ ਜਦੋਂ ਗੁਰਦੁਆਰੇ 'ਚ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਅਤੇ ਕਈ ਸਾਡੀਆਂ ਮਾਤਾਵਾਂ ਭੈਣਾਂ ਆਉਣਗੀਆਂ, ਕਈ ਵੀਰ ਵੀ, ਉਹ ਜਿਸ ਪੀੜੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਨਾ, ਉਹਦੇ ਪਾਵਿਆਂ ਨੂੰ ਘੁੱਟਣ ਲੱਗ ਪੈਣਗੀਆਂ, ਮੁੱਠੀ ਚਾਪੀ ਪਾਵੇ ਘੁੱਟਣੇ। ਅਤੇ ਉਹ ਪਾਵੇ ਘੁੱਟ ਕੇ ਇਹ ਸੋਚਿਆ ਜਾ ਰਿਹਾ ਹੁੰਦਾ ਵੀ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਦੇ ਚਰਨ ਘੁੱਟਦੇ ਪਏ ਹਾਂ। ਅਤੇ ਮੈਂ ਹੱਸਦਾ ਹੁੰਦਾ ਕਈ ਵਾਰੀ ਵੀ ਗੁਰੂ ਸਾਡਾ ਸ਼ਬਦ, ਸ਼ਬਦ ਗੁਰੂ ਹੀ ਕਹਿੰਦੇ ਨਾ ਆਪਾਂ, ਅਤੇ ਸ਼ਬਦ ਗੁਰੂ ਹੈ ਅਤੇ ਗੁਰੂ ਦੇ ਪੈਰ ਲੱਕੜ ਦੇ ਹੁੰਦੇ ਨੇ। ਸੋਚਣ ਵਾਲੀ ਗੱਲ ਨਾ ਕਿ ਗੁਰੂ ਦੇ ਪੈਰ ਲੱਕੜ ਦੇ ਤਾਂ ਹੁੰਦੇ ਨਹੀਂ, ਅਤੇ ਨਾਲੇ ਜਦੋਂ ਸ਼ਾਮ ਵੇਲੇ ਸੁੱਖ ਆਸਨ ਕੀਤਾ ਜਾਂਦਾ ਅਤੇ ਉਹ ਪੀੜਾ ਤਾਂ ਉੱਥੇ ਹੀ ਰਹਿ ਜਾਂਦਾ। ਮਹਾਰਾਜ ਦਾ ਸਰੂਪ ਅਸੀਂ ਸੁੱਖ ਆਸਨ ਵਾਲੇ ਕਮਰੇ 'ਚ ਲੈ ਜਾਂਦੇ ਹਾਂ, ਫਿਰ ਇਹ ਭਾਵ ਕੀ ਨਿਕਲਿਆ ਵੀ ਪੈਰ ਤਾਂ ਉੱਥੇ ਹੀ ਰਹਿ ਗਏ, ਬਾਕੀ ਸਰੂਪ ਚੱਲ ਗਿਆ। ਜੇ ਆਪਾਂ ਇਹਨੂੰ ਵੀ ਪੈਰ ਬਣਾਉਣਾ ਵੀ ਇਹਨੂੰ ਘੁੱਟਣ ਦੇ ਨਾਲ, ਪਾਵਿਆਂ ਨੂੰ ਘੁੱਟਣ ਦੇ ਨਾਲ ਹੀ ਕੁਝ ਹੋਣਾ। ਵੈਸੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਦੇ ਵੱਲੋਂ ਲਾਗੂ ਜਿਹੜੀ ਕੀਤੀ ਹੋਈ, ਉਹ 'ਚ ਬਕਾਇਦਾ ਲਿਖਿਆ ਹੈ ਵੀ ਜਿਸ ਪੀੜੇ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉਸ ਪੀੜੇ ਦੇ ਪਾਵੇ ਘੁੱਟਣੇ ਮਨਮਤ ਨੇ। ਇਹ ਮਨਮਤ ਨੇ, ਇਹ ਗੁਰਮਤ ਨਹੀਂ ਹੈ, ਇਹ ਮਨਮਤ ਹੈ। ਜੇ ਇੰਨਾ ਹੀ ਪੈਰ ਘੁੱਟਣ ਦਾ ਸ਼ੌਂਕ ਹੈ ਨਾ, ਘਰ 'ਚ ਬਜ਼ੁਰਗ ਬਥੇਰੇ ਨੇ, ਉਹਨਾਂ ਦੇ ਪੈਰ ਘੁੱਟ ਲਓ ਜਾ ਕੇ, ਉਹਨਾਂ ਨੂੰ ਵੀ ਪੁੱਛ ਲਓ। ਕਈ ਵਾਰੀ ਐਸੇ ਤਾਂ ਵੇਖਿਆ ਗਿਆ ਵੀ ਨੌਜਵਾਨ ਬੱਚਾ ਗੁਰਦੁਆਰੇ ਆ ਕੇ ਇਹ ਕੰਮ 'ਤੇ ਕਰਦਾ ਪਿਆ, ਪਰ ਘਰ ਮਾਂ ਬਜ਼ੁਰਗ ਹੈ, ਪਿਓ ਬਜ਼ੁਰਗ ਹੈ, ਉਹਨਾਂ ਦੀ ਉਹਨਾਂ ਨੂੰ ਪੁੱਛਣ ਵਾਸਤੇ ਵੀ ਤਿਆਰ ਨਹੀਂ, ਉਹਨੂੰ ਪੁੱਛਣ ਵਾਸਤੇ ਵੀ ਤਿਆਰ ਨਹੀਂ। ਬਾਪੂ ਦਵਾਈ ਤਾਂ ਨਹੀਂ ਚਾਹੀਦੀ, 2 ਦਿਨ ਹੋ ਗਏ ਢਿੱਲਾ ਲੱਗਦਾ, ਵੀ ਉਹ ਹਾਲ ਚਾਲ ਪੁੱਛਣ ਵਾਸਤੇ ਵੀ ਤਿਆਰ ਨਹੀਂ। ਇਹ ਸਾਡੇ ਸਮਾਜ ਦਾ ਹਾਲ ਹੈ। ਅਤੇ ਦੂਜੇ ਪਾਸੇ ਅਸੀਂ ਇੱਧਰ ਨੂੰ ਤੁਰੇ ਹੋਏ ਹਾਂ, ਅਤੇ ਇੱਕ ਇੱਥੇ ਮੈਂ ਬੇਨਤੀ ਕਰਦੇ ਹਾਂ, ਜਦੋਂ ਵੀ ਬਾਣੀ ਦੇ ਵਿੱਚ ਚਰਨ ਕਮਲ ਲਫਜ਼ ਆਵੇਗਾ ਨਾ, ਚਰਨ ਦਾ ਮਤਲਬ ਸਿੱਧਾ ਅਤੇ ਸਾਫ਼ ਗੁਰਬਾਣੀ ਦੇ ਵਿੱਚ ਜਿਹੜਾ ਗੁਰੂ ਪਾਤਸ਼ਾਹ ਨੇ ਦੱਸਿਆ, ਚਰਨ
ਲਫ਼ਜ਼ ਆਖਿਆ ਗਿਆ ਇਹ ਸ਼ਬਦ ਨੂੰ, ਗੁਰੂ ਅਰਜਨ ਸਾਹਿਬ ਦਾ ਵਾਕ ਹੈ, ਪਾਤਸ਼ਾਹ ਆਖਦੇ ਨੇ ਹਿਰਦੈ ਚਰਨ, ਹਿਰਦੇ ਵਿੱਚ ਚਰਨ ਵਸਾਉਣੇ ਨੇ, ਹਿਰਦੈ ਚਰਨ, ਉਹ ਚਰਨ ਕਿਹੜੇ ਨੇ? ਸ਼ਬਦ ਸਤਿਗੁਰ ਕੋ, ਹਿਰਦੇ ਵਿੱਚ ਚਰਨ ਵਸਾਉਣੇ ਨੇ, ਪਰ ਉਹ ਚਰਨ ਕਿਹੜੇ ਨੇ? ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹੁੰਦੇ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਨਾਨਕ ਜੀ ਆਖਦੇ ਨੇ ਇਸ ਗੱਲ ਨੂੰ ਆਪਣੇ ਪੱਲੇ ਬੰਨ ਲੈ, ਨਾਨਕ ਬੰਧਿਓ ਪਾਲ, ਆਪਣੇ ਪੱਲੇ ਬੰਨ ਲੈ ਕਿ ਗੁਰੂ ਦਾ ਚਰਨ ਕੀ ਹੈ? ਕੀ ਹੈ ਜੀ? ਗੁਰੂ ਦਾ ਸ਼ਬਦ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹੁੰਦੇ ਨੇ, ਹੋਰ ਕੁਝ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ। ਤੇ ਉੱਥੇ ਭਗਤ ਜੀ ਨੇ ਆਖਿਆ, ਕਹਿੰਦੇ ਚਰਨ ਕਮਲ ਮੇਰੇ ਹੀਰੇ ਵਸੈ, ਚਰਨ ਕਮਲ ਮੇਰੇ ਹਿਰਦੇ ਵਿੱਚ ਵਸ ਗਏ। ਕਹਿਣ ਦਾ ਭਾਵ ਗੁਰੂ ਦਾ ਸ਼ਬਦ ਮੇਰੇ ਹਿਰਦੇ ਅੰਦਰ ਵਸਦਾ ਏ, ਗੁਰੂ ਦੇ ਸ਼ਬਦ ਦੀ ਵਰਤੋਂ ਮੇਰੇ ਅੰਦਰ ਹੁੰਦੀ ਹੈ, ਤੇ ਇਸ ਢੰਗ ਦੇ ਨਾਲ ਮੈਂ ਰੱਬ ਨੂੰ ਧਿਆ ਰਿਹਾ ਵਾਂ। ਸ਼ਬਦ ਦੇ ਪਹਿਲੇ ਬੰਦ ਵਿੱਚ ਆਖਦੇ ਨੇ, ਮੈਂ ਸਮਾਪਤੀ ਵਾਲੇ ਪਾਸੇ ਨੂੰ ਤੁਰ ਰਿਹਾ ਜੀ, ਸ਼ਬਦ ਦੇ ਪਹਿਲੇ ਬੰਦ ਵਿੱਚ ਆਖਦੇ ਨੇ, ਸਾਹਿਬ ਸੰਕਟ ਵੈ ਸੇਵਕ ਭੱਜੈ। ਕਹਿੰਦੇ ਸਾਹਿਬ ਸੰਕਟ ਵੈ, ਹੁਣ ਗੌਰ ਕਰਿਓ, ਸਾਹਿਬ ਆਖਿਆ ਗਿਆ ਰੱਬ ਨੂੰ। ਰੱਬ ਜੀ ਸਾਡੇ ਵਾਸਤੇ ਨਾ ਬਹੁਤੀ ਵਾਰੀ ਪ੍ਰੀਖਿਆ ਪਾਉਂਦੇ ਨੇ, ਪੇਪਰ ਇਮਤਿਹਾਨ ਹੁੰਦੇ ਨਾ, ਜਿਵੇਂ ਬੱਚਿਆਂ ਦੇ ਟੀਚਰ ਦੇ ਵੱਲੋਂ ਇਮਤਿਹਾਨ ਲਿਆ ਜਾਂਦਾ ਬੱਚੇ ਦਾ, ਕਾਹਦੇ ਵਾਸਤੇ ਲਿਆ ਜਾਂਦਾ ਜੀ? ਇਹ ਗੱਲ ਪਤਾ ਕਰਨ ਵਾਸਤੇ ਵੀ ਕਿੰਨਾ ਕੁ ਸਿਆਣਾ ਹੈ ਤੇ ਕਿੰਨਾ ਕੁ ਮੂਰਖ ਹੈ, ਪਤਾ ਲੱਗ ਜਾਵੇ ਵੀ ਇਹਨੂੰ ਅਗਲੀ ਕਲਾਸ ਦੇ ਵਿੱਚ ਭੇਜਣਾ ਹੈ ਜਾਂ ਨਹੀਂ ਭੇਜਣਾ। ਪੇਪਰ ਹੀ ਡਿਸਾਈਡ ਕਰਦੇ, ਜਦੋਂ ਬੱਚਾ ਪੇਪਰ ਦਿੰਦਾ ਰਿਜ਼ਲਟ ਆਉਂਦਾ, ਉਹ ਹੀ ਡਿਸਾਈਡ ਕਰਦੇ ਵੀ ਇਹ ਅਗਲੀ ਕਲਾਸ ਵਿੱਚ ਜਾਵੇਗਾ ਜਾਂ ਨਹੀਂ ਜਾਵੇਗਾ। ਪੇਪਰ ਇਸ ਕਰਕੇ ਲੈ ਜਾਂਦੇ ਤਾਂ ਕਿ ਪਤਾ ਲੱਗ ਜਾਏ ਇਹਨੂੰ ਕਿੰਨੀ ਕਕਲ ਹੈ, ਸਿੱਧੀ ਜੀ ਗੱਲ, ਇਹਨੂੰ ਪਤਾ ਲੱਗ ਜਾਵੇ। ਗੁਰੂ ਪਾਤਸ਼ਾਹ ਕਹਿੰਦੇ, ਕਹਿੰਦੇ ਰੱਬ ਨੇ ਵੀ ਨਾ ਇੱਕ ਪਰਚਾ ਪਾਇਆ। ਉਦਾਹਰਣ ਲੈ ਲਈਏ ਆਪਾਂ ਇੱਕ, ਮੰਨ ਲਓ ਕਿਸੇ ਨੇ ਆਪਣੇ ਪੁੱਤ ਦਾ ਕਰਨਾ ਵਿਆਹ, ਰੱਬ ਨੇ ਪਰਚਾ ਪਾ ਤਾ ਵੀ ਭਲਿਆ ਤੂੰ ਆਪਣੇ ਆਪ ਨੂੰ ਸਿੱਖ ਖਵਾਉਣਾ ਹੈ, ਖੰਡੇ ਦੀ ਪੌਲ ਵੀ ਲਈ ਹੋਈ ਹੈ, ਤੇ ਇੱਦਾਂ ਕਰੀ ਵੀ ਵਿਆਹ ਦੇ ਉੱਤੇ ਨਾ ਸ਼ਰਾਬ ਨਹੀਂ ਪਿਆਉਣੀ ਕਿਸੇ ਨੂੰ। ਪੈ ਗਿਆ ਜੀ ਪਰਚਾ, ਹੁਣ ਇਹ ਪਰਚਾ ਪਾ ਦਿੱਤਾ ਵੀ ਸ਼ਰਾਬ ਨਹੀਂ ਪਿਆਉਣੀ ਕਿਸੇ ਨੂੰ। ਹੁਣ ਜਿਹਨੇ ਖੰਡੇ ਦੀ ਪੌਲ ਲਈ ਹੋਈ ਹੈ, ਆਪਣੇ ਆਪ ਨੂੰ ਗੁਰੂ ਕਾ ਸਿੱਖ ਵੀ ਕਹਿੰਦਾ ਹੈ, ਵੇਖੋ ਦੋ ਗੱਲਾਂ ਹੁੰਦੀਆਂ, ਇੱਕ ਤੇ ਹੁੰਦਾ ਜਿਹੜਾ ਮਨ ਕਰਕੇ ਸਿੱਖ ਹੋਵੇ, ਜਿਹੜਾ ਮਨ ਕਰਕੇ ਸਿੱਖ ਹੈ ਨਾ ਉਹ ਤੇ ਹਮੇਸ਼ਾ ਗੁਰੂ ਦੀ ਬਾਣੀ ਦੇ ਮੁਤਾਬਕ ਤੁਰਦਾ ਹੈ, ਪਰ ਇੱਕ ਉਹ ਹੁੰਦਾ ਜਿਹੜਾ ਕੇਵਲ ਉੱਤੋਂ ਉੱਤੋਂ ਹੁੰਦਾ, ਜਿਹਨੂੰ ਆਪਾਂ ਆਖਦੇ ਨਾ ਖੋਤੇ ਉੱਤੇ ਸ਼ੇਰ ਦੀ ਖੱਲ, ਵੀ ਉਹ ਹਿਸਾਬ। ਕਈ ਵਾਰੀ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਖੀ ਹੈ ਜੀ ਇਤਿਹਾਸ ਦੇ ਵਿੱਚ, ਵੀ ਕਈ ਵਾਰੀ ਐਸਾ ਵੀ ਹਿਸਾਬ ਕਿਤਾਬ ਬਣ ਜਾਂਦਾ ਵੀ ਬਾਹਰੋਂ ਦੀ ਸਿੱਖੀ ਵਾਲਾ ਭੇਖ, ਬਾਹਰੋਂ ਦੀ ਅੰਮ੍ਰਿਤ ਵੀ ਛਕਿਆ ਬਾਹਰੋਂ ਦੀ, ਤੇ ਫਿਰ ਉਹ ਐਸਾ ਕਈ ਵਾਰੀ ਤੁਸੀਂ ਵੇਖਿਓ ਹਿਸਾਬ ਕਿਤਾਬ ਬਣ ਜਾਂਦਾ ਵੀ ਦੋਗਲਾ ਜਿਹਾ ਹਿਸਾਬ ਕਿਤਾਬ। ਕਈ ਲੋਕ ਕਹਿਣਗੇ ਜੀ ਭਾਵੇਂ ਅਸੀਂ ਨਹੀਂ ਪੀਂਦੇ, ਅਸੀਂ ਨਹੀਂ ਪੀਂਦੇ, ਅਸੀਂ ਖੰਡੇ ਦੀ ਪੌਲ ਲਈ ਹੋਈ, ਜਿੱਥੇ ਅਸੀਂ ਰਿਸ਼ਤਾ ਕੀਤਾ ਨਾ ਆਪਣੇ ਮੁੰਡੇ ਦਾ, ਉਹ ਕੁੜੀ ਵਾਲੇ ਵੀ ਨਹੀਂ ਪੀਂਦੇ, ਉਹ ਲੜਕੀ ਵਾਲੇ ਵੀ ਨਹੀਂ ਪੀਂਦੇ, ਨਾ ਉਹਨਾਂ ਦਾ ਪਿਓ ਪੀਵੇ ਨਾ ਭਰਾ ਪੀਣ, ਉਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਜੀ, ਪਰ ਸਾਨੂੰ ਸ਼ਰਾਬ ਇਸ ਕਰਕੇ ਇੱਕ ਸਟਾਲ ਲਾਉਣਾ ਪੈ ਰਿਹਾ ਤਾਂ ਸਾਡੇ ਜਿਹੜੇ ਰਿਸ਼ਤੇਦਾਰ ਆਉਣੇ ਨੇ ਨਾ ਉਹਨਾਂ ਦੇ ਵਿੱਚੋਂ ਕਈ ਪੀਂਦੇ ਨੇ, ਉਹਨਾਂ ਦੇ ਵਿੱਚੋਂ ਕਈ ਪੀਂਦੇ ਨੇ, ਅਸੀਂ ਇਸ ਕਰਕੇ ਸਟਾਲ ਲਾ ਰਹੇ ਹਾਂ। ਹੁਣ ਜਿਹਨੇ ਖੰਡੇ ਦੀ ਪੌਲ ਲਈ ਹੋਈ ਉਹ ਇਹ ਗੱਲ ਕਹਿ ਰਿਹਾ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਵਿਆਹ ਤੇ ਉਹ ਵੀ ਲੋਕ ਕਰਦੇ ਨੇ ਵੀ ਜਿਹੜੇ ਆਪ ਨਸ਼ਾ ਪੀਂਦੇ ਹੁੰਦੇ ਨੇ, ਹੁਣ ਜਿਹੜੇ ਆਪ ਨਸ਼ਾ ਪੀਂਦੇ ਨੇ ਉਹਨਾਂ ਦੇ ਵੀ ਕਈ ਅੱਗੇ ਰਿਸ਼ਤੇਦਾਰ ਐਸੇ ਹੁੰਦੇ ਨੇ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੁੰਦੀ ਹੈ, ਪਰ ਜਿਹੜੇ ਆਪ ਸ਼ਰਾਬ ਪੀਂਦੇ ਨੇ ਉਹਨਾਂ ਨੇ ਕਦੀ ਇਹ ਗੱਲ ਸੋਚੀ ਹੈ ਵੀ ਸਾਡੇ ਵੀ ਜਿਨ੍ਹਾਂ ਨੇ ਖੰਡੇ ਦੀ ਪੌਲ ਲਈ ਹੋਈ ਨਾ ਉਹਨਾਂ ਰਿਸ਼ਤੇਦਾਰਾਂ ਨੇ ਆਉਣਾ ਹੈ, ਇੱਦਾਂ ਕਰਦੇ ਹਾਂ ਆਪਾਂ ਸ਼ਰਾਬ ਦਾ ਸਟਾਲ ਨਹੀਂ ਲਾਉਂਦੇ ਕਿਤੇ ਨਾਰਾਜ਼ ਨਾ ਹੋ ਜਾਣ ਸਾਡੇ ਨਾਲ, ਉਹ ਤਾਂ ਕਦੀ ਨਹੀਂ ਨਾ ਸੋਚਦੇ। ਜਿਹੜਾ ਸ਼ਰਾਬੀ ਜਿਹਨੇ ਆਪ ਪੀਣੀ ਹੈ ਨਾ ਉਹਨੇ ਆਖਣਾ ਮੈਂ ਤੇ ਪੀਣੀ ਹੈ, ਭਾਵੇਂ ਕੋਈ ਆਵੇ ਤੇ ਭਾਵੇਂ ਕੋਈ ਨਾ ਆਵੇ, ਢੱਠੇ ਖੂਹ 'ਚ ਪਵੇ ਨਾ ਆਵੇ, ਮੈਂ ਮੇਰਾ ਕੀ ਲੈਣਾ ਦੇਣਾ ਵੀ ਇਹਦੇ ਨਾਲ, ਨਾ ਆਵੇ। ਪਰ ਜਿਹਨੇ ਖੰਡੇ ਦੀ ਪੌਲ ਲਈ ਹੋਈ ਹੈ ਉਹ ਕਹਿ ਰਿਹਾ ਸਾਡੇ ਸ਼ਰਾਬੀ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ, ਇਸ ਕਰਕੇ ਮੈਨੂੰ ਪਿਆਉਣੀ ਪੈਣੀ ਹੈ। ਹੁਣ ਇਹ ਕੀ ਹੋਇਆ ਜੀ, ਸਾਹਿਬ ਨੇ ਪਾਇਆ ਪਰਚਾ ਤੇ ਆਪਣੇ ਆਪ ਨੂੰ ਸਿੱਖ ਖਵਾਉਣ ਵਾਲਾ ਹੋ ਗਿਆ ਫੇਲ। ਸਾਹਿਬ ਸੰਕਟ ਵੈ ਸੇਵਕ ਭੱਜੈ, ਆਪਣੇ ਆਪ ਨੂੰ ਸੇਵਕ ਹੋਣ ਦਾ ਦਾਅਵਾ ਕਰਨ ਵਾਲਾ ਭੱਜ ਗਿਆ ਉੱਥੋਂ ਦੀ, ਗੁਰੂ ਦੀ ਗੱਲ ਉੱਤੇ ਪਹਿਰਾ ਨਹੀਂ ਦੇ ਸਕਿਆ। ਗੁਰੂ ਕਹਿ ਰਿਹਾ ਸੀਗਾ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ
ਖਾਏ ਉਹ ਭਲਿਆ ਧੱਕੇ ਪੈਣੇ ਤੈਨੂੰ, ਇਹ ਨਾ ਪੀ ਪਰ ਪੀ ਲੈਂਦਾ। ਤੁਸੀਂ ਸ਼ਰਾਬੀ ਬੰਦੇ ਦਾ ਹਾਲ ਵੇਖੋ ਕਦੀ, ਐ ਟੁੰਨ ਹੋ ਕੇ ਜਦੋਂ ਘਰ ਪੁੱਜਦਾ ਨਾ ਬੂਹਾ ਖੜਕਾਉਂਦਾ, ਘੰਟੀ ਮਾਰੀ ਬਾਹਰ ਪਤਾ ਕੌਣ ਆਇਆ, ਬਾਹਰ ਨਿਕਲੀ ਉਹਦੀ ਘਰ ਵਾਲੀ। ਹੁਣ ਹਾਲ ਵੇਖੋ ਸ਼ਰਾਬੀ ਬੰਦੇ ਦਾ ਕੀ, ਬਾਹਰ ਨਿਕਲੀ ਘਰ ਵਾਲੀ, ਘਰ ਵਾਲੀ ਨੂੰ ਆਪਣੀ ਮਾਂ ਸਮਝ ਲਿਆ ਉਹਨੇ, ਨਿਕਲੀ ਘਰ ਵਾਲੀ ਹੈ ਬਾਹਰ ਉਹਨੂੰ ਆਪਣੀ ਮਾਂ ਸਮਝ ਲਿਆ। ਸ਼ਰਾਬੀ ਬੰਦੇ ਦਾ ਹਾਲ ਕਹਿੰਦਾ ਬੇਬੇ ਅੱਜ ਮੇਰੇ ਕੋਲ ਗਲਤੀ ਹੋ ਗਈ, ਅੱਗੇ ਤੋਂ ਨਹੀਂ ਪੀ ਕੇ ਆਉਂਦਾ। ਉਹ ਘਰ ਵਾਲੀ ਕਹਿੰਦੀ ਵੀ ਅੱਜ ਇਹਨੇ ਮੈਨੂੰ ਬੇਬੇ ਕਿੱਦਾਂ ਬਣਾਤਾ, ਇਹ ਤੇ ਮੇਰੀ ਗੁੱਤ ਫੜ ਕੇ ਚੰਗੀ ਤਰ੍ਹਾਂ ਧੂੰਦਾ ਹੁੰਦਾ ਮੈਨੂੰ, ਤੇ ਅੱਜ ਇਹਨੇ ਇਹ ਬੇਬੇ। ਉਹਨੇ ਬਾਅਦ ਸੋਚਿਆ ਕਹਿੰਦਾ ਪੀਤੀ ਇਹਨੇ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਕਹਿੰਦਾ ਬੇਬੇ ਅੱਜ ਮੈਂ ਇੱਕ ਨਵਾਂ ਪਲਾਟ ਵੇਖ ਕੇ ਆਇਆ ਵਾਂ, ਹੈਗਾ ਮਹਿੰਗਾ ਪਰ ਆਪਾਂ ਲੈ ਲੈਣਾ, ਹੈਗਾ ਮਹਿੰਗਾ ਪਰ ਆਪਾਂ ਲੈ ਲੈਣਾ। ਉਹ ਘਰ ਦੀ ਆਪਣੇ ਮਨ ਵਿੱਚ ਸੋਚਦੀ ਹੈ, ਕਹਿੰਦੀ ਜਿੱਦਾਂ ਤੂੰ ਰੋਜ਼ਾਨਾ ਪੀ ਕੇ ਆਉਂਦਾ ਨਾ, ਮੈਨੂੰ ਲੱਗਦਾ ਜਿਹੜਾ ਆਹ ਸਾਡੇ ਕੋਲ ਹੈਗਾ ਨਾ ਆਹ ਵੀ ਵਿਕ ਜਾਣਾ, ਵੀ ਨਵਾਂ ਤਾਂ ਲਿਆ ਕੋਈ ਨਹੀਂ ਜਾਣਾ ਅਤੇ ਆਹ ਵੀ ਵਿਕ ਜਾਣਾ। ਚਲੋ ਇੰਨੀ ਕੁ ਗੱਲ ਕਰਕੇ ਅੱਗੇ ਚਲ ਗਿਆ। ਜਦੋਂ ਅੱਗੇ ਗਿਆ, ਅੱਗੇ ਹੁਣ ਮਾਂ ਖਲੋਤੀ ਸੀ, ਆਪਣੀ ਮਾਂ ਨੂੰ ਹੁਣ ਘਰ ਵਾਲੀ ਸਮਝ ਲਿਆ। ਉਹਨੂੰ ਕਹਿੰਦਾ ਰੋਜ਼ਾਨਾ ਪੀ ਕੇ ਆਵਾਂਗਾ, ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ, ਮੈਂ ਰੋਜ਼ਾਨਾ ਪੀ ਕੇ ਆਵਾਂਗਾ। ਵੀ ਇਹ ਸ਼ਰਾਬੀ ਬੰਦੇ ਦਾ ਹਾਲ ਹੈ, ਨਾ ਨੂੰ ਇਹ ਪਤਾ ਲੱਗਦਾ ਮਾਂ ਕੌਣ ਹੈ, ਨਾ ਨੂੰ ਪਤਾ ਲੱਗਦਾ ਮੇਰੀ ਘਰ ਵਾਲੀ ਕੌਣ ਹੈ, ਵੀ ਇਹ ਸ਼ਰਾਬੀ ਬੰਦੇ ਦਾ ਹਾਲ। ਹੁਣ ਪਰਚਾ ਪੈ ਗਿਆ ਤੇ ਹੋ ਗਿਆ ਫੇਲ। ਸਾਹਿਬ ਸੰਕਟ ਵੈ ਸੇਵਕ ਭੱਜੈ, ਸਤਿਗੁਰੂ ਨੇ ਆਖਿਆ ਕਹਿੰਦੇ ਚਿਰੰਕਾਲ ਨਾ ਜੀਵੈ ਦਊ ਕੁੱਲ ਲੱਜੈ। ਕਹਿੰਦੇ ਐਸਾ ਬੰਦਾ ਜਿਹੜਾ ਪਰਚੇ ਵਿੱਚ ਫੇਲ ਹੋਇਆ ਹੋਵੇ ਨਾ, ਉਹ ਬਹੁਤਾ ਚਿਰ ਜੀਂਦਾ ਨਹੀਂ ਹੈ, ਮਰ ਗਿਆ ਸਮਝ ਲਓ। ਕਿਵੇਂ ਮਰ ਗਿਆ? ਸਰੀਰਕ ਤੌਰ 'ਤੇ ਤਾਂ ਜੀਰੇ ਆਏ ਪਰ ਆਤਮਕ ਤੌਰ ਦੇ ਉੱਤੇ ਉਸੇ ਸਮੇਂ ਮਰ ਗਿਆ ਜਦੋਂ ਉਹਨੂੰ ਗੁਰੂ ਦੀ ਵਿਚਾਰ ਭੁੱਲੀ। ਆਖਾਂ ਜੀਵਾਂ ਵਿਸਰੈ ਮਰ ਜਾਓ, ਜਿੱਥੇ ਮਾਲਕ ਦੀ ਵਿਚਾਰ ਭੁੱਲੀ ਮਰ ਗਿਆ। ਚਿਰੰਕਾਲ ਨਾ ਜੀਵੈ ਦਊ ਕੁੱਲ ਲੱਜੈ, ਦਊ ਕੁੱਲ ਦਾ ਮਤਲਬ ਹੈ ਅੰਦਰੋਂ ਅਤੇ ਬਾਹਰੋਂ। ਮਨ ਕਰਕੇ ਵੀ ਮਰ ਗਿਆ, ਹੁਣ ਮਨ ਕਰਕੇ ਜਦੋਂ ਵਿਚਾਰ ਭੈੜੇ ਹੋ ਗਏ, ਗੁਰੂ ਪਾਤਸ਼ਾਹ ਕਹਿੰਦੇ ਮਰ ਗਿਆ ਭਲਿਆ ਤੂੰ ਅੰਦਰੋਂ ਦੀ, ਤੇਰੇ ਵਿਚਾਰ ਐਡੇ ਭੈੜੇ ਤੂੰ ਅੰਦਰੋਂ ਡੈੱਡ ਹੋ ਗਿਆ। ਤੇ ਜਿਹੜਾ ਅੰਦਰੋਂ ਡੈੱਡ ਹੁੰਦਾ ਹੈ ਨਾ, ਅੰਦਰੋਂ ਜਿਹੜਾ ਮਰ ਜਾਂਦਾ ਹੈ ਉਹ ਬਾਹਰੋਂ ਸਰੀਰ ਕਰਕੇ ਵੀ ਇੱਕ ਢੰਗ ਨਾਲ ਮਰ ਜਾਂਦਾ। ਉਹ ਪਤਾ ਕਿਵੇਂ ਮਰਦਾ? ਉਹਦੀਆਂ ਅੱਖਾਂ ਵੀ ਮਰ ਗਈਆਂ, ਭਾਵ ਅੱਖਾਂ ਭੈੜਾ ਵੇਖਣਗੀਆਂ, ਕੰਨ ਚੁਗਲੀ ਨਿੰਦਿਆ ਸੁਣਨਗੇ, ਜ਼ੁਬਾਨ ਗਾਲਾਂ ਕੱਢੇਗੀ, ਹੱਥ ਹੁਣ ਗਲਤ ਕੰਮ ਕਰਨਗੇ, ਪੈਰ ਗਲਤ ਪਾਸੇ ਨੂੰ ਜਾਣਗੇ। ਕਹਿੰਦੇ ਬਾਹਰੋਂ ਵੀ ਤਾਂ ਤੂੰ ਮਰ ਹੀ ਗਿਆ ਇੱਕ ਢੰਗ ਦੇ ਨਾਲ, ਜਿਹੜਾ ਅੰਦਰੋਂ ਮਰ ਗਿਆ ਉਹ ਬਾਹਰੋਂ ਵੀ ਇੱਕ ਢੰਗ ਨਾਲ ਮਰ ਗਿਆ। ਇਸੇ ਨੂੰ ਆਖਿਆ ਸੀ ਬਾਬਾ ਕਬੀਰ ਜੀ ਨੇ, ਬੂਢਾ ਬੰਸ ਕਬੀਰ ਕਾ। ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਮੇਰਾ ਬੰਸ, ਮੇਰਾ ਪਰਿਵਾਰ ਡੁੱਬ ਗਿਆ। ਉਹ ਪਰਿਵਾਰ ਪਤਾ ਕਿਹਨੂੰ ਆਖਿਆ ਸੀ? ਆਪਣੇ ਕੋਈ ਸਰੀਰਕ ਰਿਸ਼ਤੇਦਾਰਾਂ ਦੀ ਗੱਲ ਨਹੀਂ ਕਰਦੇ ਪਏ, ਬਾਬਾ ਕਬੀਰ ਜੀ ਨੇ ਆਪਣੇ ਮਨ ਦੀ ਗੱਲ ਕੀਤੀ। ਕਹਿੰਦੇ ਮੇਰਾ ਪਰਿਵਾਰ ਕੀ ਹੈ? ਮੇਰੀਆਂ ਅੱਖਾਂ, ਮੇਰੇ ਕੰਨ, ਮੇਰੀ ਜ਼ੁਬਾਨ, ਮੇਰੇ ਹੱਥ, ਮੇਰੇ ਪੈਰ, ਇਹ ਡੁੱਬ ਗਏ। ਬੂਢਾ ਬੰਸ ਕਬੀਰ ਕਾ, ਉਪਜਿਓ ਭੂਤ ਕਮਾਲ। ਮੇਰੇ ਘਰ ਦੇ ਵਿੱਚ ਨਾ ਇੱਕ ਕਮਾਲ ਦਾ ਪੁੱਤਰ ਪੈਦਾ ਹੋਇਆ। ਉਹ ਪੁੱਤਰ ਪਤਾ ਕਿਹੜਾ ਸੀ? ਉਹ ਸੀ ਮਨ। ਇਹ ਮਨ ਪੁੱਤਰ ਐਸਾ ਪੈਦਾ ਹੋਇਆ, ਇਹਨੇ ਸਾਰੇ ਦਾ ਸਾਰਾ ਬੰਸ ਹੀ ਡੋਬ ਕੇ ਰੱਖ ਦਿੱਤਾ। ਅੱਗੇ ਆਖਦੇ ਨੇ, ਬੂਢਾ ਬੰਸ ਕਬੀਰ ਕਾ, ਉਪਜਿਓ ਭੂਤ ਕਮਾਲ, ਹਰ ਕਾ ਸਿਮਰਨ ਛਾੜ ਕੈ। ਇਹਨੇ ਪ੍ਰਮਾਤਮਾ ਦਾ ਸਿਮਰਨ ਛੱਡ ਦਿੱਤਾ, ਪ੍ਰਮਾਤਮਾ ਦੀ ਵਿਚਾਰ ਛੱਡ ਦਿੱਤੀ, ਤੇ ਕੀਤਾ ਕੀ? ਘਰ ਲੈ ਆਇਆ ਮਾਲ, ਤੇ ਵਿਕਾਰਾਂ ਦਾ ਮਾਲ ਚੁੱਕ ਕੇ ਨਾ ਘਰੇ ਲੈ ਆਉਂਦਾ, ਸਭ ਕੂੜ ਕਬਾੜ ਚੁੱਕ ਕੇ ਘਰ ਲੈ ਕੇ ਆ ਰਿਹਾ। ਤਾਂ ਅਗਲੇ ਬੰਦ ਵਿੱਚ ਆਖਿਆ ਭਗਤ ਨਾਮਦੇਵ ਜੀ ਨੇ, ਕਹਿੰਦੇ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੈ। ਕਹਿੰਦੇ ਦੇਖੋ ਦੁਨੀਆਂ ਦੇ ਵਿੱਚ ਨਾ ਕਿਸੇ ਬੰਦੇ ਕੋਲ ਜਾਇਦਾਦ ਹੋਵੇ, ਪੈਸਾ ਹੋਵੇ, ਤੇ ਜੇ ਡਾਕਾ ਪਵੇ ਨਾ ਉਹਦੀ ਪ੍ਰੋਪਰਟੀ ਦੇ ਉੱਤੇ, ਉਹਦੇ ਪੈਸਿਆਂ ਦੇ ਉੱਤੇ, ਬੰਦਾ ਮਰਨ ਮਾਰਨ ਲਈ ਤਿਆਰ ਹੋ ਜਾਂਦਾ। ਕਹਿੰਦਾ ਮੇਰੇ ਜੀਵਨ ਭਰ ਦੀ ਕਮਾਈ ਹੈ, ਮਰਨ ਮਾਰਨ ਲਈ ਤਿਆਰ ਹੋ ਜਾਂਦਾ ਵੀ ਮੈਂ ਲੈ ਕੇ ਨਹੀਂ ਜਾਣ ਦੇਣੇ ਹੈ ਪੈਸੇ, ਜਾਂ ਤਾਂ ਮੈਨੂੰ ਮਾਰ ਜਾ, ਮੇਰੀ ਲਾਸ਼ ਉੱਤੋਂ ਲੈ ਕੇ ਜਾਈ, ਇੱਦਾਂ ਨਹੀਂ ਮੈਂ ਤੈਨੂੰ ਲੈ ਕੇ ਜਾਣ ਦਿੰਦਾ। ਇਹ ਉਦਾਹਰਣ ਦਿੱਤੀ ਉਹਨਾਂ ਨੇ। ਕਹਿੰਦੇ ਜੈਸੇ ਆਪਣੇ ਧਨੈ ਪ੍ਰਾਣੀ ਮਰਨ ਮੰਡ ਹੈ, ਤੈਸੇ ਸੰਤ ਜਨਾ। ਸੰਤ ਜਨਾਂ ਦਾ ਮਤਲਬ ਉਹ ਲੰਬੇ ਚੋਲੇ ਵਾਲਾ ਬਾਬਾ ਨਾ ਸਮਝ ਲਿਓ, ਸੰਤ ਜਨਾਂ ਦਾ ਮਤਲਬ ਸਤ ਸੰਗੀ ਜਨ। ਤੁਸੀਂ ਸਾਰੇ ਸਤ ਸੰਗੀ ਜਨ ਹੀ ਬੈਠੇ ਹੋ ਇਸ ਸਮੇਂ, ਸੰਤ ਜਨਾਂ ਸਾਰਿਆਂ ਵਾਸਤੇ ਗੱਲ ਹੋ ਰਹੀ ਹੈ। ਆਪਾਂ ਅਗਲੇ ਦੀਵਾਨਾਂ 'ਚ ਇਸ ਵਿਸ਼ੇ ਨੂੰ ਲੈ ਲਵਾਂਗੇ, ਹੁਣ ਸਮਾਂ ਥੋੜ੍ਹਾ।
संत जना जिथे लफज आ रहा ना कहण दा भाव सतसंगी जन जदों आपां बाबा कबीर जी दा वाक पढ़दे ना कहो सुनो रे संतो हुण संतो लफज कादे वास्ते आ रहा ओ सतसंगी जना वास्ते आ रहा तुहाडे सारिआं वास्ते किसी बाबे वास्ते नहीं आ रहा वो तुहाडे सारिआं वास्ते आ रहा वख-वख तरह दे नाल गुरबाणी दे विच इन्हां लफजां दी वरतों की गई है। खैर इत्थे गुरु पातशाह आख रहे कहिंदे तैसे संत जना ਤਿਵੇਂ ਜਿਹੜੇ ਸੰਤ ਜਨ ਨੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਜਿਹੜੇ ਸਤਸੰਗੀ ਜਨ ਨੇ ਜਿਹੜੇ ਹਮੇਸ਼ਾ ਮਾਲਕ ਨੂੰ ਚੇਤੇ ਕਰਦੇ ਨੇ ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ ਉਹ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਛੱਡਦੇ ਜਿਹੜੇ ਸੱਚ ਕਰਕੇ ਮਨ ਕਰਕੇ ਰੱਬ ਜੀ ਦੇ ਸੇਵਕ ਬਣ ਜਾਂਦੇ ਨੇ ਨਾ ਉਹ ਫਿਰ ਪ੍ਰਮਾਤਮਾ ਨੂੰ ਨਹੀਂ ਛੱਡਦੇ ਪ੍ਰਮਾਤਮਾ ਦੀ ਵਿਚਾਰ ਨੂੰ ਨਹੀਂ ਛੱਡਦੇ। ਹੁਣ ਪਹਿਲੇ ਬੰਦ ਵਿੱਚ ਜ਼ਿਕਰ ਕੀਤਾ ਸੀ ਵੀ ਆਪਣੇ ਆਪ ਨੂੰ ਅਖਵਾਉਂਦਾ ਸੇਵਕ ਹੈ ਪਰ ਜਦੋਂ ਪਰਚਾ ਪਿਆ ਤੇ ਫੇਲ ਹੋ ਗਿਆ ਕਿਉਂ ਕਿਉਂਕਿ ਬਾਹਰੋਂ ਅਖਵਾ ਰਿਹਾ ਸੀ ਪਰ ਜਿਹੜੇ ਵਾਕਈ ਸੱਚ ਕਰਕੇ ਮਾਲਕ ਦੇ ਮਾਰਗ ਉੱਤੇ ਤੁਰੇ ਹੁੰਦੇ ਨੇ ਨਾ ਉਹ ਆਪਣੇ ਸਰੀਰ ਦੇ ਟੋਟੇ ਟੋਟੇ 'ਤੇ ਕਰਵਾ ਲੈਂਦੇ ਨੇ ਉਹ ਬੰਦ ਬੰਦ 'ਤੇ ਕਟਾ ਲੈਂਦੇ ਨੇ ਉਹ ਖੋਪਰ 'ਤੇ ਲਵਾ ਲੈਂਦੇ ਨੇ ਉਹ ਸੀਸ 'ਤੇ ਉਤਰਵਾ ਲੈਂਦੇ ਨੇ ਪਰ ਮਾਲਕ ਦੀ ਵਿਚਾਰ ਤੋਂ ਪਾਸੇ ਨਹੀਂ ਹੁੰਦੇ। ਉਹਨਾਂ ਦਾ ਫਿਰ ਅਰਦਾਸ ਵਿੱਚ ਜ਼ਿਕਰ ਆ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਉਹਨਾਂ ਦਾ ਜ਼ਿਕਰ ਆ ਜਾਂਦਾ ਨਾ ਫਿਰ ਅਰਦਾਸ ਦੇ ਵਿੱਚ ਇਹ ਕੌਣ ਸੀ ਜਿਨ੍ਹਾਂ ਨੇ ਮਾਲਕ ਦੀ ਵਿਚਾਰ ਨੂੰ ਨਹੀਂ ਛੱਡਿਆ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ। ਸੱਚਾ ਧਨ ਚੰਗੇ ਗੁਣ ਇਹ ਗੁਰੂ ਦੀ ਮੱਤ ਉੱਤੇ ਤੁਰਿਆਂ ਮਿਲਦੇ ਨੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਾਵੇ ਜਾਏ। ਕੱਚਾ ਧਨ ਕੀ ਇੱਥੇ ਪੈਸੇ ਦਾ ਜ਼ਿਕਰ ਨਹੀਂ ਹੋ ਰਿਹਾ ਕੱਚਾ ਧਨ ਵਿਕਾਰਾਂ ਰੂਪੀ ਧਨ ਜਿਹੜਾ ਬੰਦੇ ਨੇ ਇਕੱਠਾ ਕੀਤਾ ਇਹ ਵਿਕਾਰ ਹਮੇਸ਼ਾ ਭਲਿਆ ਤੈਨੂੰ ਤੰਗ ਹੀ ਕਰਨਗੇ ਇਸ ਕਰਕੇ ਮਾਲਕ ਜੀ ਨੇ ਆਖਿਆ ਕਹਿੰਦੇ ਸੱਚ ਦੀ ਵਿਚਾਰ ਨਾਲ ਜੁੜ ਜਾ ਇਹੀ ਤੇਰੇ ਜੀਵਨ ਨੂੰ ਸਵਾਰ ਸਕਦੀ ਹੈ। ਤੇ ਸ਼ਬਦ ਦੇ ਅਖੀਰਲੇ ਬੰਦ ਵਿੱਚ ਭਗਤ ਨਾਮਦੇਵ ਜੀ ਨੇ ਆਖਿਆ ਕਹਿੰਦੇ ਦੁਨੀਆਂ ਦੇ ਲੋਕਾਂ ਨੂੰ ਵੇਖੋ ਕੋਈ ਗੰਗਾ ਜਾ ਰਿਹਾ ਕੋਈ ਗਿਆ ਜਾ ਰਿਹਾ ਤੇ ਕੋਈ ਗੋਦਾਵਰੀ ਜਾ ਰਿਹਾ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ ਆ ਇਹ ਸੰਸਾਰ ਦੇ ਕੰਮ ਨੇ ਤੇ ਬਾਣੀ ਦਾ ਵਾਕ ਹੈ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਕੌਣ ਹੁੰਦੇ ਨੇ ਸੰਸਾਰੀ ਉਹ ਹੁੰਦੇ ਨੇ ਜਿਹੜੇ ਹਮੇਸ਼ਾ ਵਿਕਾਰਾਂ ਵਾਲੀ ਸੋਚ ਲੈ ਕੇ ਤੁਰਦੇ ਨੇ ਤੇ ਭਗਤ ਕੌਣ ਹੁੰਦੇ ਨੇ ਜਿਹੜੇ ਹਮੇਸ਼ਾ ਰੱਬੀ ਗੁਣਾਂ ਮੁਤਾਬਕ ਤੁਰਦੇ ਨੇ। ਇਹਦਾ ਮਤਲਬ ਕਿਤੇ ਇਹ ਨਾ ਸਮਝ ਲਿਓ ਵੀ ਆਪਾਂ ਸਾਰੇ ਤੇ ਸੰਸਾਰੀ ਹੋ ਗਏ ਤੇ ਭਗਤ ਕੋਈ ਵੱਖਰਾ ਹੀ ਹੁੰਦਾ ਹੋਵੇਗਾ ਨਹੀਂ ਭਗਤ ਕੋਈ ਵੀ ਬਣ ਸਕਦਾ ਜਿਹੜਾ ਮਾਲਕ ਦੀ ਵਿਚਾਰ ਨੂੰ ਜੀਵਨ ਵਿੱਚ ਵਸਾ ਲਏਗਾ ਉਹ ਭਗਤ ਹੀ ਹੈ ਜਿਹੜਾ ਵੀ ਮਰਜ਼ੀ ਵਸਾ ਲਵੇ ਭਾਵੇਂ ਕੋਈ ਰਿਕਸ਼ੇ ਵਾਲਾ ਵਸਾ ਲਵੇ ਭਾਵੇਂ ਕੋਈ ਸਬਜ਼ੀਆਂ ਦੀ ਰੇਹੜੀ ਲਾਉਣ ਵਾਲਾ ਆਪਣੇ ਜੀਵਨ 'ਚ ਵਸਾ ਲਵੇ ਭਾਵੇਂ ਕੋਈ ਛੋਲੇ ਭਟੂਰੇ ਵੇਚਣ ਵਾਲਾ ਆਪਣੇ ਜੀਵਨ 'ਚ ਮਾਲਕ ਦੀ ਵਿਚਾਰ ਨੂੰ ਵਸਾ ਲਵੇ ਭਗਤ ਕੋਈ ਵੀ ਬਣ ਸਕਦਾ ਇਮਾਨਦਾਰੀ ਦੀ ਕਿਰਤ ਹੋਵੇ ਸੁਰਤ ਉੱਚੀ ਹੋਵੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਾ ਕਰਦਾ ਹੋਵੇ ਹਰ ਇਨਸਾਨ ਬ੍ਰਹਮ ਗਿਆਨੀ ਬਣ ਸਕਦਾ ਹਰ ਇਨਸਾਨ ਸੰਤ ਹੈ ਫਿਰ ਉਹ ਆਪਣੇ ਨਾਮ ਦੇ ਅੱਗੇ ਫੱਟੇ ਲਾ ਕੇ ਨਹੀਂ ਘੁੰਮਦਾ ਕਿਉਂਕਿ ਉਹਦੀ ਸੁਰਤ ਇੰਨੀ ਉੱਚੀ ਹੋ ਗਈ ਹੁੰਦੀ ਹੈ ਉਹਨੂੰ ਪਤਾ ਹੈ ਮੇਰੇ ਗੁਰੂ ਨੇ ਆਖ ਦਿੱਤਾ ਹਿਰਦੈ ਜਿਨ ਕੇ ਕਪਟ ਵਸੈ ਬਾਹਰੋਂ ਸੰਤ ਕਹਾਏ ਜਿਨ੍ਹਾਂ ਦੇ ਹਿਰਦੇ ਅੰਦਰ ਕਪਟ ਹੁੰਦਾ ਹੈ ਨਾ ਬਾਹਰੋਂ ਦੀ ਸੰਤ ਆਪਣੇ ਆਪ ਨੂੰ ਖਵਾਉਂਦੇ ਹੀ ਉਹ ਨੇ ਦੂਜਾ ਕੋਈ ਨਹੀਂ ਖਵਾਉਂਦਾ। ਹੁਣ ਕਪਟ ਕਿੰਨਿਆਂ ਦੇ ਅੰਦਰ ਗਿਣਤੀ ਤੁਸੀਂ ਕਰ ਲਓ ਪੰਜਾਬ ਭਰਿਆ ਪਿਆ ਜੇ ਸਾਰੇ ਅਖਵਾ ਹੀ ਰਹੇ ਨੇ ਆਪਣੇ ਆਪ ਨੂੰ ਇਹਦਾ ਮਤਲਬ ਕਿਤੇ ਨਾ ਕਿਤੇ ਕਪਟ ਹੈ ਤਾਂ ਹੀ ਉਹ ਖਵਾਉਂਦੇ ਨੇ ਇਹਦਾ ਬਾਣੀ ਦਾ ਵਾਕ ਨਾ ਹਿਰਦੈ ਜਿਨ ਕੈ ਕਪਟ ਵਸੈ ਦੁਬਾਰਾ ਦੁਹਰਾ ਰਿਹਾ ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ ਉਹ ਬਾਹਰੋਂ ਕਹਿੰਦੇ ਮੈਂ ਸੰਤ ਹਾਂ ਲਓ ਹੁਣ ਇਹ ਇਸ ਤੋਂ ਬਾਅਦ ਹੁਣ ਵਿਆਖਿਆ ਤਾਂ ਹੋਰ ਹੋ ਵੀ ਨਹੀਂ ਸਕਦੀ ਤੇ ਆਪੇ ਅੰਦਾਜ਼ਾ ਲਾ ਲਓ ਗਿਣਤੀ ਤੁਸੀਂ ਕਰ ਲਿਓ ਕਿੰਨੇ ਕਿੰਨੇ ਕਹਿੰਦੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ ਲੋਕੀ ਇਹਨਾਂ ਤੀਰਥਾਂ ਉੱਤੇ ਨਹਾ ਕੇ ਸੋਚਦੇ ਸ਼ਾਇਦ ਜੀਵਨ 'ਚ ਕੋਈ ਤਬਦੀਲੀ ਆ ਜਾਏਗੀ ਪਰ ਗੁਰੂ ਪਾਤਸ਼ਾਹ ਕਹਿੰਦੇ ਇਹ ਸੰਸਾਰੀ ਕੰਮ ਨੇ ਚੁੱਬੀਆਂ ਪਾਣੀ ਦੇ ਵਿੱਚ ਕੋਈ ਲਾਈ ਜਾਵੇ ਉਹਦੇ ਨਾਲ ਮਨ ਸਾਫ਼ ਨਹੀਂ ਹੁੰਦਾ ਮਨ ਸਾਫ਼ ਨਹੀਂ ਹੋਣਾ ਮਨ ਕਿਵੇਂ ਸਾਫ਼ ਹੋਣਾ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਹਿ ਰੰਗ ਮਾਲਕ ਦੀ ਵਿਚਾਰ ਜੀਵਨ ਵਿੱਚ ਆਵੇਗੀ ਤਾਂ ਮਨ ਨੇ ਸਾਫ਼ ਹੋਣਾ ਅਤੇ ਅਖੀਰਲੀ ਪੰਕਤੀ 'ਚ ਆਖਦੇ ਨੇ ਨਾਰਾਇਣ ਸੁਪ੍ਰਸੰਨ ਹੋਏ ਤਾਂ ਸੇਵਕ
ਨਾਮਾ ਨਾਮਦੇਵ ਜੀ ਨੇ ਆਖਿਆ, ਕਹਿੰਦੇ ਜਿਨ੍ਹਾਂ ਦੇ ਉੱਤੇ ਨਾਰਾਇਣ ਅਕਾਲ ਪੁਰਖ ਪਰਮਾਤਮਾ ਜੀ ਪ੍ਰਸੰਨ ਹੋ ਜਾਂਦੇ ਨੇ ਨਾ, ਕਹਿੰਦੇ ਅਸਲ ਵਿੱਚ ਸੇਵਕ ਉਸ ਨੂੰ ਆਖਿਆ ਜਾਂਦਾ ਹੈ। ਤੇ ਨਾਰਾਇਣ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਕਿਹਦੇ ਉੱਤੇ ਹੋਵੇਗਾ ਜੀ? ਜਿਹਦੇ ਜੀਵਨ 'ਚ ਵਿਚਾਰ ਹੋਏਗੀ ਮਨ ਵਿੱਚ ਹੈ, ਪੜ੍ਹੋ ਜੀ, ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ, ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਅੱਜ ਦੇ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੀ ਸੀ। ਆਓ ਇੱਕ ਵਾਰ ਰਲ ਮਿਲ ਕੇ ਫਿਰ ਤੋਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਪੜ੍ਹ ਲਈਏ, ਉਸ ਤੋਂ ਬਾਅਦ ਆਪਾਂ ਫਤਿਹ ਬੁਲਾਵਾਂਗੇ। ਆਓ ਰਲ ਮਿਲ ਕੇ ਬਾਣੀ ਦੀਆਂ ਪੰਕਤੀਆਂ ਨੂੰ ਪੜ੍ਹੀਏ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ, ਪਰਤਖ ਗੁਰੂ ਨਿਸਤਾਰੇ, ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।